ਸਤਿ ਸ਼੍ਰੀ ਅਕਾਲ, ਪ੍ਰਾਈਮ ਮਿਨਿਸਟਰ ਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ, ਮੈਂ ਤੁਹਾਡੇ ਨਾਲ ਮਨਪ੍ਰੀਤ। ਸੋ ਅੱਜ ਅਸੀਂ ਪ੍ਰਾਈਮ ਫੋਕਸ ਦੇ ਵਿੱਚ ਤਮਾਮ ਮੁੱਦਿਆਂ ਦੇ ਬਾਰੇ ਗੱਲਬਾਤ ਕਰਾਂਗੇ। ਗੱਲਬਾਤ ਹੋਵੇਗੀ 2019 ਦੇ ਵਿੱਚ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ, ਉਸ ਤੋਂ ਪਹਿਲਾਂ ਸਿਆਸੀ ਜਿਹੜੀਆਂ ਚਾਲਾਂ ਨੇ ਚੱਲਣੀਆਂ ਨੇਤਾਵਾਂ ਨੇ ਸ਼ੁਰੂ ਕਰ ਦਿੱਤੀਆਂ ਨੇ, ਕਿਸ ਤਰ੍ਹਾਂ ਦੀਆਂ ਚਾਲਾਂ ਹੋਣਗੀਆਂ, ਕੀ ਕੁਝ ਨੇਤਾ ਲੋਕ ਇਸ ਵੇਲੇ ਕਰ ਰਹੇ ਨੇ, ਦਿੱਲੀ ਦੇ ਵਿੱਚ ਰਾਜਨੀਤੀ ਕਿਸ ਤਰ੍ਹਾਂ ਦੀ ਗਰਮਾਈ ਹੋਈ ਹੈ, ਦਿੱਲੀ ਦੇ ਵਿੱਚ ਕੀ ਕੁਝ ਚੱਲ ਰਿਹਾ, ਇਹਨਾਂ ਤਮਾਮ ਮੁੱਦਿਆਂ 'ਤੇ ਗੱਲਬਾਤ ਹੋਵੇਗੀ। ਗੁਰਪ੍ਰੀਤ ਸੰਧਾਵਾਲੀਆ ਜੀ ਮੇਰੇ ਨਾਲ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣਗੇ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਪ੍ਰੀਤ ਜੀ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ, ਕਿਉਂ ਨਹੀਂ, ਸਤਿ ਸ਼੍ਰੀ ਅਕਾਲ। ਮੇਰੇ ਲਈ ਔਖੀ, ਕਿਉਂਕਿ ਮੇਰਾ ਅੱਜ ਵੀ ਗਲਾ ਖਰਾਬ ਹੈ। ਤੁਸੀਂ ਕੋਈ ਮਲੱਠੀ ਮਲੁੱਠੀ ਖਾਓ ਕੋਈ? ਤੁਸੀਂ ਪਿਛਲੀ ਵਾਰੀ ਵੀ ਇਹੀ ਸੁਝਾਅ ਦਿੱਤਾ ਸੀ, ਮਲੱਠੀ ਖਾ ਵੀ ਲਈ, ਫਿਰ ਵੀ ਮੇਰਾ ਗਲਾ ਠੀਕ ਨਹੀਂ ਹੋਇਆ। ਫਿਰ ਨਾ ਇੱਕ ਦੇਸੀ ਨੁਸਖਾ ਮੇਰੇ ਕੋਲ ਹੋਰ ਹੈਗਾ, ਤਾਰਾਂ ਵਾਲਾ ਬੁਰਸ਼ ਹੁੰਦਾ ਨਾ ਜੀ, ਉਹ ਗਲੇ 'ਚ ਵੇਲ ਲਾ, ਪਰ ਉਹਦੇ ਨਾਲ ਵੀ ਮੈਨੂੰ ਲੱਗਦਾ ਫਰਕ ਨਹੀਂ ਪੈਣਾ, ਇਹ ਆਪਣੇ ਆਪ ਠੀਕ ਹੋ ਜਾਊਗਾ। ਚਲੋ, ਇਹ ਅੱਜ ਕੱਲ੍ਹ ਵੈਸੇ ਥੋੜ੍ਹਾ ਜਿਹਾ ਮੌਸਮ ਦਾ ਵੀ ਅਸਰ ਹੈਗਾ, ਉਹਦਾ ਕਰਕੇ ਵੀ ਕੁਛ ਨਾ ਕੁਛ ਗੜਬੜ ਹੈ ਜੀ। ਬਾਕੀ ਆਪਣੀ ਤਾਂ ਬੰਦੇ ਨੂੰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਜਿੰਨਾ ਕੁ ਰੱਖ ਸਕੇ। ਮੌਸਮ ਬਦਲਿਆ, ਇਸ ਕਰਕੇ ਵੀ ਹੋ ਸਕਦਾ। ਚਲੋ ਵਧੀਆ ਗੱਲ, ਜਿੱਦਾਂ ਦਾ ਬਦਲਿਆ ਉਹ ਵਧੀਆ, ਚਲੋ ਤੁਹਾਡੇ ਗਲੇ ਦਾ ਕਰਕੇ। ਇਹ ਨਹੀਂ ਕਹਿੰਦੇ ਵੀ ਬਾਬਾ ਦੁਬਾਰਾ ਫੇਰ ਗਰਮੀ ਲੈ ਆਵੇ ਜੀ, ਮਸਾਂ ਮੀਂਹ ਮੂੰਹ ਪੈਣ ਲੱਗਿਆ ਅਤੇ ਮੀਂਹ ਵੀ ਰਿਜਵਾਂ ਪੈ ਰਿਹਾ, ਜਿਹੜਾ ਪਾਣੀ ਥੱਲੇ ਨੂੰ ਤੁਰਿਆ ਜਾਂਦਾ ਸੀਗਾ, ਚਲੋ ਹੁਣ ਉੱਪਰ ਤਾਂ ਨਹੀਂ ਆ ਸਕਦਾ, ਪਰ ਇਹਨਾਂ ਵੀ ਉਹਦੀ ਥੱਲੇ ਜਾਣ ਦੀ ਸਪੀਡ ਥੋੜ੍ਹੀ ਜਿਹੀ ਘੱਟ ਜੂ ਜੀ। ਗੁਰਪ੍ਰੀਤ ਜੀ, ਤਮਾਮ ਮੁੱਦਿਆਂ 'ਤੇ ਗੱਲਬਾਤ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹਾਂਗੀ। ਕੱਲ੍ਹ ਮੈਂ ਇੱਕ ਖਬਰ ਪੜ੍ਹੀ ਹੈ ਅਖਬਾਰ ਦੇ ਵਿੱਚ ਵੀ, ਟੀਵੀ ਚੈਨਲਸ ਦੇ ਉੱਤੇ ਵੀ ਕਾਫੀ ਫਲੈਸ਼ ਹੋਈ ਹੈ ਕਿ ਚੰਡੀਗੜ੍ਹ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਦਾ ਨੀਂਹ ਪੱਥਰ ਰੱਖਿਆ ਗਿਆ। ਸੋ ਸਭ ਤੋਂ ਵੱਡੀ ਗੱਲ ਇਹ ਸੀ ਕਿ ਉੱਥੇ ਇਹ ਵੀ ਦੱਸਿਆ ਗਿਆ ਕਿ ਇਹ ਖਾਸ ਤਕਨੀਕ ਦਾ ਸ਼ਮਸ਼ਾਨ ਘਾਟ ਹੋਵੇਗਾ, ਜਿੱਥੇ ਲੱਕੜਾਂ ਦੀ ਜ਼ਰੂਰਤ ਨਹੀਂ ਪਵੇਗੀ ਅੰਤਮ ਸੰਸਕਾਰ ਕਰਨ ਦੇ ਲਈ। ਸੋ ਕਿਤੇ ਨਾ ਕਿਤੇ LPG ਦੀ ਜ਼ਰੂਰਤ ਪਵੇਗੀ, ਖਾਸ ਤਕਨੀਕ ਵਰਤੀ ਜਾਵੇਗੀ ਅੰਤਮ ਸੰਸਕਾਰ ਦੇ ਲਈ। ਮਤਲਬ ਇਹ ਇੰਡੀਆ ਦੇ ਵਿੱਚ ਹੀ ਹੋ ਸਕਦਾ ਕਿ ਇੱਥੇ ਸ਼ਮਸ਼ਾਨ ਘਾਟ ਦੇ ਵੀ ਨੀਂਹ ਪੱਥਰ ਰੱਖੇ ਜਾਂਦੇ ਨੇ। ਕਿੰਨੇ ਰੱਖੇ ਨੀਂਹ ਪੱਥਰ? ਇਹ ਕਿਰਨ ਖੇਰ ਜੀ ਨੇ। ਅੱਛਾ, ਜਿਹੜੇ MP ਨੇ ਜੀ, ਮਤਲਬ ਨਾਲੇ ਉਹ ਫਿਲਮ ਅਦਾਕਾਰਾ ਵੀ ਨੇ ਜੀ। ਅੱਛਾ, ਹੁਣ ਵੈਸੇ ਕੀ ਕਹੀਏ ਦੱਸੋ ਇਹੋ ਜਿਹੀਆਂ ਗੱਲਾਂ ਦੇ ਉੱਪਰ, ਵੀ ਇਹ ਮੁਲਕ ਇੱਕ ਪਾਸੇ ਤਾਂ ਤੁਸੀਂ ਅਮਰੀਕਾ ਨੂੰ ਅੱਖਾਂ ਵਿਖਾਉਂਦੇ ਹੋ, ਦੂਜੇ ਪਾਸੇ ਤੁਸੀਂ ਚਾਈਨਾ ਨਾਲ ਵੀ ਮੋਢੇ ਨਾਲ ਮੋਢਾ ਲਾਉਂਦੇ ਹੋ ਵੀ ਹਾਂ ਭਾਈ ਅਸੀਂ ਵੀ ਹੈਗੇ ਹਾਂ, ਅਤੇ ਆਪਣੇ ਆਪ ਨੂੰ ਸੁਪਰ ਪਾਵਰ ਵਾਲੀਆਂ ਲਾਈਨਾਂ ਦੇ ਵਿੱਚ ਸ਼ਾਮਿਲ ਕਰ ਰਿਹਾ ਭਾਰਤ, ਅਤੇ ਉਹਦੇ ਲੀਡਰ ਜਿਹੜੇ ਨੇ ਸਿਆਸਤ ਅਖੀਰ ਮੜੀਆਂ ਦੇ ਆ ਕੇ ਕਰਨ, ਇਹ ਚੰਗੀ ਨਹੀਂ ਲੱਗਦੀ ਗੱਲ। ਮੈਂ ਕਹਿੰਦਾ ਵੈਸੇ ਚਲੋ ਖੈਰ ਉਹਨਾਂ ਦੇ ਆਪਣੇ ਕੋਲ ਹੋਊਗਾ ਮਜਬੂਰੀ ਜਿਹਦਾ ਕਰਕੇ ਆ ਸਾਰਾ ਕੁਛ ਕੀਤਾ, ਪਰ ਇਹਨਾਂ ਦਾ ਨਾ ਵੱਸ ਨਹੀਂ ਚੱਲਦਾ। ਮੈਨੂੰ ਲੱਗਦਾ ਜੇ ਬਾਬੇ ਨੇ ਬਹੁਤ ਸਾਰੀਆਂ ਗੱਲਾਂ ਆਪਣੇ ਹੱਥ 'ਚ ਰੱਖ ਲਈਆਂ, ਜੇ ਕਿਤੇ ਉਹ ਧਰਮਰਾਜ ਦੇ ਜਿਹੜੇ ਜਮਦੂਤ ਆਉਂਦੇ ਹੁੰਦੇ ਸੀਗੇ, ਅਤੇ ਜੇ ਉਹਨਾਂ ਦੇ ਆਉਣ ਆਉਣ ਦਾ ਵੀ ਇੱਧਰ ਹੋਵੇ ਨਾ ਪ੍ਰਬੰਧ, ਵੀ ਉਹਨਾਂ ਨੇ ਵੀ ਆਇਆ ਕਰਨਾ, ਇਹਨਾਂ ਉੱਤੇ ਵੀ ਲੜਿਆ ਕਰਨਾ, ਉੱਤੇ ਵੀ ਸਵਾਗਤ ਹੋਣਾ ਸੋਹਣਿਆਂ ਦਾ, ਉੱਤੇ ਵਿਆਹ ਵੀ ਜਿਹੜਾ ਉਹ ਜਮਦੂਤ ਆਉਣਗੇ ਜਾਂ ਜਿਹੜਾ ਧਰਮਰਾਜ ਦਾ ਝੋਟਾ ਵੀ ਉਹ ਕਿੱਥੇ ਖੜਾ ਕਰਨਾ, ਫਿਰ ਜਮਦੂਤਾਂ ਨੂੰ ਹਾਰ ਕੌਣ ਪਾਊਗਾ, ਪਹਿਲਾਂ ਹੈਂਡਸ਼ੇਕ ਕਿੰਨੇ ਕਰਨਾ, ਫਿਰ ਉੱਥੋਂ ਢੋਲ ਧਮਾਕਿਆਂ ਦੇ ਨਾਲ ਫਲਾਨਿਆਂ ਕੇ ਬਾਪੂ ਵੱਲ ਲੈ ਕੇ ਜਾਣਾ ਜਿਹਨਾਂ ਨੂੰ ਲੈਣ ਆਏ ਨੇ ਨਾਲ, ਉਹ ਫਿਰ ਉੱਤੇ ਵੀ ਸਿਆਸਤ ਹੋਇਆ ਕਰਨੀ ਸੀ। ਇਹ ਤਾਂ ਚਲੋ ਮਹਾਰਾਜ ਨੂੰ ਪਤਾ ਸੀ ਵੀ ਭਾਈ ਇਹਨਾਂ ਦਾ ਹੀ ਕੰਮ ਬਹੁਤ ਆ, ਇਸ ਤੋਂ ਵੱਧ ਇਹਨਾਂ ਨੂੰ ਕਿਤੇ ਖੁੱਲ ਦੇ ਤੀ, ਇਹਨਾਂ ਨੇ ਉੱਧਰਲੇ ਪਾਸੇ ਉਦਘਾਟਨ ਉੱਤਰ ਪੈਣਾ, ਇਹ ਸਿਰਫ ਇੰਡੀਆ ਦੇ ਵਿੱਚ ਹੀ ਹੋ ਸਕਦਾ। ਚਲੋ, ਪਰ ਆਪਾਂ ਗੁਰਪ੍ਰੀਤ ਜੀ ਦਿੱਲੀ 'ਤੇ ਆਉਂਦੇ ਹਾਂ। ਦਿੱਲੀ ਦੇ ਵਿੱਚ ਕੱਲ੍ਹ ਜੋ ਕੁਝ ਵੀ ਦੇਖਣ ਨੂੰ ਮਿਲਿਆ, ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ, ਕੇਜਰੀਵਾਲ ਅਤੇ LG ਦੇ ਵਿਚਾਲੇ ਜਿਹੜੀ ਲੜਾਈ ਚੱਲ ਰਹੀ ਸੀ ਉਹ ਕਿਤੇ ਨਾ ਕਿਤੇ ਹੁਣ ਲੱਗਦਾ ਕਿ ਰੁਕ ਜਾਵੇਗੀ, ਮਤਲਬ ਲੱਗਦਾ ਕਿ ਰੁਕ ਜਾਵੇਗੀ, ਲੱਗਦਾ ਕਿ ਅਗਲਿਆਂ ਨੇ ਰੋਕੀ ਹੈ ਕਿ ਮਤਲਬ ਜ਼ਬਰਦਸਤੀ ਰੋਕਣੀ ਪਈ, ਬ੍ਰੇਕ ਲਗਾ ਦਿੱਤੀ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਭਾਰਤੀ ਸਿਆਸਤਦਾਨਾਂ ਦੇ ਲਈ ਨਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੀ ਹੁਣ ਚੱਪਣੀ ਦੀ ਲੋੜ ਪੈ ਗਈ ਉਹਨਾਂ ਨੂੰ, ਮਤਲਬ ਇਹਨਾਂ 'ਤੇ ਲਗਾਮ ਕੱਸਣ ਦੇ ਲਈ ਹੁਣ ਸੁਪਰੀਮ ਕੋਰਟ ਨੂੰ ਅੱਗੇ ਆਉਣਾ ਪਿਆ। ਇਹ ਬਹੁਤ ਵੱਡੀ ਗੱਲ ਹੈ ਕਿ ਅਦਾਲਤਾਂ ਨੂੰ ਇਹਦੇ ਵਿੱਚ ਆਣ ਕੇ ਅਤੇ ਇੰਟਰਫੇਅਰ ਕਰਨਾ ਪੈ ਰਿਹਾ, ਜਿਹੜੀਆਂ ਚੀਜ਼ਾਂ ਜੇ ਸੰਵਿਧਾਨ ਦੇ ਵਿੱਚ ਦਰਜ ਨੇ ਹੁਣ ਤੱਕ ਉਹ ਚੱਲੀਆਂ ਆ ਰਹੀਆਂ ਨੇ, ਅਤੇ ਤੁਸੀਂ ਆਪਣੇ ਬਾਬੂਆਂ ਨੂੰ ਲਾ ਕੇ ਅਤੇ ਉਹਦੇ ਵਿੱਚੋਂ ਹਰੇਕ ਤਰੋੜਨ ਮਰੋੜਨ ਵਾਲਾ ਜਿਹੜਾ ਉਹ ਮੁੱਦਾ ਲੱਭਦੇ ਹੋ ਕਿ ਇਹਨੂੰ ਆਪਾਂ ਆਪਣੇ ਢੰਗ ਨਾਲ ਕਿਵੇਂ ਵਰਤ ਸਕਦੇ ਹਾਂ, ਉਹਦੀ ਇੱਕ ਬਹੁਤ ਵੱਡੀ ਮਿਸਾਲ ਮੇਰੇ ਖਿਆਲ ਨਾਲ ਦਿੱਲੀ ਦੇ ਵਿੱਚ ਵੇਖਣ ਨੂੰ ਨਜ਼ਰ ਆਈ। ਜੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਇਹਦੇ ਇਤਿਹਾਸ ਦੇ ਦੱਸਾਂ ਜੀ, ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਤਾਂ ਵਿਚਾਰੇ 2015 'ਚ ਆਏ ਆ, ਇਸ ਤੋਂ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ, ਹੈ ਨਾ। ਹੁਣ ਸ਼ੀਲਾ ਦੀਕਸ਼ਿਤ ਜੀ ਨੇ ਕਿੰਨੇ ਸਾਲ ਰਾਜ ਕੀਤਾ, ਹੁਣ ਸ਼ੀਲਾ ਦੀਕਸ਼ਿਤ ਹੋਰਾਂ ਦਾ ਜ਼ਿਆਦਾਤਰ ਸਮਾਂ ਟਸਲ ਵਾਲਾ ਨਹੀਂ ਰਿਹਾ, ਕਿਉਂਕਿ ਸੈਂਟਰ 'ਚ ਵੀ ਕੇਂਦਰ ਦੀ ਸਰਕਾਰ ਹੁੰਦੀ ਸੀ ਅਤੇ ਦਿੱਲੀ 'ਚ ਵੀ ਕੇਂਦਰ ਦੀ ਸਰਕਾਰ ਹੁੰਦੀ ਸੀ। ਮੇਰਾ ਖਿਆਲ ਇਸ ਤੋਂ ਪਹਿਲਾਂ ਵਾਜਪਾਈ ਹੋਰਾਂ ਦਾ ਜਿਹੜਾ ਵੇਲਾ ਸੀ, ਉਦੋਂ ਇੱਕ ਵਾਰ ਜ਼ਰੂਰ ਵਕਤ ਆਇਆ ਸੀ ਜਦੋਂ ਦਿੱਲੀ ਦੇ ਵਿੱਚ ਸ਼ੀਲਾ ਦੀਕਸ਼ਿਤ ਜੀ ਸੀ ਅਤੇ ਉੱਪਰ ਵਾਜਪਾਈ ਜੀ ਸੀਗੇ, ਪਰ ਵਾਜਪਾਈ ਸਾਹਿਬ ਇਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਨਹੀਂ ਸੀ ਹੈਗੇ ਕਿ ਜਿਨ੍ਹਾਂ ਨੂੰ ਇਹ ਕੰਮ ਹੋਵੇ ਕਿ ਬਸ ਮੈਂ ਹੀ ਹੂੰ, ਹੋਰ ਕੋਈ ਨਹੀਂ ਹੈ। ਇਸ ਕਰਕੇ ਉੱਥੇ ਸਾਰਾ ਕੰਮ ਜਿਹੜਾ ਠੀਕ ਠਾਕ ਚੱਲਦਾ ਰਿਹਾ। ਅਸਲ ਪੁਆੜੇ ਦੀ ਜੜ ਜਿਹੜੀ ਆ ਉਦੋਂ ਸ਼ੁਰੂ ਹੋਈ ਜਿੱਦਣ ਰਿਜ਼ਲਟ ਆਇਆ ਸੀ, ਮੇਰਾ ਖਿਆਲ ਇਹ ਫਰਵਰੀ 2015 ਦੀ ਗੱਲ ਹੈ ਜੀ, ਕਿ ਰਿਜ਼ਲਟ ਜਦੋਂ ਸਾਹਮਣੇ ਆਇਆ ਤਾਂ ਪਤਾ ਇਹ ਲੱਗਿਆ ਕਿ 70 ਸੀਟਾਂ ਨੇ ਅਤੇ 70 ਦੇ ਵਿੱਚੋਂ
ਅਤੇ ਬਿਲਕੁਲ ਉਹਨਾਂ ਦੇ ਨੱਕ ਦੇ ਥੱਲੇ ਦਿੱਲੀ ਦੇ ਵਿੱਚ ਜਿੱਥੇ ਉਹਨਾਂ ਨੇ ਸਾਰਾ ਰਹਿਣਾ ਅਤੇ ਆਉਣਾ ਜਾਣਾ, ਪਤਾ ਲੱਗੇ ਕਿ ਇੱਥੇ ਕਿਹਦੀ ਸਰਕਾਰ ਹੈ, ਉਹ ਆਮ ਆਦਮੀ ਪਾਰਟੀ ਦੀ ਸਰਕਾਰ। ਉਹੀ ਬੰਦਾ ਜਿਹੜਾ ਮਫਲਰ ਜਿਹਾ ਪਾ ਕੇ ਅਤੇ ਚੱਪਲਾਂ ਪਾ ਕੇ ਸੈਂਡਲ ਪਾ ਕੇ ਅਤੇ ਕਦੀ ਦਿੱਲੀ ਦੀ ਕਿਸੇ ਫੁੱਟਪਾਥ 'ਤੇ ਸੁੱਤਾ ਹੁੰਦਾ ਸੀ, ਕਦੀ ਕਿਸੇ ਥਾਂ ਦੇ ਉੱਪਰ ਮੋਰਚਾ ਲਾ ਕੇ ਬੈਠਾ ਹੁੰਦਾ ਸੀ, ਉਹ ਬੰਦਾ ਬਰਦਾਸ਼ਤ ਨਹੀਂ ਹੋਇਆ ਉਹਨਾਂ ਕੋਲੋਂ ਵੀ ਇਹ ਬੰਦਾ ਕਿਵੇਂ ਮੁੱਖ ਮੰਤਰੀ ਬਣ ਗਿਆ। ਫਿਰ ਸਿਆਸਤ ਸ਼ੁਰੂ ਹੋਈ ਕਿ ਵੀ ਇਹਨੂੰ ਹੁਣ ਉਖੇੜਨਾ ਕਿਵੇਂ ਆ। 2015 ਤੋਂ ਲੈ ਕੇ ਅਤੇ 2016, ਇਹ ਮੇਰਾ ਖਿਆਲ ਮਈ 2016 ਦੀ ਗੱਲ ਹੈ, ਉਦੋਂ ਤੱਕ ਆਉਂਦਿਆਂ ਆਉਂਦਿਆਂ ਇੰਨਾ ਕੁ ਕੁਛ ਕਰ ਦਿੱਤਾ ਗਿਆ ਕਿ ਵੀ ਸਾਰੀਆਂ ਜਿਹੜੀਆਂ ਪਾਵਰਾਂ ਨੇ ਹੌਲੀ ਹੌਲੀ ਖਿਸਕਾ ਕੇ ਅਤੇ ਉਹ ਮੁੱਖ ਮੰਤਰੀ ਦੇ ਥੱਲਿਓਂ ਕੱਢ ਕੇ ਅਤੇ ਐਲ ਜੀ ਯਾਨੀ ਕਿ ਉਪਰਾਜਪਾਲ ਦੇ ਜ਼ਰੀਏ ਕੇਂਦਰ ਸਰਕਾਰ ਨੇ ਆਪਣੇ ਕੋਲ ਲੈ ਲਈਆਂ ਜੀ। ਹੁਣ ਜਦੋਂ ਉਹ ਸਾਰੀਆਂ ਪਾਵਰਾਂ ਉੱਥੇ ਚਲੇ ਗਈਆਂ, ਜਿਹਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸੀਗੀ ਉਹ ਇਹ ਸੀਗੀ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਮਤਲਬ ਉਹ ਸ਼ਖਸ ਜਿਹਦੇ ਕੋਲ 67 MLA ਹੋਣ, ਐਡੀ ਵੱਡੀ ਮੈਜੋਰਿਟੀ ਹੋਵੇ, ਪੂਰੀ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੋਵੇ, ਅਤੇ ਉਹ ਬੰਦਾ ਇੱਕ ਚਪੜਾਸੀ ਤੱਕ ਦੀ ਬਦਲੀ ਨਹੀਂ ਕਰ ਸਕਦਾ, ਕੋਈ ਪਾਵਰ ਨਹੀਂ, ਕੋਈ ਪਾਵਰ ਨਹੀਂ। ਮਤਲਬ ਜੇ ਉਹ ਕਵੇ ਕਿਸੇ ਨੂੰ ਵੀ ਜਾਂ ਪਾਣੀ ਦਾ ਗਲਾਸ ਲਿਆ, ਅਗਲਾ ਕਹਿੰਦਾ ਜਾਂ ਮੈਂ ਨਹੀਂ ਲਿਆਉਂਦਾ ਬਈ, ਅਤੇ ਉਹ ਕੀ ਕਰ ਦੂਗਾ। ਹੁਣ ਤੁਸੀਂ ਦੇਖੋ ਉਹੋ ਜਿਹੇ ਹਾਲਾਤਾਂ ਦੇ ਵਿੱਚ ਇੱਕ ਸਰਕਾਰ ਚਲਾਉਣੀ ਅਤੇ ਆਪਣੇ ਆਪ ਨੂੰ ਇਹ ਪੇਸ਼ ਕਰਨਾ ਕਿ ਅਸੀਂ ਇੱਥੋਂ ਦਾ ਕੁਛ ਸੁਧਾਰ ਕਰਾਂਗੇ, ਪੋਸੀਬਲ ਨਹੀਂ ਸੀਗਾ। ਫਿਰ ਉਹ ਵਿਚਾਰੇ ਮੋਰਚਿਆਂ ਮਾਰਚਿਆਂ ਵਾਲੇ ਪਾਸੇ ਤੁਰੇ, ਅਤੇ ਪਰ ਉਸ ਤੋਂ ਬਾਅਦ ਉਹਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕੜਾਇਆ ਜੀ। ਹਾਈਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਉਹ ਵੀ ਮੇਰਾ ਖਿਆਲ 4 ਅਗਸਤ ਦੀ ਹੀ ਗੱਲ ਸੀ, 4 ਅਗਸਤ 2016 ਨੂੰ ਹਾਈਕੋਰਟ ਨੇ ਇੱਕ ਇਹੋ ਜਿਹਾ ਫੈਸਲਾ ਸੁਣਾ ਤਾ ਜਿਸ ਤੋਂ ਬਾਅਦ ਜਿਹਨੂੰ ਕਹਿੰਦੇ ਵੀ ਰੈ ਵਾਗਾਂ ਹੋ ਗਈਆਂ, ਖੁੱਲ੍ਹਾ ਖੇਡਣ ਦਾ ਮੌਕਾ ਮਿਲ ਗਿਆ ਮੋਦੀ ਸਰਕਾਰ ਨੂੰ। ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਹੁਣ ਤੱਕ ਹਰ ਥਾਂ 'ਤੇ ਇਹ ਵਰਤਿਆ ਜਾ ਰਿਹਾ ਕਿ ਉਪਰਾਜਪਾਲ ਅਤੇ ਕੇਜਰੀਵਾਲ, ਉਪਰਾਜਪਾਲ ਨੂੰ ਮੈਂ ਇਸ ਕਰਕੇ ਵਿੱਚ ਨਾਂ ਨਹੀਂ ਲੈ ਰਿਹਾ, ਮੈਂ ਮੋਦੀ ਸਰਕਾਰ ਇਸ ਕਰਕੇ ਕਹਿ ਰਿਹਾ ਕਿਉਂਕਿ ਉਪਰਾਜਪਾਲ ਆਪਣੇ ਆਪ ਦੇ ਵਿੱਚ ਸਿਰਫ ਇੱਕ ਮੋਹਰਾ ਹੈ ਜੀ। ਉਪਰਾਜਪਾਲ ਵੀ ਦੋ ਬਦਲੇ, ਜਿਹਦੇ ਮੋਢੇ ਤੇ ਬੰਦੂਕ ਰੱਖੀ ਸੀ, ਹਾਂ ਜਿਹਦੇ ਮੋਢੇ ਤੇ ਬੰਦੂਕ ਰੱਖੀ ਸੀ ਉਹ ਬੰਦਾ, ਜਿਹੜਾ ਬੰਦੂਕ ਵਾਲਾ ਬੰਦਾ ਉਹ ਪਿੱਛੇ ਸੀ ਜੀ। ਹੁਣ ਜੇ ਉਪਰਾਜਪਾਲ ਦੀ ਆਪਾਂ ਗੱਲ ਕਰੀਏ ਤਾਂ ਪਹਿਲਾਂ ਨਜੀਬ ਜੰਗ ਹੋਰੀ ਹੁੰਦੇ ਸੀ ਜਦੋਂ ਇਹ ਟਸਲ ਸਾਰੀ ਸ਼ੁਰੂ ਹੋਈ ਹੈ, ਦਸੰਬਰ 2016 'ਚ ਉਹਨਾਂ ਦਾ ਜਿਹੜਾ ਕਹਿ ਲਓ ਕਿ ਕਾਰਜਕਾਲ ਖਤਮ ਹੋ ਗਿਆ, ਫਿਰ ਆ ਬੈਜਲ ਸਾਹਿਬ ਆ ਗਏ ਜਿਹਨਾਂ ਦੇ ਨਾਲ ਹੁਣ ਪੇਚਾ ਪਿਆ ਸੀ। ਹੁਣ ਇਹ ਜਿਹੜਾ ਸਾਰਾ ਕੁਛ ਸੀਗਾ, ਇਸ ਕਰਕੇ ਮੈਂ ਮੋਦੀ ਸਰਕਾਰ ਵਰਤ ਰਿਹਾ ਕਿ ਵੀ ਮੋਦੀ ਸਰਕਾਰ ਨੇ ਕਿਵੇਂ ਸਾਰਾ ਕੁਛ ਆਪਣੇ ਅੰਡਰ ਲਿਆ। 2016 'ਚ ਹਾਈਕੋਰਟ ਨੇ ਇਹ ਫੈਸਲਾ ਦੇ ਤਾ ਕਿ ਉਪ ਰਾਜਪਾਲ ਬੌਸ ਹੈ ਦਿੱਲੀ ਦਾ, ਅਤੇ ਜਿਹੜੀ ਇਹ ਸਰਕਾਰ ਲਈ ਫਿਰਦੇ ਹੋ, ਮੁੱਖ ਮੰਤਰੀ ਹੈ ਜਾਂ ਮੰਤਰੀ ਮੁੰਤਰੀ ਜੇ ਬਣਾਈ ਫਿਰਦੇ ਹੋ, ਇਹਨਾਂ ਦੀ ਕੋਈ ਸੇ ਨਹੀਂ ਹੈਗੀ ਜੀ। ਇਹ ਸਿਰਫ ਗੱਲ ਕਰ ਸਕਦੇ ਆ, ਡਿਸੀਜਨ ਮੇਕਰ ਜਾਂ ਉਹਨੂੰ ਕੰਮ ਹੋਏਗਾ ਕਿ ਨਹੀਂ ਹੋਏਗਾ, ਇਹਦੀ ਸਟੈਂਪ ਉਪ ਰਾਜਪਾਲ ਸਾਹਿਬ ਲਾਉਣਗੇ। ਹੁਣ ਤੁਸੀਂ ਆਪ ਸੋਚੋ, ਮੇਰਾ ਖਿਆਲ 1 ਸਾਲ ਅਤੇ 11 ਮਹੀਨੇ ਹੋ ਗਏ ਜੀ, ਜੁਲਾਈ ਤੋਂ ਬਾਅਦ ਅੱਗੇ ਅਗਸਤ ਆ ਜਾਣਾ, ਅਤੇ 4 ਜੁਲਾਈ ਪੂਰਾ 1 ਮਹੀਨਾ, 1 ਸਾਲ ਅਤੇ 11 ਮਹੀਨਿਆਂ ਦਾ ਵਕਤ ਜਿਹੜਾ ਸੀ ਉਹ ਕੇਜਰੀਵਾਲ ਸਾਹਿਬ ਨੇ ਗੁਜ਼ਾਰਿਆ ਉਸ ਮੌਕੇ 'ਤੇ ਜਦੋਂ ਇੱਕ ਚਪੜਾਸੀ ਵੀ ਉਹਨਾਂ ਨੂੰ ਅੱਖਾਂ ਕੱਢ ਸਕਦਾ ਸੀ ਵੀ ਹਾਂ ਤੂੰ ਕੌਣ ਬਈ। ਪਰ ਕੇਜਰੀਵਾਲ ਦੀ ਸਕੀਮ ਬਹੁਤ ਵਧੀਆ, ਕੁਛ ਨਹੀਂ ਆਉਂਦਾ ਨਾ ਧਰਨਾ ਲਾ ਲਓ, ਧਰਨਾ ਲਾਉਣ ਦੀ ਜਗ੍ਹਾ ਵੀ ਬਹੁਤ ਵਧੀਆ ਸੀ। ਨਹੀਂ ਉਹ ਜਿਹੜੀਆਂ ਚੀਜ਼ਾਂ ਨੇ ਨਾ, ਉਹਨਾਂ ਨੇ ਅਵੇਅਰਨੈਸ ਜ਼ਰੂਰ ਫੈਲਾਈ, ਪਰ ਉਹਦੇ ਨਾਲ ਬੈਨੀਫਿਟ ਕੋਈ ਨਹੀਂ ਹੋਇਆ। ਜੇ ਆ ਡਿਸੀਜ਼ਨ ਮੰਨ ਲਓ ਸੁਪਰੀਮ ਕੋਰਟ ਦਾ ਐਂਟੀ ਆ ਜਾਂਦਾ, ਇਹ ਵੀ ਇੱਕ ਵੱਡੀ ਵੱਡੀ ਗੱਲ ਹੈ। ਜੇ ਹਾਈਕੋਰਟ ਦੇ ਡਿਸੀਜ਼ਨ ਨੂੰ ਸੁਪਰੀਮ ਕੋਰਟ ਦਾ ਵੀ ਬਹਾਲ ਰੱਖਦੀ ਕਿ ਹਾਂਜੀ ਜਿਹੜਾ ਉਪਰਾਜਪਾਲ ਹੈ ਉਹੀ ਸਾਰਾ ਕੁਛ ਹੈ, ਕਰਤਾ ਧਰਤਾ ਉਹੀ ਹੈ, ਅਤੇ ਮੇਰੇ ਖਿਆਲ ਨਾਲ ਕੇਜਰੀਵਾਲ ਸਾਹਿਬ ਦੀ ਸਿਆਸਤ ਖਤਮ ਹੋ ਜਾਣੀ ਸੀ ਕੱਲ੍ਹ 4 ਜੁਲਾਈ 2018 ਨੂੰ ਜੀ, ਜੇ ਉਹ ਡਿਸੀਜ਼ਨ ਨਾ ਪਲਟਿਆ ਜਾਂਦਾ ਤਾਂ, ਕਿਉਂਕਿ ਜਿਹੜਾ ਪਿਛਲੇ ਦਿਨਾਂ ਦਾ ਧਰਨਾ ਸੀ ਨਾ, ਭਾਜਪਾ ਨੇ ਉਸ ਚੀਜ਼ ਨੂੰ ਚੱਕ ਲੈਣਾ ਸੀ ਵੀ ਅਸੀਂ ਇਹਨੂੰ ਕਦੋਂ ਦਾ ਕਹੀ ਜਾਂਦੇ ਹਾਂ, ਹਾਈਕੋਰਟ ਕਹਿ ਚੁੱਕਾ, ਸੁਪਰੀਮ ਕੋਰਟ ਨੇ ਵੀ ਕਹਿ ਤਾ, ਪਰ ਇਹ ਬੰਦਾ ਫਿਰ ਵੀ ਉੱਥੇ ਜਾ ਕੇ ਅਤੇ ਸੋਫਿਆਂ 'ਤੇ ਲਿਟ ਲਿਟ ਕੇ ਅਤੇ ਅਰਾਜਕਤਾ ਫੈਲਾ ਰਿਹਾ। ਤੁਸੀਂ ਦੇਖੋ ਇਹ ਵਰਡ ਕੋਰਟ ਦੇ ਵਿੱਚ ਵੀ ਕੋਟ ਕੀਤਾ ਗਿਆ ਵਕੀਲਾਂ ਵੱਲੋਂ, ਸੈਂਟਰ ਸਰਕਾਰ ਵੱਲੋਂ, ਕਿ ਜੇ ਅਸੀਂ ਖੁੱਲ੍ਹ ਦੇ ਦਿੰਦੇ ਹਾਂ ਚੁਣੀ ਹੋਈ ਸਰਕਾਰ ਨੂੰ ਕੁਛ ਆਪਣੇ ਤੌਰ 'ਤੇ ਕਰਨ ਦੀ, ਤਾਂ ਅਰਾਜਕਤਾ ਫੈਲ ਜਾਊਗੀ, ਅਸੀਂ ਕੁਛ ਵੀ ਸੰਵਿਧਾਨ ਤੋਂ ਵੱਖਰਾ ਨਹੀਂ ਕਰ ਰਹੇ। ਈਵਨ ਜਿਹੜਾ 239A ਜਿਹੜਾ ਆਰਟੀਕਲ ਹੈ ਉਹਦੀ ਵੀ ਆਪਣੇ ਹਿਸਾਬ ਨਾਲ ਇੱਕ ਵਿਆਖਿਆ ਜਿਹੜੀ ਕਰਕੇ ਅਤੇ ਉਹ ਸੁਪਰੀਮ ਕੋਰਟ ਦੇ ਵਿੱਚ ਦੇ ਦਿੱਤੀ ਗਈ। ਇਹ ਤੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੀ ਚੁਣੀ ਹੋਈ ਸਰਕਾਰ ਆ ਉਹ ਸਿਰਫ ਕਹਿਣ ਦੀਆਂ ਗੱਲਾਂ ਨੇ, ਕਿਉਂਕਿ ਇਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰ੍ਹਾਂ ਜਿੱਦਾਂ ਬਾਕੀ ਦੇ ਨੇ ਉਸੇ ਤਰ੍ਹਾਂ ਦਾ ਦਿੱਲੀ ਹੈ, ਕਿਉਂਕਿ ਇਹਨੂੰ ਪੂਰੇ ਰਾਜ ਦਾ ਦਰਜਾ ਨਹੀਂ ਹਾਸਲ ਹੈਗਾ। ਇਸ ਕਰਕੇ ਇੱਥੇ ਸਾਰਾ ਕੁਝ ਜਿਹੜਾ ਉਹ ਕੇਂਦਰ ਸਰਕਾਰ ਦੇ ਅਧੀਨ ਹੀ ਹੋਏਗਾ, ਜਿਹੜੀ ਚੁਣੀ ਹੋਈ ਸਰਕਾਰ ਆ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ। ਸੋ ਇਹ ਇੱਕ ਵੱਡਾ ਕਾਰਨ ਸੀ, ਅਤੇ ਮੇਰੇ ਖਿਆਲ ਨਾਲ ਹੁਣ ਜੋ ਵਾਪਰਿਆ ਉਸ ਤੋਂ ਬਾਅਦ ਤਾਂ ਕੱਲ੍ਹ ਦੇ ਚਿਹਰੇ ਹੀ ਦੇਖਣ ਵਾਲੇ ਨੇ, ਸਭ ਦੇ ਵੱਖੋ ਵੱਖਰੇ ਚਿਹਰੇ ਦੇਖ ਰਹੇ ਨੇ, ਕਿਤੇ ਨਾ ਕਿਤੇ ਪਰੇਸ਼ਾਨੀ ਲੱਗ ਰਹੀ ਹੈ ਬਾਕੀ ਪਾਰਟੀਆਂ ਦੇ ਵਿੱਚ, ਪਰੇਸ਼ਾਨੀ ਹੋਣੀ ਹੈ, ਭਾਜਪਾ ਕਾਫੀ ਪਰੇਸ਼ਾਨ ਦਿਖਾਈ ਦੇ ਰਹੀ ਹੈ, ਭਾਜਪਾ ਪਰੇਸ਼ਾਨ ਵੀ ਆ, ਅਤੇ ਭਾਜਪਾ ਦੇਖੋ ਉਹਨਾਂ ਨੂੰ ਵੀ ਹੁਣ ਕੁਛ ਨਾ ਕੁਛ ਤਾਂ ਕਹਿਣ ਨੂੰ ਚਾਹੀਦਾ। ਮੈਂ ਸੁਣ ਰਿਹਾ ਸੀ ਉਹਨਾਂ ਦੇ, ਚਲੋ ਜਿਹੜੇ ਥੱਲੇ ਵਾਲੇ ਲੈਵਲ ਦੇ ਜਿਹੜੇ ਵਿਚਾਰੇ ਮੰਤਰੀ ਸੰਤਰੀ ਨੇ ਜਿਹੜੇ ਬੁਲਾਰੇ ਨੇ, ਉਹ ਕਹਿੰਦੇ ਦੇਖਿਆ ਕੇਜਰੀਵਾਲ ਦੀ ਹਾਰ ਹੋਈ ਹੈ, ਪੁੱਛੇ ਕਿਹੜੀ ਚੀਜ਼ ਆ ਰਹੀ। ਇਹ ਕਹਿੰਦਾ ਸੀ ਵੀ ਇਹ ਦਿੱਲੀ ਨੂੰ ਪੂਰੇ ਰਾਜ ਦਾ ਦਰਜਾ ਦੇ ਦਿਓ, ਅਗਲੇ ਨੇ ਨਹੀਂ ਦਿੱਤਾ ਜੀ।
ਉਹ ਭਲਿਓ ਲੋਕੋ ਪੂਰੇ ਰਾਜ ਦਾ ਦਰਜਾ ਮਿਲੇ ਨਾ ਮਿਲੇ, ਜੋ ਅਗਲੇ ਨੂੰ ਵਰਡਿਕਟ ਮਿਲਿਆ ਸੀਗਾ 2015 ਦੇ ਵਿੱਚ ਚੁਣੀ ਹੋਈ ਸਰਕਾਰ ਦਾ, ਨੰਬਰਦਾਰੀ ਤਾਂ ਆ ਗਈ ਨਾ ਜਿਹਨੂੰ ਪੰਜਾਬੀ 'ਚ ਕਹਿ ਲਈਏ, ਮਤਲਬ ਜਿਹੜੇ ਹੱਕ ਉਹਨੂੰ ਮਿਲਣੇ ਚਾਹੀਦੇ ਸੀ ਉਹ ਮਿਲ ਗਏ, ਉਹ ਤਾਂ ਮਿਲ ਗਏ ਉਹਨੂੰ, ਉਹੀ ਉਹ ਚਾਹੀਦੇ ਸੀ ਵੱਡੀ ਚੀਜ਼ ਜਿਹੜੀ, ਜਿਹੜਾ ਪਿਛਲੇ ਦਿਨਾਂ ਦਾ ਧਰਨਾ ਸੀਗਾ ਉਹ ਧਰਨਾ ਇਸ ਚੀਜ਼ ਦੇ ਉੱਪਰ ਸੀਗਾ ਕਿ ਮੇਰੇ ਅੰਡਰ ਕਿਸੇ ਦੀ ਬਦਲੀ ਦਾ ਅਧਿਕਾਰ ਨਹੀਂ ਹੈਗਾ, ਮੈਂ ਕਿਸੇ ਦੀ ਟ੍ਰਾਂਸਫਰ ਨਹੀਂ ਕਰ ਸਕਦਾ, ਕਿਸੇ ਨੂੰ ਕੋਈ ਪੁੱਛ ਨਹੀਂ ਸਕਦਾ, ਅਤੇ ਇਸ ਕਰਕੇ ਜਿਹੜੇ ਕਹਿ ਲਓ ਕਿ ਵੀ ਅਫਸਰ ਨੇ ਉਹ ਮੇਰੀ ਗੱਲ ਨਹੀਂ ਮੰਨਦੇ ਜੀ। ਇਹ ਇੱਕ ਬਹੁਤ ਵੱਡੀ ਚੀਜ਼ ਜਿਹੜੀ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਜਿਹੜੀ ਪਾਵਰ ਕੇਜਰੀਵਾਲ ਸਾਹਿਬ ਕੋਲ ਗਈ ਹੈ ਕਿ ਹੁਣ ਉਹ ਅੱਖਾਂ ਕੱਢ ਸਕਦੇ ਆ ਕਿਸੇ ਨੂੰ ਵੀ ਇਹ ਕੰਮ ਕਿਉਂ ਨਹੀਂ ਹੋਇਆ, ਇਹ ਫਾਈਲ ਮੈਨੂੰ ਕੱਲ੍ਹ ਤੱਕ ਟੇਬਲ 'ਤੇ ਚਾਹੀਦੀ ਹੈ, ਮਤਲਬ ਚਾਹੀਦੀ ਹੈ ਜੀ। ਇਹ ਆਰਡਰ ਇਹ ਇਹ ਜਿਹੜਾ ਪਹਿਲਾਂ ਇੱਕ ਮੁੱਖ ਮੰਤਰੀ ਵੱਲੋਂ ਆ ਸਕਦਾ ਸੀ ਜਿਹੜਾ ਕਿ ਨਹੀਂ ਸੀ ਉਹ ਦੇ ਪਾ ਰਹੇ, ਉਹ ਹੁਣ ਉਹ ਦੇ ਸਕਣਗੇ ਮੇਰੇ ਖਿਆਲ ਨਾਲ। ਇਹਦੇ ਤੋਂ ਬਾਅਦ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਨਾਲ ਗੇਮ ਜਿਹੜੀ ਉਹ ਪਲਟ ਗਈ ਆ, ਅਤੇ ਇਸ ਵਕਤ ਜਿਹੜੀ ਸਭ ਤੋਂ ਪਤਲੀ ਹਾਲਤ ਉਹ ਪਤਾ ਕਿਹਨਾਂ ਦੀ ਹੈ? ਭਾਜਪਾ ਕਾਂਗਰਸ ਵਾਲਿਆਂ ਨੇ ਹੀ। ਉਹ ਕਿਉਂ? ਉਹ ਹੀ ਦੱਸਾਂਗੇ ਤੁਹਾਨੂੰ, ਮੈਨੂੰ ਇਹ ਕਿ ਆਪਾਂ ਉਹਨਾਂ ਦੀ ਕੋਈ ਜੇ ਆਪਣੇ ਮਨੀਸ਼ ਸਿਸੋਦੀਆ ਨੇ ਇਸ ਤੋਂ ਬਾਅਦ ਜੋ ਫੋਰਨ ਪ੍ਰੈਸ ਕਾਨਫਰੰਸ ਕੀਤੀ ਹੈ, ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਰੱਖੇ ਨੇ, ਸੋ ਅਸੀਂ ਇੱਕ ਵਾਰੀ ਸੁਣ ਲੈਂਦੇ ਉਹਨਾਂ ਨੇ। ਜੀ ਜ਼ਰੂਰ ਜ਼ਰੂਰ। ਐਲਜੀ ਸਾਹਿਬ ਕੇ ਪਾਸ ਸਿਰਫ ਇਤਨੀ ਪਾਵਰ ਥੀ ਕਿ ਕੈਬਨਿਟ ਡਿਸੀਜਨ ਲੇਗੀ, ਕੈਬਨਿਟ ਕੇ ਡਿਸੀਜਨ ਪੇ ਅਗਰ ਵੋ ਡਿਫਰੈਂਸ ਆਫ ਓਪੀਨੀਅਨ ਰੱਖਤੇ ਹੈ ਤੋ ਪ੍ਰੈਸੀਡੈਂਟ ਕੋ ਭੇਜੇਂਗੇ ਔਰ ਪ੍ਰੈਸੀਡੈਂਟ ਕੇ ਹਿਸਾਬ ਸੇ ਕਾਮ ਕਰੇਂਗੇ ਅਗਰ ਪ੍ਰੈਸੀਡੈਂਟ ਉਸ ਚੀਜ਼ ਕੋ ਮਨਾ ਕਰਦੇ ਹੈਂ। ਲੇਕਿਨ ਐਲਜੀ ਸਾਹਿਬ ਨੇ ਇਸ ਪ੍ਰੋਵਿਜ਼ਨ ਕੋ ਮਿਸਇੰਟਰਪ੍ਰੀਟ ਕਰਕੇ ਹਰ ਕਾਮ ਪੇ ਟਾਂਗ ਅਡਾਨੀ ਸ਼ੁਰੂ ਕਰ ਦੀ, ਹਰ ਕਾਮ ਪੇ ਏਕਦਮ ਪੋਲੀਟੀਕਲ ਵੈਂਡੇਟਾ ਮੋਦੀ ਜੀ ਕੀ ਤਰਫ ਸੇ ਉਨ੍ਹਾਂ ਨੇ ਸ਼ੁਰੂ ਕਰ ਦਿਆ। ਯਹਾਂ ਆਜ ਜੋ ਮਾਨਯ ਸੁਪਰੀਮ ਕੋਰਟ ਕਾ ਆਦੇਸ਼ ਆਇਆ ਹੈ, ਇਸਕੇ ਬਾਅਦ ਐਲਜੀ ਸਾਹਿਬ ਕੇ ਪਾਸ ਮੈਂ ਅਬ ਯੇ ਪਾਵਰ ਨਹੀਂ ਬਚੀ ਹੈ ਕਿ ਦਿੱਲੀ ਸਰਕਾਰ ਉਨਸੇ ਕੋਈ ਪਰਮਿਸ਼ਨ ਲੇਗੀ ਕਿਸੀ ਡਿਸੀਜਨ ਪੇ ਟ੍ਰਾਂਸਫਰ ਸਬਜੈਕਟ ਪੇ, ਤੀਨ ਸਬਜੈਕਟ ਕੋ ਛੋੜ ਕੇ ਸਾਰੇ ਸਬਜੈਕਟ ਪੇ ਯੇ ਆਦੇਸ਼ ਕਹਤਾ ਹੈ ਕਿ ਅਬ ਆਪਕੋ ਅਬ ਦਿੱਲੀ ਸਰਕਾਰ ਕੋ ਐਲਜੀ ਸਾਹਿਬ ਸੇ ਕੋਈ ਫਾਈਲ ਪਰਮਿਸ਼ਨ ਲੈਣੇ ਕੇ ਲਈ ਜ਼ਰੂਰਤ ਨਹੀਂ ਹੈ, ਅਪਰੂਵਲ ਕਰਾਨੇ ਕੀ ਜ਼ਰੂਰਤ ਨਹੀਂ ਹੈ। ਸਿਸੋਦੀਆ ਜੀ ਵੀ ਬੜੀ ਫਾਰਮ ਦੇ ਵਿੱਚ ਦਿਖਾਈ ਦਿੱਤੇ ਨੇ, ਪਾਵਰ ਪਾਵਰ ਮਿਲੀ ਹੈ। ਪਾਵਰ ਦੇਖੋ ਇਹ ਜਿਹੜਾ ਪਾਵਰ ਦਾ ਨੂਰ ਹੈ ਨਾ ਉਹ ਪਤਾ ਲੱਗ ਰਿਹਾ ਸੀ ਸਿਸੋਦੀਆ ਸਾਹਿਬ ਨੂੰ। ਤੁਸੀਂ ਜਿੱਦਣ ਇਹ ਬੈਜਲ ਸਾਹਿਬ ਦੇ ਉੱਥੇ ਧਰਨਾ ਦੇ ਰਹੇ ਸੀ ਉਹਦੇ ਸਿਸੋਦੀਆ ਸਾਹਿਬ ਬੈਠੇ, ਜਿੱਦਣਿਆਂ ਦੀ ਸਿਹਤ ਵਿਗੜੀ ਹੈ ਉਦਣ ਵਾਲੇ ਸਿਸੋਦੀਆ ਸਾਹਿਬ ਅਤੇ ਅੱਜ ਵਾਲੇ ਸਿਸੋਦੀਆ ਸਾਹਿਬ ਨੂੰ ਤੁਸੀਂ ਮੇਰੇ ਖਿਆਲ ਨਾਲ ਜ਼ਮੀਨ ਅਸਮਾਨ ਦਾ ਫਰਕ ਦੇਖ ਸਕਦੇ। ਐਂਡ ਸਿਸੋਦੀਆ ਸਾਹਿਬ ਕਿਉਂਕਿ ਪੰਜਾਬ ਦੇ ਵੀ ਇੰਚਾਰਜ ਨੇ, ਅਤੇ ਹੋ ਸਕਦਾ ਕਿ ਇਹਨਾਂ ਦੀ ਇਸ ਫਾਰਮ ਦਾ ਅਸਰ ਹੁਣ ਪੰਜਾਬ ਵਾਲੀ ਆਮ ਆਦਮੀ ਪਾਰਟੀ 'ਤੇ ਵੇਖਣ ਨੂੰ ਨਜ਼ਰ ਆ। ਤੁਸੀਂ ਕਾਂਗਰਸ ਦੀ ਗੱਲ ਕੀਤੀ ਸੀ, ਸਭ ਤੋਂ ਜ਼ਿਆਦਾ ਜਿਹੜਾ ਫਰਕ ਦਿਖ ਰਿਹਾ ਨਾ ਹੁਣ ਕਾਂਗਰਸ ਦੇ ਉੱਤੇ ਪਏਗਾ ਇਹ ਪੂਰਾ ਫਰਕ, ਇਹ ਕਿਸ ਤਰ੍ਹਾਂ? ਕਾਂਗਰਸ 'ਤੇ ਇਸ ਕਰਕੇ ਫਰਕ ਪਊਗਾ, ਹੁਣ ਨਾ ਦੇਖੋ ਬੜੀ ਦੇਰ ਤੋਂ ਮਾਤਾ ਜੀ, ਬੜੇ ਬਜ਼ੁਰਗ ਮਾਤਾ ਜੀ ਜਿਹੜੇ ਕਿ 15 ਸਾਲ ਪਹਿਲਾਂ ਮੁੱਖ ਮੰਤਰੀ ਰਹੇ ਆ ਜੀ, ਸ਼ੀਲਾ ਦੀਕਸ਼ਿਤ ਜੀ ਜੀ, ਹੋਰ ਕੋਈ ਲੀਡਰ ਨਹੀਂ ਬੋਲਿਆ। ਮਾਤਾ ਨੂੰ ਫਰਕ ਇਸ ਕਰਕੇ ਪੈਂਦਾ ਕਿਉਂਕਿ ਮਾਤਾ ਦੀ ਇੱਕ ਕਹਿ ਲਓ ਕਿ ਵੀ ਦਿੱਲੀ ਸਾਂਝ ਹੈ ਦਿੱਲੀ ਦੇ ਨਾਲ। ਹੁਣ ਸ਼ੀਲਾ ਦੀਕਸ਼ਿਤ ਜੀ ਬੋਲੇ, ਉਹ ਕਹਿੰਦੇ ਕਿ ਵੀ ਹੁਣ ਕੇਜਰੀਵਾਲ ਨੂੰ ਕੰਮ ਕਰਕੇ ਦਿਖਾਉਣਾ ਚਾਹੀਦਾ ਕਿਉਂਕਿ ਜਿਸ ਪਾਵਰ ਦੀ ਜਿਸ ਚੀਜ਼ ਦੀ ਉਹ ਵੇਟ ਕਰ ਰਹੇ ਸੀ ਉਹ ਚੀਜ਼ ਉਹਨਾਂ ਨੂੰ ਮਿਲ ਗਈ ਹੈ, ਅਤੇ ਹੁਣ ਉਹਨਾਂ ਨੂੰ ਦਿਖਾਉਣਾ ਚਾਹੀਦਾ ਲੋਕਾਂ ਨੂੰ ਕੰਮ ਕਰਕੇ ਕਿ ਆਮ ਆਦਮੀ ਪਾਰਟੀ ਕੀ ਕਰ ਸਕਦੀ ਹੈ। ਹੁਣ ਇਹਦੇ 'ਚ ਜਿਹੜੀ ਚੀਜ਼ ਮੈਂ ਪਤਲੀ ਹਾਲਤ ਦੀ ਗੱਲ ਕਰ ਰਿਹਾ ਉਹ ਇਹ ਹੈ ਕਿ ਕਾਂਗਰਸ ਵਾਲੇ ਵਿਚਾਰੇ ਨਾ ਹੁਣ ਉਸ ਪਾਸੇ ਜਾ ਸਕਦੇ ਅਤੇ ਨਾ ਉਸ ਪਾਸੇ ਜਾ ਸਕਦੇ, ਨਾ ਤਾਂ ਇਸ ਵਕਤ ਉਹ ਇਸ ਫੈਸਲੇ ਦੀ ਤਾਰੀਫ ਕਰ ਸਕਦੇ ਕਿਉਂਕਿ ਜੇ ਤਾਰੀਫ ਕਰਨਗੇ ਤਾਂ ਫਿਰ ਕੇਜਰੀਵਾਲ ਦੀ ਕਰਨੀ ਪੈਣੀ ਹੈ, ਹੈ ਨਾ। ਅਤੇ ਦੂਜਾ ਪ੍ਰੋਬਲਮ ਇਹ ਹੈ ਵੀ ਜੇ ਉਹ ਅੱਜ ਤਾਰੀਫ ਵਾਲੇ ਪਾਸੇ ਤੁਰਦੇ ਇਹਦਾ ਮਤਲਬ ਜਿਹੜੀ ਟਸਲ ਇਸ ਵਕਤ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਦੇਖੀ, ਜੇ ਕੱਲ੍ਹ ਨੂੰ ਉਹੀ ਟਸਲ ਭਾਜਪਾ ਅਤੇ ਕਾਂਗਰਸ ਦੇ ਵਿੱਚ ਬਣਦੀ ਹੈ ਤਾਂ ਸੇਮ ਉਹ ਗੱਲ 'ਚ ਰਸਾ ਇਹਨਾਂ ਦੇ ਵੀ ਪਾਉਣਗੇ। ਦੂਜੀ ਚੀਜ਼ ਜੇ ਹੁਣ ਮੰਨ ਲਓ ਕਿ ਵੀ ਉਹ ਇਹਦੇ ਵਿਰੋਧ 'ਚ ਬੋਲਦੇ ਆ ਜੀ, ਜਿਹੜੇ ਕਿ ਇਸ ਤੋਂ ਪਹਿਲਾਂ ਗੋਲ ਜਿਹਾ ਜਵਾਬ ਪਿਛਲੇ ਦਿਨੀ ਜਦੋਂ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਸੀ ਤਾਂ ਉਦੋਂ ਕਾਂਗਰਸ ਦੇ ਜਿਹੜੇ ਇਸ ਵਕਤ ਮੁਖੀਆ ਨੇ ਰਾਹੁਲ ਗਾਂਧੀ ਜੀ ਉਹਨਾਂ ਦਾ ਬਿਆਨ ਆਇਆ ਸੀ ਇਹੋ ਜਿਹਾ ਹੀ, ਜਿਹੜਾ ਕਿ ਹੁਣ ਬਚਦੇ ਨੇ ਮੇਰਾ ਖਿਆਲ ਵੀ ਆਪਾਂ ਨਾ ਦਈਏ, ਹੁਣ ਪਤਾ ਨਹੀਂ ਦੇ ਦੇਣ ਦਾ ਕੁਛ ਮੈਂ ਕਹਿ ਨਹੀਂ ਸਕਦਾ ਕਿਉਂਕਿ ਉਹ ਫੜੇ ਤਾਂ ਹੈ ਨਹੀਂ ਕਿਸੇ ਦੋਨੋਂ। ਹੁਣ ਉਹਦੇ 'ਚ ਇਹ ਆ ਕਿ ਵੀ ਜੇ ਉਹ ਇਹੋ ਜਿਹਾ ਬਿਆਨ ਦੇ ਦਿੰਦੇ ਨੇ ਕਿ ਵੀ ਹਾਂਜੀ ਇਹ ਜਿਹੜਾ ਫੈਸਲਾ ਹੈਗਾ ਇਹ ਬੜਾ ਧੱਕਾ ਹੈ ਜੀ, ਇਹਦੇ ਵਿੱਚ ਕੇਂਦਰ ਸਰਕਾਰ ਦਾ ਜਿਹੜਾ ਜੀ ਉਹ ਹੱਥ ਪਿੱਛੇ ਖਿੱਚਿਆ ਗਿਆ, ਜਿਹੜੀ ਚੁਣੀ ਹੋਈ ਸਰਕਾਰ ਇੱਦਾਂ ਦੀ ਗੱਲਬਾਤ ਆ, ਤਾਂ ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਪੋਜੀਸ਼ਨ ਹੈ ਉਹ ਗੜਬੜ ਹੋ ਸਕਦੀ ਹੈ, ਕਿਉਂਕਿ ਇੱਕ ਤਰ੍ਹਾਂ ਨਾਲ ਜਿਹੜਾ ਆਪਾਂ 11 ਪਾਰਟੀਆਂ ਦੇ ਗੱਠਜੋੜ ਦੀ ਗੱਲ ਕਰਦੇ ਹਾਂ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕੋ ਇੱਕ ਆਸ ਇਸ ਵਕਤ ਮੋਦੀ ਰੱਥ ਨੂੰ ਰੋਕਣ ਦੇ ਲਈ ਕਾਂਗਰਸ ਪਾਰਟੀ ਨੂੰ ਨਜ਼ਰ ਆ ਰਹੀ ਹੈ, ਉਹਦੇ ਵਿੱਚ ਕੇਜਰੀਵਾਲ ਵਰਗੇ ਬੰਦੇ ਦਾ ਜੁੜਨਾ ਬੜਾ ਜ਼ਰੂਰੀ ਹੈ, ਇਹ ਉਹਨਾਂ ਨੂੰ ਪਤਾ। ਈਵਨ ਜੇ ਤੁਸੀਂ ਕਾਰਟੂਨ ਦੇਖੋ ਨਾ ਆਪਣੇ ਨੈਸ਼ਨਲ ਨਿਊਜ਼ ਪੇਪਰਸ ਦੇ ਵਿੱਚ ਵੀ ਬਹੁਤ ਸਾਰਿਆਂ ਦੇ ਵਿੱਚ ਕਾਰਟੂਨ ਇੱਕ ਮੈਂ ਛਪਿਆ ਦੇਖਿਆ, ਉਹਦੇ ਵਿੱਚ ਇੱਕ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ, ਸਿਰਫ ਦੋ ਟੋਪੀਆਂ ਦੇ ਨਾਲ ਖੇਡਿਆ ਗਿਆ ਕਿਉਂਕਿ ਟੋਪੀ ਕਾਂਗਰਸ ਵਾਲੇ ਵੀ ਪਾਉਂਦੇ ਆ ਅਤੇ ਟੋਪੀ ਆਮ ਆਦਮੀ ਪਾਰਟੀ ਵਾਲੇ ਵੀ ਪਾਉਂਦੇ ਹਨ। ਉਹਨਾਂ ਨੇ ਦੋ ਟੋਪੀਆਂ ਨੂੰ ਇਸ ਤਰ੍ਹਾਂ ਰੱਖਿਆ ਕਿ ਇੱਕ ਟੋਪੀ ਜਿਹੜੀ ਹੈ ਉਹ ਟੁੱਟੀ ਜਿਹੀ ਕੁਰਸੀ ਦੇ ਉੱਪਰ ਬੰਦਾ ਬੈਠਾ, ਉਹਦੀ ਉਹਨਾਂ ਨੇ ਸ਼ਕਲ ਵੀ ਅਜੀਬ ਜਿਹੀ ਬਣਾਈ ਤਾਂ ਜੋ ਪਤਾ ਨਾ ਲੱਗੇ, ਅਤੇ ਦੂਸਰੀ ਟੋਪੀ ਉਹਦੇ ਪੈਰਾਂ ਦੇ ਵਿੱਚ
ਮਤਲਬ ਬੜਾ ਵਧੀਆ ਸਟਾਇਲ ਸੀਗਾ ਕਿ ਵੀ ਤੁਸੀਂ ਆਪਣੀ ਪੋਜੀਸ਼ਨ ਦੇਖੋ, ਤੁਸੀਂ ਆਪਣੇ ਕਹਿਣ ਦਾ ਤਰੀਕਾ ਦੇਖੋ, ਅਤੇ ਜਿਹੜਾ ਬੰਦਾ ਅਗਲੇ ਬੰਨੇ ਬੈਠਾ ਹੋਇਆ ਉਹਦੇ ਕੋਲ ਫਿਰ ਵੀ ਕੋਈ ਨਾ ਕੋਈ ਕੁਰਸੀ ਹੈ, ਤੁਹਾਡੇ ਕੋਲ ਉਹ ਵੀ ਨਹੀਂ ਹੈਗੀ। ਅੱਛਾ ਹੁਣ ਜੇ ਆਪਾਂ ਥੋੜ੍ਹੇ ਜਿਹੇ ਮੈਂ ਇਸ ਫੈਸਲੇ ਦੀ ਆਪਾਂ ਗੱਲ ਕਰ ਲਈਏ, ਇਹਦੇ ਵਿੱਚ ਨਾ ਹਿਸਟਰੀ ਮੈਂ ਤੁਹਾਨੂੰ ਦੱਸਾਂ, ਜਿੱਥੋਂ ਮੈਂ ਦੱਸਣਾ ਚਾਹੁੰਦਾ ਕਿ ਵੀ ਇਹ ਆਮ ਆਦਮੀ ਪਾਰਟੀ ਨੂੰ ਲੱਤਾਂ ਕਿੱਦਾਂ ਖਿੱਚੀਆਂ ਗਈਆਂ ਸੀ। ਇਹ ਲੱਤਾਂ ਵਰਡ ਬੜਾ ਵਧੀਆ ਜਿਹੜਾ ਕਿ ਇਸ ਵਕਤ ਆਪਣੇ ਇਸ ਮੁਲਕ ਨੂੰ ਚਲਾ ਰਿਹਾ, ਕਿਉਂਕਿ ਇਹਦੇ 'ਚ ਨਾ ਆਪਾਂ ਐਂ ਕਹਿ ਦਿੰਦੇ ਲੋਕਤਾਂਤਰਿਕ ਕਦਰਾਂ ਕੀਮਤਾਂ ਜਾਂ ਸਿਆਸੀ ਚਾਲਾਂ ਜਾਂ ਰਾਜਨੀਤੀ, ਇਹ ਸ਼ਬਦ ਨਾ ਸਿਰਫ ਅਖਬਾਰਾਂ 'ਚ ਲਿਖਣ ਲਈ, ਟੀ ਵੀ 'ਤੇ ਬੋਲਣ ਲਈ, ਰੇਡੀਓ 'ਚ ਬੜੇ ਵਧੀਆ, ਪਰ ਜੇ ਤੁਸੀਂ ਸੱਥਾਂ ਦੇ ਵਿੱਚ ਬੈਠ ਕੇ ਗੱਲ ਸਮਝਾਉਣੀ ਹੋਵੇ ਤਾਂ ਫਿਰ ਮੇਰੇ ਖਿਆਲ ਨਾਲ ਸ਼ਬਦ ਵਰਤਿਆ ਜਾਣਾ ਚਾਹੀਦਾ ਕਿ ਲੱਤਾਂ ਖਿੱਚਣਾ, ਲੱਤਾਂ ਫਸਾਉਣਾ ਜਾਂ ਫਿਰ ਲੱਤ ਲਾਉਣੀ। ਇਹ ਇਸੇ ਫੈਸਲੇ ਦੇ ਵਿੱਚ ਮੈਂ ਤਿੰਨੇ ਗੱਲਾਂ ਤੁਹਾਨੂੰ ਸਮਝਾਉਣਾ। ਹੁਣ ਤੁਸੀਂ ਦੇਖੋ ਵੀ ਲੱਤ ਹੁਣ ਤੱਕ ਫਸਾਈ ਜਾ ਰਹੀ ਸੀ ਉਪ ਰਾਜਪਾਲ ਵੱਲੋਂ, ਹਾਂਜੀ, ਹਰ ਗੱਲ ਜਿਹੜੀ ਉਹਨਾਂ ਨੇ ਕਰਨੀ, ਨਾ ਮੈਂ ਨਾ ਮੰਨੂ, ਮੈਂ ਨਾ ਮੰਨੂ, ਉਹ ਜਵਾਨ ਕੁੰਡਲੀ ਮਾਰ ਕੇ ਬਹਿ ਜਾਂਦਾ ਸੀ ਉੱਥੇ ਵੀ, ਨਾ ਬਈ ਫਾਈਲ ਨਾ ਮੈਂ ਹੂੰ ਕਰੂੰਗਾ ਨਾ ਮੈਂ ਮੇਰੇ ਕੋਲ ਹੀ ਪਏਗਾ ਹੈ ਨਾ। ਹੁਣ ਉਹਦੇ 'ਤੇ ਜਿਹੜਾ ਸੁਪਰੀਮ ਕੋਰਟ ਦਾ ਇਹ ਬੈਨੀਫਿਟ ਇਹਨਾਂ ਨੂੰ ਮਿਲਿਆ ਇਸ ਫੈਸਲੇ ਦਾ, ਉਹ ਇਹ ਹੈ ਕਿ ਵੀ ਜਿਹੜੀ ਵੀ ਚੀਜ਼ ਇਸ ਵਕਤ ਕੈਬਨਿਟ ਪਾਸ ਕਰਦੀ ਹੈ ਉਹਦੀ ਸਿਰਫ ਇਨਫੋਰਮੇਸ਼ਨ ਦੇਣੀ ਹੈ ਕਿ ਸਾਰਾ ਹੋ ਗਿਆ, ਉੱਤੋਂ ਉੱਤੋਂ ਦਿਖਾਉਣਾ, ਹਾਂ ਸਰ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਜੀ ਦੂਸਰੀ ਚੀਜ਼ ਜਿਹੜਾ ਕਿ ਹੁਣ ਤੱਕ ਇਹ ਜਾ ਰਿਹਾ ਕਿ ਲੱਤ ਖਿੱਚਣ ਵਾਲਾ ਕੰਮ, ਉਹ ਲੱਤ ਖਿੱਚਣ ਵਾਲਾ ਕੰਮ ਸੈਂਟਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ ਉਪ ਰਾਜਪਾਲ ਦੇ ਸਾਹਿਬ ਦੇ ਨਾਲ, ਉਹ ਇਹ ਸੀ ਕਿ ਵੀ ਜਿਹੜੀ ਵੀ ਸਕੀਮ ਜਾਂ ਕੁਛ ਵੀ ਬਣਾਇਆ ਜਾਂਦਾ ਸੀ ਉਹਦੇ 'ਤੇ ਜੇ ਕੋਈ ਮੰਨ ਲਓ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ ਨਜ਼ਰ ਆਉਂਦੀ ਤਾਂ ਸਾਈਨ ਕਰਨ ਦੇ ਲਈ ਇਹਨੂੰ ਲਟਕਾਤਾ ਜਾਂਦਾ ਸੀ ਕਿ ਵੀ ਹਾਂ ਵੀ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਡੀ ਲੱਤ ਖਿੱਚਾਂਗੇ, ਵੀ ਇਹ ਕਿਉਂ ਕਰ ਰਹੇ ਹੋ ਤੁਸੀਂ, ਮਤਲਬ ਜਦੋਂ ਤੱਕ ਉਹਨਾਂ ਦੀ ਮਰਜ਼ੀ ਨਹੀਂ ਹੋਏਗੀ ਉਹ ਸਾਈਨ ਨਹੀਂ ਕਰਨਗੇ, ਸਾਈਨ ਨਹੀਂ ਕਰਨਗੇ, ਕੋਈ ਬਾਧਿਤ ਨਹੀਂ ਹੈਗੇ, ਉਹ ਵੀ ਪੱਕਾ ਨਹੀਂ। ਹਾਂ ਹੁਣ ਉਹ ਕਹਿੰਦੇ ਵੀ ਸਾਈਨ ਤੁਸੀਂ ਕਰੋ ਹੀ ਨਾ, ਤੁਹਾਡੇ ਸਾਈਨ ਅਸੀਂ ਕਰਾਉਂਦੇ ਨਹੀਂ, ਉਹਨਾਂ ਨੇ ਆਪਣਾ ਕੰਮ ਕਰੀ ਜਾਣਾ, ਤੁਸੀਂ ਬਸ ਵੇਖੋ। ਫਿਰ ਵੱਡੀ ਚੀਜ਼ ਜਿਹੜੀ ਉਹਨਾਂ ਨੇ ਇਹਦੇ ਵਿੱਚ ਇਹ ਕਹੀ ਕਿ ਵੀ ਇਹ ਜੋ ਵੀ ਫੈਸਲੇ ਲਏ ਜਾਂਦੇ ਨੇ ਇਹਦੇ ਵਿੱਚ ਜੇ ਤੁਹਾਨੂੰ ਕਿਸੇ ਫੈਸਲੇ 'ਤੇ ਇਤਰਾਜ਼ ਹੈ, ਇਹ ਨਹੀਂ ਕਿ ਹਰੇਕ 'ਤੇ ਇਤਰਾਜ਼ ਹੈ, ਕਿਸੇ ਫੈਸਲੇ 'ਤੇ ਇਤਰਾਜ਼ ਆ, ਤਾਂ ਜੋ ਪਹਿਲਾਂ ਵਾਲੀ ਪੋਜੀਸ਼ਨ ਸੀ ਕਿ ਹਾਂਜੀ ਉਪ ਰਾਜਪਾਲ ਸਾਹਿਬ ਉਹਦੇ 'ਤੇ ਆਪਣੇ ਵੱਲੋਂ ਇੱਕ ਨੋਟ ਲਿਖ ਕੇ ਅਤੇ ਰਾਸ਼ਟਰਪਤੀ ਜੀ ਨੂੰ ਭੇਜ ਸਕਦਾ ਕਿ ਤੁਸੀਂ ਇਸ ਮਾਮਲੇ ਨੂੰ ਦੇਖੋ, ਮੈਨੂੰ ਲੱਗ ਰਿਹਾ ਕਿ ਵੀ ਇਹ ਲੋਕ ਹਿੱਤ ਵਿੱਚ ਨਹੀਂ ਆ ਜਾਂ ਕਿਤੇ ਨਾ ਕਿਤੇ ਅਧਿਕਾਰਾਂ ਦਾ ਹਨਨ ਹੈ ਜਾਂ ਇਹਦੇ 'ਤੇ ਰਾਸ਼ਟਰਪਤੀ ਜੀ ਦੀ ਰਾਏ ਚਾਹੀਦੀ ਹੈ ਜੀ, ਉਸ ਲੈਵਲ ਦੇ ਕਿਸੇ ਨਾ ਕਿਸੇ ਮੁੱਦੇ ਨੂੰ ਰਾਸ਼ਟਰਪਤੀ ਕੋਲ ਭੇਜ ਸਕਦੇ, ਇਸ ਤੋਂ ਇਲਾਵਾ ਨਹੀਂ। ਹੁਣ ਇਹ ਵੀ ਇੱਕ ਬਹੁਤ ਵੱਡੀ ਗੱਲ, ਹੁਣ ਇਹ ਤਾਂ ਹੈ ਨਹੀਂ ਗਾ ਵੀ ਫਲਾਣੇ ਥਾਂ ਦੇ ਉੱਪਰ ਜੀ ਆ ਜਿੱਦਾਂ ਇਹਨਾਂ ਦਾ ਰੌਲਾ ਜਿਹੜੀ ਗੱਲ ਤੋਂ ਪਿਆ ਸੀਗਾ ਕਿ ਅਸੀਂ ਚਾਹੁੰਦੇ ਹਾਂ ਜੀ ਵੀ ਜਿਹੜੀ ਰਾਸ਼ਨ ਦੀ ਹੋਮ ਡਿਲੀਵਰੀ ਕਰ ਦਈਏ ਜੀ, ਹੁਣ ਰਾਸ਼ਨ ਦੀ ਹੋਮ ਡਿਲੀਵਰੀ ਵਾਲੇ ਬਿੱਲ ਨੂੰ ਉਪ ਰਾਜਪਾਲ ਸਾਹਿਬ ਜੀ ਰੋਕ ਕੇ ਬਹਿ ਜਾਣ ਅਤੇ ਉੱਤੋਂ ਕੱਲ੍ਹ ਨੂੰ ਰਾਸ਼ਟਰਪਤੀ ਸਾਹਿਬ ਨੂੰ ਭੇਜਣ ਵੀ ਆਹ ਦੇਖੋ ਜੀ ਇਹ ਲੋਕ ਹਿੱਤ ਵਿੱਚ ਨਹੀਂ ਹੈਗਾ, ਇਹ ਰਾਸ਼ਨ ਦੀ ਡਿਲੀਵਰੀ ਕਰਨ ਨੂੰ ਫਿਰਦੇ ਆ। ਹੁਣ ਇਹੋ ਜਿਹੀਆਂ ਗੱਲਾਂ ਮੇਰੇ ਖਿਆਲ ਨਾਲ ਹਾਸੋਹੀਣੀਆਂ ਦੇ ਉੱਪਰ ਇਹ ਕੰਮ ਨਹੀਂ ਵਾਪਰਨਾ ਸੀਗਾ, ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇਸ ਚੀਜ਼ ਦਾ ਬੈਨੀਫਿਟ ਮਿਲਿਆ। ਪਰ ਅਜਿਹਾ ਨਹੀਂ ਹੈਗਾ, ਤੁਸੀਂ ਥੋੜ੍ਹਾ ਜਿਹਾ ਪਿੱਛੇ ਜਾਓ, ਜਿਸ ਤਰੀਕੇ ਨਾਲ ਵੀ ਕਹਿ ਲਓ ਕਿ ਵੀ ਇਸ ਮੁਲਕ ਦੇ ਵਿੱਚ ਸਿਆਸੀ ਪਾਰਟੀਆਂ ਨੇ ਕਿਸੇ ਪਹਿਲੇ ਪਾਰਟੀ ਵੱਲੋਂ ਕੀਤੇ ਹੋਏ ਮਾੜੇ ਕੰਮਾਂ ਨੂੰ ਹੋਰ ਉਭਾਰਿਆ, ਪਹਿਲੀ ਪਾਰਟੀ ਮੈਂ ਕਹਿ ਰਿਹਾ ਜ਼ਿਆਦਾ ਰਾਜ ਜੇ ਕਾਂਗਰਸ ਨੇ ਕੀਤਾ, ਤਾਂ ਜਿੱਥੇ ਜਿੱਥੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਪਿੱਛੇ ਧੱਕਣ ਦੇ ਲਈ ਕੰਮ ਸ਼ੁਰੂ ਕੀਤੇ ਸੀ ਨਾ, ਉਹ ਸੇਮ ਚੀਜ਼ਾਂ ਨੂੰ ਭਾਜਪਾ ਵਾਲਿਆਂ ਨੇ ਵੀ ਅਪਣਾਇਆ। ਉਹ ਇਸ ਕਰਕੇ ਅਪਣਾਇਆ ਕਿਉਂਕਿ ਜੇ ਉਹ ਵਿਰੋਧੀ ਬੋਲਦੇ ਨੇ ਤਾਂ ਉਹ ਕਹਿਣਗੇ ਕਿ ਇੰਨੀ ਤਰੀਕ ਨੂੰ ਇੰਨੀ ਸਾਨੂੰ ਤੁਸੀਂ ਆਹ ਕੰਮ ਕੀਤਾ ਸੀ ਅਤੇ ਅੱਜ ਅਸੀਂ ਕਰ ਰਹੇ ਤਾਂ ਤੁਹਾਨੂੰ ਕੀ ਤਕਲੀਫ ਹੈ। ਹੁਣ ਜੇ ਆਪਾਂ ਗੱਲ ਕਰ ਲਈਏ, ਪਾਰਲੀਮਾਨੀ ਸੈਕਟਰੀ ਬਣਾਏ ਸੀ ਇਹ ਵੀ ਇਹਨਾਂ ਨੇ 2015 'ਚ ਬਣਾਏ ਸੀ ਜਦੋਂ ਇਹਨਾਂ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਦਿੱਲੀ 'ਚ। ਹੁਣ ਉਹ ਜਿਹੜੇ ਪਾਰਲੀਮਾਨੀ ਸੈਕਟਰੀ ਬਣਾਏ ਗਏ, ਉਸ ਤੋਂ ਬਾਅਦ ਉਹ ਅਦਾਲਤਾਂ ਨੇ ਕਿਹਾ ਕਿ ਇਹ ਤਾਂ ਲਾਭ ਦਾ ਉਹਦਾ ਜੀ, ਸਾਰਿਆਂ ਨੂੰ ਤੁਸੀਂ ਬਰਖਾਸਤ ਕਰੋ, ਸਾਈਡਲਾਈਨ ਕਰੋ, ਖਾਲੀ ਕਰੋ, ਪੰਜਾਬ ਦੇ ਵਿੱਚ ਵੀ ਹੋ ਗਿਆ, ਹਰਿਆਣੇ 'ਚ ਵੀ ਹੋ ਗਿਆ, ਪਰ ਇੱਥੇ ਕਿਸੇ ਦੀ ਵੀ MLA ਸ਼ਿਪ ਜਿਹੜੀ ਹੈ ਉਹ ਨਹੀਂ ਸੀ ਖੁਸੀ ਜੀ। ਪਰ ਜਾਂਦੇ ਜਾਂਦੇ ਵਾਪਰਿਆ ਇਹ ਸੀਗਾ ਕਿ ਜਨਵਰੀ ਦੇ ਵਿੱਚ 20 MLA ਆਮ ਆਦਮੀ ਪਾਰਟੀ ਦੇ ਡਿਸਮਿਸ ਕਰ ਦਿੱਤੇ ਗਏ, ਬਰਖਾਸਤ ਕਰ ਦਿੱਤੇ ਗਏ, ਵੀ ਇਹਨਾਂ ਨੇ ਲਾਭ ਦਾ ਉਹਦਾ ਰੱਖਿਆ, ਇਸ ਕਰਕੇ ਇਹ MLA ਨਹੀਂ ਹੈਗੇ। ਉਹ ਬੜਾ ਰੌਲਾ ਪਿਆ ਸੀ ਉਸ ਚੀਜ਼ ਦਾ ਕਿ ਜੇ ਕਾਂਗਰਸ ਕਰੇ ਤਾਂ ਕੋਈ ਗੱਲ ਨਹੀਂ, ਅਕਾਲੀ ਦਲ ਕਰੇ ਤਾਂ ਕੋਈ ਗੱਲ ਨਹੀਂ, ਭਾਜਪਾ ਕਰੇ ਤਾਂ ਕੋਈ ਗੱਲ ਨਹੀਂ, ਆਮ ਆਦਮੀ ਪਾਰਟੀ ਕਰੇ ਤਾਂ ਬਹੁਤ ਗੱਲਾਂ। ਹਾਂ, ਅਤੇ ਜੇ ਕੇਜਰੀਵਾਲ ਨੇ ਉਹ ਬਣਾ ਦਿੱਤੇ ਨੇ ਤਾਂ ਫਿਰ ਬਹੁਤ ਵੱਡੀਆਂ ਗੱਲਾਂ। ਫਿਰ ਉਹਨਾਂ ਨੂੰ ਅਦਾਲਤ 'ਚ ਜਾਣਾ ਪਿਆ ਅਤੇ ਮਾਰਚ ਦੇ ਵਿੱਚ ਜਾ ਕੇ ਤੋਂ ਜਿਹੜਾ ਡਿਸੀਜਨ ਸੀਗਾ ਚਲੋ ਉਲਟਾ ਕਰ ਦਿੱਤਾ, ਹਾਈ ਕੋਰਟ ਨੇ ਕਹਿ ਤਾ ਕਿ ਵੀ ਇਹ ਇਹਨਾਂ ਦੀ ਜਿਹੜੀ MLA ਸ਼ਿਪ ਹੈ ਇਹਨੂੰ ਆਪਾਂ ਬਹਾਲ ਕਰਦੇ ਹਾਂ। ਸੋ ਥਾਂ ਥਾਂ ਦੇ ਉੱਪਰ ਰੂੜੇ ਅਟਕਾਏ ਗਏ, ਥਾਂ ਥਾਂ ਦੇ ਉੱਪਰ ਜਿਹੜਾ ਕੰਮ ਕਰਨ ਤੋਂ ਰੋਕਿਆ ਗਿਆ। ਇਹ ਜਿਹੜੀ ਚੀਜ਼ ਸੀਗੀ ਮੈਨੂੰ ਲੱਗਦਾ ਕਿ ਜਿੱਥੇ ਲੋਕ ਵੀ ਇਹ ਕਹਿਣ ਲੱਗ ਗਏ ਸੀ, ਕਿਉਂਕਿ ਭਾਜਪਾ ਇਸ ਚੀਜ਼ ਦਾ ਪ੍ਰਚਾਰ ਵੀ ਕਰਦੀ ਰਹੀ ਕਿ ਇਹ ਬੰਦੇ ਨੂੰ ਕੰਮ ਨਹੀਂ ਆਉਂਦਾ, ਇਹ ਬੰਦਾ ਹੁਣ ਕਰ ਕੱਖ ਨਹੀਂ ਸਕਦਾ ਅਤੇ ਇਹ ਸਾਨੂੰ ਦੋਸ਼ੀ ਠਹਿਰਾ ਰਿਹਾ ਕਿ ਮੈਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ, ਜਦਕਿ ਇੱਕ ਤਾਂ ਦਿਲ ਨਹੀਂ ਕਰਦਾ। ਪਰ ਮੇਰੇ ਖਿਆਲ ਨਾਲ ਇਸ ਡਿਸੀਜ਼ਨ ਨੇ ਆਮ ਆਦਮੀ ਪਾਰਟੀ ਨੂੰ ਇੱਕ ਆਕਸੀਜਨ ਦਿੱਤੀ ਹੈ ਮਰਦਿਆਂ ਹੋਦਿਆਂ ਵੀ ਕੰਮ ਵਾਕਿਆ ਨਹੀਂ ਸੀ ਉਹਨੂੰ ਕਰਨ ਦਿੱਤਾ ਜਾ ਰਿਹਾ ਜੀ। ਯਾਨੀ ਕਿ ਦਿੱਲੀ ਦੇ ਵਿੱਚ ਇਸ ਸਮੇਂ ਕੋਈ ਵੀ ਬਿਗ
ये एल जी साहब एवरी मैटर में जो टांग फड़ लगाते थे, टांग अड़ाते थे, एल जी साहब को सीधे सीधे कोर्ट के इंस्ट्रक्शन है इस आदेश में कि आप एनी मैटर पे कर सकते हो, एवरी मैटर पे इंटरप्रिटेशन नहीं कर सकते कि आप हर चीज को प्रेसिडेंट के लिए भेज दोगे। आप हर चीज में प्रेसिडेंट के लिए तो किसी को भी नहीं भेज रहे थे, वो हर चीज में टांगड़ा दोगे, टांगड़ाने की पावर उनकी पहले खत्म कर दी। प्रेसिडेंट को भी भेजना है तो एनी मैटर भेज सकते हैं, नॉट एवरी मैटर। आम आदमी पार्टी ने, मैं सही दसा, बहुत बड़ा सर्वाइवल का मौका है इस वक्त कर सकते हैं। ਜਿੱਦਾਂ ਉਹਨਾਂ ਨੂੰ ਇਹ ਅਧਿਕਾਰ ਮਿਲ ਗਏ ਅਤੇ ਉਹਨਾਂ ਕੋਲ ਸਭ ਸਮਾਂ ਵੀ ਹੈ, ਵਕਤ ਵੀ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਗੱਲ ਮੰਨਣ ਵਾਲੀ ਹੈ ਕਿ ਉਹਨਾਂ ਵਿਚਾਰਿਆਂ ਦੇ 3 ਸਾਲ ਦੇ ਕਰੀਬ ਖਰਾਬ ਹੋ ਗਏ। ਜੇ 2015 ਫਰਵਰੀ ਦੇ ਵਿੱਚ ਸਰਕਾਰ ਬਣਦੀ ਹੈ ਅਤੇ ਹੁਣ ਤੁਸੀਂ ਦੇਖ ਲਓ ਕਿ 2018 ਚੱਲ ਰਿਹਾ, ਕਿੰਨਾ ਸਮਾਂ ਨਿਕਲ ਗਿਆ ਸਿਰਫ ਇਸੇ ਚੱਕਰ 'ਚ ਲੜਦੇ ਹੀ ਵੀ ਕਦੀ ਉਹਨਾਂ ਕੋਲੋਂ ਉਹ ਐਂਟੀ ਕ੍ਰਾਈਮ ਵਾਲੇ ਜਿਹੜੇ ਸੀਗੇ ਉਹ ਵਾਪਸ ਲੈ ਲਏ, ਕਦੀ ਕਰਪਸ਼ਨ ਵਾਲੇ ਵਾਪਸ ਲੈ ਲਏ, ਕਦੀ ਜੇ ਕਿਸੇ ਹੌਲਦਾਰ ਨੂੰ ਰਿਸ਼ਵਤ ਲੈਂਦੇ ਹਾਂ ਮੁੱਖ ਮੰਤਰੀ ਸਾਹਿਬ ਲਿਖ ਦਿੰਦੇ ਨੇ ਵੀ ਇਹਨੂੰ ਗ੍ਰਿਫਤਾਰ ਕਰ ਲਓ ਅਤੇ ਕਾਰਵਾਈ ਕਰੋ, ਉਪ ਰਾਜਪਾਲ ਸਾਹਿਬ ਕਹਿੰਦੇ ਸੀ ਵੀ ਨਹੀਂ ਮੈਂ ਕਾਰਵਾਈ ਹੋਣ ਦੇਣੀ ਕਿਉਂਕਿ ਪੁਲਿਸ ਦਾ ਮਹਿਕਮਾ ਤੁਹਾਡੇ ਅੰਡਰ ਆਉਂਦਾ ਹੀ ਨਹੀਂ ਹੈਗਾ। ਜੇ ਉਹ ਕਹਿੰਦੇ ਸੀ ਵੀ ਫਲਾਨਾ ਫਲਾਨਾ ਸਕੱਤਰ ਜਿਹੜਾ ਆਣ ਕੇ ਮੈਨੂੰ ਮਿਲੇ ਉਹ ਕਹਿੰਦੇ ਅਸੀਂ ਨਹੀਂ ਮਿਲਦੇ ਕਿਉਂਕਿ ਅਸੀਂ ਤੁਹਾਡੇ ਅੰਡਰ ਆਉਂਦੇ ਨਹੀਂ, ਮਤਲਬ ਇਹੋ ਜਿਹੇ ਬਹੁਤ ਕੰਮ ਸੀਗੇ ਜਿਨ੍ਹਾਂ ਦਾ ਕਰਕੇ ਜਾਣਬੁੱਝ ਕੇ ਉਹ ਜਿਹੜੀਆਂ ਚੀਜ਼ਾਂ ਸੀ ਉਹ ਰੋਕੀਆਂ ਜਾ ਰਹੀਆਂ ਸੀ। ਪਰ ਹੁਣ ਮੇਰੇ ਖਿਆਲ ਨਾਲ ਜਿਹੜੀ ਚੀਜ਼ ਇਹਨਾਂ ਨੂੰ ਮਿਲੀ ਹੈ 2018, ਅਜੇ ਦਿੱਲੀ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਨੇ ਉਹ 2020 ਦੇ ਵਿੱਚ ਜਾ ਕੇ ਆਉਣੀਆਂ, ਅਜੇ ਉਹਨਾਂ ਕੋਲ ਮੇਰਾ ਖਿਆਲ ਡੇਢ ਪੌਣੇ 2 ਸਾਲ ਹੈਗੇ ਆ। ਹੁਣ ਡੇਢ ਪੌਣੇ 2 ਸਾਲ ਦੇ ਵਿੱਚ ਜੇ ਦਿੱਲੀ ਦੇ ਵਿੱਚ ਵਾਕਿਆ ਕੇਜਰੀਵਾਲ ਹੁਰੀ ਜੋ ਕਰਨਾ ਚਾਹੁੰਦੇ ਸੀ, ਜੋ ਉਹਨਾਂ ਨੇ 3 ਸਾਲਾਂ ਦੇ ਵਿੱਚ ਰੋਕਾਂ ਦੇ ਬਾਵਜੂਦ ਕਰ ਲਿਆ, ਅਤੇ ਜੇ ਉਹ 2.5 ਸਾਲ ਫਰੀ ਹੈਂਡ ਦੇ ਵਿੱਚ ਕਰ ਜਾਂਦੇ ਨੇ ਤਾਂ ਮੇਰੇ ਖਿਆਲ ਨਾਲ ਦਿੱਲੀ ਦੇ ਵਿੱਚ ਉਹ ਆਪਣਾ ਇੱਕ ਪੱਕਾ ਬੇਸ ਬਣਾ ਸਕਦੇ। ਇਹਦੇ ਵਿੱਚ ਇੱਕ ਵੱਡੀ ਚੇਂਜ ਜਿਹੜੀ ਆਉਣੀ ਉਹ ਆਉਣੀ ਆ 2018 ਦਾ ਐਂਡ ਜਾਂ 2019 ਦੀ ਸ਼ੁਰੂਆਤ, ਉਹ ਹੈ ਸੈਂਟਰ ਵਾਲੀਆਂ ਚੋਣਾਂ, ਜਿਹਦੇ ਵਿੱਚ ਹੋ ਸਕਦਾ ਕਿ ਮੋਦੀ ਸਾਹਿਬ ਦੀ ਕੁਰਸੀ ਖਿਸਕ ਜੇ। ਜੇ ਮੋਦੀ ਸਾਹਿਬ ਦੀ ਕੁਰਸੀ ਖਿਸਕ ਜਾਂਦੀ ਹੈ ਤਾਂ 2019 ਤੋਂ ਲੈ ਕੇ 2020 ਤੱਕ ਦਾ ਪੂਰਾ 1 ਸਾਲ ਨੀਅਰ ਅਬਾਊਟ ਕੋ 8-10 ਮਹੀਨੇ ਟੋਟਲੀ ਕੇਜਰੀਵਾਲ ਸਾਹਿਬ ਕੋਲ ਖੇਡਣ ਲਈ ਹੈਗੇ ਨੇ, ਜਿਹਦੇ ਵਿੱਚ ਉਹ ਕੰਮ ਕਰ ਸਕਦੇ ਆ। ਸੋ ਇੱਕ ਉਮੀਦ ਵੱਜਦੀ ਹੈ ਕਿ ਵੀ ਆਮ ਆਦਮੀ ਪਾਰਟੀ ਜਿਹੜਾ ਹੁਣ ਲੱਗ ਰਿਹਾ ਸੀ ਕਿ ਸ਼ਾਇਦ ਜਿਹੜੇ 70-67 MLA ਇੱਕ ਵਾਰ ਆ ਗਏ ਹੁਣ ਲੋਕਾਂ ਨੇ ਜਿਤਾਉਣਾ, ਉਹਨੂੰ ਉਹ ਬਹਾਲ ਰੱਖ ਸਕਦੀ, ਮੈਂ 70-70 ਵੀ ਹੋ ਸਕਦਾ। ਇੱਕ ਹੋਰ ਚੀਜ਼ ਤੁਹਾਨੂੰ ਦੱਸਦਾ ਇਹਦੇ ਵਿੱਚ, ਉਹ ਇਹ ਚੀਜ਼ ਆ ਕਿ ਵੀ ਇਹ ਸਾਰੇ ਕੁਛ ਦਾ ਜਿਹੜਾ ਪ੍ਰਭਾਵ ਆ ਨਾ ਉਹ ਪੰਜਾਬ 'ਤੇ ਬਹੁਤ ਵੱਡਾ ਪਿਆ। ਇਸ 3 ਸਾਲਾਂ ਦਾ ਖਮਿਆਜ਼ਾ ਦਿੱਲੀ ਵਾਲਿਆਂ ਨੂੰ ਤਾਂ ਭੁਗਤਣਾ ਹੀ ਪਿਆ, ਪਰ ਐਜ਼ ਏ ਪਾਰਟੀ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਇਹਦਾ ਬਹੁਤ ਵੱਡਾ ਨੁਕਸਾਨ ਹੋਇਆ। ਉਹਦਾ ਕਾਰਨ ਇਹ ਸੀ ਕਿ ਆਪਾਂ ਜੇ ਗੱਲ ਕਰੀਏ ਤਾਂ 2017 ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਦੀ ਤਿਆਰੀ ਉਹੀ 2016 ਦੇ ਐਂਡ ਜਿਹਦੇ 'ਚ ਸ਼ੁਰੂ ਹੋਈ ਸੀ, ਅਤੇ 2016 ਦਾ ਐਂਡ ਲਾ ਲਓ ਤੁਸੀਂ ਜਾਂ ਜਦੋਂ ਕਿ ਜਦੋਂ 2017 ਦੇ ਵਿੱਚ ਇਲੈਕਸ਼ਨਾਂ ਹੋਈਆਂ ਉਦੋਂ ਬੜੀ ਚਰਚਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਸਰਕਾਰ ਬਣਾਊਗੀ ਹੁੰਦਾ ਸੀ। ਬਹੁਤ ਸਾਰੇ ਲੀਡਰਾਂ ਨੇ, ਚਾਹੇ ਉਹ ਅਕਾਲੀ ਦਲ ਵੱਲੋਂ ਸੀ, ਚਾਹੇ ਭਾਜਪਾ ਵੱਲੋਂ ਸੀ, ਚਾਹੇ ਕਾਂਗਰਸ ਵੱਲੋਂ ਸੀ, ਇਹ ਕਿਹਾ ਗਿਆ ਕਿ ਜਿਹੜੇ ਬੰਦਿਆਂ ਨੂੰ ਤੁਸੀਂ ਪੰਜਾਬ ਦੇ ਵਿੱਚ ਬਣਾਉਣ ਨੂੰ ਫਿਰਦੇ ਹੋ ਮੁੱਖ ਮੰਤਰੀ ਜਾਂ ਜਿਹਨਾਂ ਦੀ ਸਰਕਾਰ, ਇਹਨਾਂ ਨੂੰ ਪੁੱਛੋ ਦਿੱਲੀ 'ਚ ਕੀ ਕੀਤਾ, ਇਹ ਸਵਾਲ ਸੀ। ਅਤੇ ਉਹ ਬੰਦੇ ਜਵਾਬ ਨਹੀਂ ਸੀ ਦੇ ਸਕਦੇ। ਕਾਰਨ ਇਹ ਵੀ ਹੁਣ ਜਾਂ ਤਾਂ ਉਹ ਵਿਚਾਰੇ ਆਪਣੀ ਪੂਰੀ ਦੀ ਪੂਰੀ ਸਿਚੁਏਸ਼ਨ ਸਮਝਾਉਣ, ਕਹਿੰਦੇ ਸੀਗੇ ਕਿ ਦਿੱਲੀ ਪੂਰਨ ਰਾਜ ਨਹੀਂ ਆ, ਪੰਜਾਬ ਪੂਰਨ ਰਾਜ, ਅਸੀਂ ਇੱਥੇ ਕਰਾਂਗੇ, ਪਰ ਹੁਣ ਟੈਕਨੀਕਲ ਗੱਲਾਂ ਇੰਨੀ ਛੇਤੀ ਨਹੀਂ ਸਮਝ ਆਉਂਦੀਆਂ ਸਾਡੇ ਪਿੰਡਾਂ ਵਾਲਿਆਂ ਦੇ, ਹੈ ਨਾ, ਉਹ ਵਿਚਾਰੇ ਸਮਝਾਉਂਦੇ ਰਹਿ ਗਏ। ਪਰ ਜੇ ਕਿਤੇ ਤੁਸੀਂ ਇਹ ਦੇਖੋ ਕਿ 2015 'ਚ ਸਰਕਾਰ ਬਣੀ ਸੀ, 2017 ਦੇ ਵਿੱਚ ਇੱਧਰ ਵਾਲੀਆਂ ਇਲੈਕਸ਼ਨ ਆਈਆਂ ਨੇ, ਉਹਨਾਂ ਕੋਲ ਨੀਅਰ ਅਬਾਊਟ 2 ਸਾਲ ਦੇ ਕਰੀਬ ਸਮਾਂ ਸੀਗਾ, ਅਤੇ ਜੇ ਉਹ 2 ਸਾਲ ਦਿੱਲੀ ਦੇ ਵਿੱਚ ਵਾਕਿਆ ਕੁਛ ਕਰ ਪਾਏ ਹੁੰਦੇ ਤਾਂ 2017 ਦੇ ਵਿੱਚ ਉਹਨਾਂ ਕੋਲ ਇੱਕ ਬਹੁਤ ਵੱਡਾ ਸ਼ੀਸ਼ਾ ਸੀ ਜਿਹਨੂੰ ਉਹ ਦਿਖਾ ਸਕਦੇ ਸੀ ਪੰਜਾਬੀਆਂ ਨੂੰ ਕਿ ਦਿੱਲੀ ਜੇ ਇੱਕ ਪੂਰਾ ਰਾਜ ਨਾ ਹੋਣ ਦੇ ਬਾਵਜੂਦ ਅਸੀਂ ਇੰਨਾ ਕੁਛ ਕਰ ਲਿਆ ਅਤੇ ਪੰਜਾਬ 'ਚ ਅਸੀਂ ਕੀ ਕੁਛ ਕਰਾਂਗੇ। ਹਾਲਾਂਕਿ ਉਦੋਂ ਵਿਚਾਰੇ ਕੇਜਰੀਵਾਲ ਸਾਹਿਬ ਨੇ ਅਖਬਾਰਾਂ ਦੇ ਵਿੱਚ 3-3, 4-4 ਪੇਜਾਂ ਦੀਆਂ ਪੰਜਾਬੀ ਦੇ ਵਿੱਚ ਐਡਾਂ ਵੀ ਲਵਾਈਆਂ ਜਿਹਦੇ ਵਿੱਚ ਦੱਸਿਆ ਦਿੱਲੀ 'ਚ ਅਸੀਂ ਆਹ ਕਰਤਾ, ਦਿੱਲੀ 'ਚ ਅਸੀਂ ਉਹ ਕਰਤਾ। ਹਾਲਾਂਕਿ ਉਹਦੇ 'ਤੇ ਬਾਅਦ ਦੇ ਵਿੱਚ ਕੇਂਦਰ ਸਰਕਾਰ ਨੇ, ਵਿਰੋਧੀਆਂ ਨੇ ਰੌਲਾ ਵੀ ਪਾਤਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਪ੍ਰਚਾਰ ਦੇ ਉੱਪਰ ਦਿੱਲੀ ਦਾ ਪੈਸਾ ਵਰਤਿਆ, ਦਿੱਲੀ ਦੇ ਲੋਕਾਂ ਦੇ ਟੈਕਸ ਦਾ ਪੈਸਾ ਵਰਤਿਆ, ਬੜੀ ਸਿਆਸਤ ਚੱਲੀ ਸੀ। ਪਰ ਉਸ ਚੀਜ਼ ਦਾ ਨੁਕਸਾਨ ਮੈਨੂੰ ਲੱਗਦਾ ਕਿ ਵੀ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਵੀ ਹੋਇਆ। ਜੀ, ਦੇਖਿਆ ਜਾਵੇ ਤਾਂ ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਦੇਖ ਰਹੇ ਨੇ, ਹਰਮਿੰਦਰ ਸਿੰਘ ਜੀ ਨੇ ਇਹਨਾਂ ਨੇ ਕਮੈਂਟ ਕੀਤਾ, ਇਹਨਾਂ ਨੇ ਕਿਹਾ ਕਿ ਸ਼ਾਇਦ ਇਸ ਡਿਸੀਜ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਕੁਝ ਬਣ ਜਾਏਗਾ। ਨਹੀਂ, ਹੁਣ ਤਾਂ ਬਣਨਾ ਹੀ ਹੈ ਜੀ, ਮਤਲਬ ਮੇਰੇ ਖਿਆਲ ਨਾਲ ਹੁਣ ਪਤਾ ਹੀ ਗੱਲ ਹੈ, ਐਕਚੁਅਲੀ ਉਹਨਾਂ ਨੂੰ ਹੁਣ ਅਪਰ ਹੈਂਡ ਮਿਲ ਗਿਆ ਜੀ, ਇੱਕ ਅਪਰ ਹੈਂਡ ਮਿਲ ਗਿਆ, ਇੱਕ ਉਹਨਾਂ ਕੋਲ ਇਸ ਤੋਂ ਬਾਅਦ ਬਹਾਨਾ ਕੋਈ ਨਹੀਂ ਬਚਣਾ ਜੀ। ਕਿਉਂਕਿ ਜੇ ਉਹ ਅੱਜ ਇਸ ਤੋਂ ਬਾਅਦ ਵੀ ਮੰਨ ਲਓ ਅੱਜ ਤੋਂ 6-7 ਮਹੀਨੇ ਬਾਅਦ ਵੀ ਕੋਈ ਕਹਿਣ ਫਲਾਨਾ ਕੰਮ ਇਸ ਲਈ ਫਸਿਆ ਕਿਉਂਕਿ ਉਪਰਾਜਪਾਲ ਜੀ ਇਹ ਨਹੀਂ ਕਰ ਰਹੇ, ਤਾਂ ਫਿਰ ਉਹਨਾਂ ਦਾ ਜਿਹੜਾ ਮੇਰੇ ਖਿਆਲ ਨਾਲ ਅਕਸਰ ਉਹ ਨੈਗੇਟਿਵ ਜਾਏਗਾ। ਹੁਣ ਕੁਛ ਮਰਜ਼ੀ ਹੋ ਜਾਵੇ, ਚਾਹੇ ਕੋਈ 4 ਰੋਕਾਂ ਲੱਗਣ ਵੀ, ਮਜਬੂਰੀਆਂ ਵੀ ਆਉਣ, ਐਡੀ ਵੀ ਗੱਲ ਨਹੀਂ ਹੈਗੀ ਕਿ ਮੋਦੀ ਜੀ ਅਤੇ ਸ਼ਾਹ ਹੋਰਾਂ ਦੀ ਜਿਹੜੀ ਜੋੜੀ ਹੈ ਉਹ ਸੌਖਿਆਂ ਛੱਡ ਦੇਵੇ ਕੇਜਰੀਵਾਲ ਸਾਹਿਬ ਨੂੰ ਵੀ 2020 ਤੱਕ ਤੁਸੀਂ ਖੁੱਲ੍ਹਾ ਖੇਡ ਲਓ, ਐਡੀ ਗੱਲ ਹੈ ਨਹੀਂ। ਅੜਚਣਾ ਆਉਣਗੀਆਂ, ਉਹੀ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਵੀ ਲੱਤਾਂ ਅੜਾਈਆਂ ਵੀ ਜਾਣਗੀਆਂ, ਲੱਤਾਂ ਲਾਈਆਂ ਵੀ ਜਾਣਗੀਆਂ, ਅਤੇ ਲੱਤਾਂ ਫਸਾਈਆਂ ਵੀ ਜਾਣਗੀਆਂ, ਲੱਤਾਂ ਖਿੱਚੀਆਂ ਵੀ ਜਾਣਗੀਆਂ। ਪਰ
ਇਹ ਸਾਰੇ ਕੁਛ ਦੇ ਬਾਵਜੂਦ ਜੇ ਕੇਜਰੀਵਾਲ ਸਾਹਿਬ ਉੱਥੇ ਪਰਫੋਰਮ ਕਰ ਜਾਂਦੇ ਆ ਤਾਂ ਆਮ ਆਦਮੀ ਪਾਰਟੀ ਸਰਵਾਈਵ ਕਰ ਸਕਦੀ। ਆਮ ਆਦਮੀ ਪਾਰਟੀ ਦਾ ਮੈਨੂੰ ਲੱਗਦਾ ਵੈਸੇ ਹੀ ਹੋਣਾ, ਗ੍ਰਹਿ ਚਾਲ ਥੋੜ੍ਹੀ ਜਿਹੀ ਸਹੀ ਹੋਈ ਲੱਗਦੀ ਹੈ। ਬੜੀ ਦੇਰ ਤੋਂ ਪੰਜਾਬ ਵਾਲੇ ਪ੍ਰਧਾਨ ਸਾਹਿਬ ਭਗਵੰਤ ਮਾਨ ਜੀ ਰੁੱਸੇ ਰੁੱਸੇ ਫਿਰਦੇ ਸੀ ਨਾਲ, ਹੈ ਨਾ, ਉਹਨਾਂ ਨੇ ਵੀ ਹੁਣ ਦੁਬਾਰਾ ਇੱਕ ਤਰ੍ਹਾਂ ਨਾਲ ਇੱਧਰ ਪੰਜਾਬ ਵਾਲੀ ਆਮ ਆਦਮੀ ਪਾਰਟੀ ਦੇ ਵਿੱਚ ਆਣ ਕੇ ਮਾਈਕ ਫੜਿਆ ਅਤੇ ਬਣਦਾ ਮਾਣ ਸਤਿਕਾਰ ਵੀ ਉਹਨਾਂ ਨੇ ਦਿੱਤਾ। ਕਿਉਂਕਿ ਮੈਂ ਜਿੰਨੀਆਂ ਵੀ ਫੋਟੋਗ੍ਰਾਫਸ ਦੇਖੀਆਂ, ਵੀਡੀਓ ਦੇਖੀਆਂ, ਉਹਦੇ ਵਿੱਚ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਵੀ ਬਲਵੀਰ ਸਿੰਘ ਜੀ ਇੱਧਰ ਨੂੰ, ਖਹਿਰਾ ਸਾਹਿਬ ਇੱਧਰ ਨੂੰ, ਪਰ ਹੁਣ ਪਹਿਲਾਂ ਮਾਨ ਸਾਹਿਬ ਫਿਰ ਖਹਿਰਾ ਸਾਹਿਬ ਨਾਲ ਬਲਵੀਰ ਸਿੰਘ ਜੀ, ਹੈ ਨਾ। ਸੋ ਇੱਕ ਉਹ ਐਰਾਰਕੀ ਜੀ ਸੈੱਟ ਹੋਈ ਲੱਗਦੀ ਹੈ ਥੋੜ੍ਹੀ ਜੀ। ਆਪਾਂ ਗੱਲ ਕਰ ਰਹੇ ਸੀ ਮੋਦੀ ਜੀ ਦੀ, ਮੋਦੀ ਜੀ ਕਿਸ ਤਰ੍ਹਾਂ ਦਾ ਪਰਫੋਰਮ ਕਰ ਸਕਦੇ ਨੇ ਅਗਲੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ। ਮੋਦੀ ਸਰਕਾਰ ਨੇ ਕੱਲ੍ਹ ਹੀ ਡਿਸੀਜ਼ਨ ਦਿੱਤਾ, ਇੱਕ ਫੈਸਲਾ ਸੁਣਾਇਆ ਬਹੁਤ ਵੱਡਾ। ਕਹਿੰਦੇ ਨੇ ਕਿ ਕਿਸਾਨਾਂ ਦੇ ਹੱਕ ਵਿੱਚ ਉਹ ਫੈਸਲਾ ਹੈ, ਫਸਲਾਂ ਦੇ ਕੁਝ ਫਸਲਾਂ ਦੇ ਸਮਰਥਨ ਮੁੱਲ ਦੇ ਵਿੱਚ ਵਾਅਦਾ ਕੀਤਾ, ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਬਾਰੇ? ਕਿਸਾਨਾਂ ਨੂੰ ਫਾਇਦਾ ਤਾਂ ਹੋਊਗਾ ਜੀ, ਪਰ ਇਹ ਸਿਆਸੀ ਚਾਲ ਲੱਗਦੀ ਹੈ, ਮਤਲਬ ਇਹ ਟੋਟਲੀ ਸਿਆਸੀ ਚਾਲ ਆ। ਮੈਂ ਵੈਸੇ ਕਹਾਂ ਤਾਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਸ ਮੁਲਕ ਦੇ ਵਿੱਚ ਜਿਹੜੇ ਫੈਸਲੇ ਆ ਨਾ, ਉਹ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ, ਲੋਕਾਂ ਦੀਆਂ ਮਜਬੂਰੀਆਂ ਨੂੰ ਮੁੱਖ ਰੱਖ ਕੇ, ਈਵਨ ਲੋਕਾਂ ਦੀਆਂ ਮੌਤਾਂ ਨੂੰ ਮੁੱਖ ਰੱਖ ਕੇ ਨਹੀਂ ਲੈ ਜਾਂਦੇ। ਇੱਥੇ ਜਿਹੜੇ ਸਿਆਸੀ ਫੈਸਲੇ ਉਹ ਸਿਰਫ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਨੂੰ ਮੁੱਖ ਰੱਖ ਕੇ ਲੈ ਜਾਂਦੇ। ਹੁਣ ਤੁਸੀਂ ਦੇਖੋ 2014 ਦਾ ਇਹਨਾਂ ਦਾ ਜਿਹੜਾ ਉਹ ਇਹਨਾਂ ਨੇ ਕਿਹਾ, ਐਲਾਨ ਕੀਤਾ ਸੀ, ਲਾਰਾ ਲਾਇਆ ਸੀ ਕਿਹੜਾ ਕਿ ਵੀ ਅਸੀਂ ਫਸਲਾਂ ਦੇ ਜਿਹੜੇ ਭਾਅ ਆ ਉਹ ਵਧਾਵਾਂਗੇ ਜੀ। ਹੁਣ ਫਸਲਾਂ ਦੇ ਤਾਂ ਭਾਅ ਵਧਾਉਣ ਦੀ ਗੱਲ ਜੇ 2014 ਹੀ ਤੁਸੀਂ ਕਰ ਰਹੇ ਹੋ, ਅਤੇ ਤੁਹਾਨੂੰ ਹੁਣ 2018 ਜਦੋਂ ਕਿ 7-8 ਮਹੀਨੇ ਰਹਿ ਗਏ ਨੇ ਇਲੈਕਸ਼ਨ ਦੇ ਵਿੱਚ, ਉਦੋਂ ਆ ਕੇ ਚੇਤਾ ਆ ਰਿਹਾ ਕਿ ਵੀ ਹਾਂਜੀ ਇਹ ਸਮਰਥਨ ਮੁੱਲ ਬਹੁਤ ਘੱਟ ਹੈ, ਅਸੀਂ ਵਧਾ ਦਈਏ। ਤੁਸੀਂ ਦੇਖੋ ਝੋਨੇ ਦਾ ਤਾਂ ਸਿਰਫ 200 ਰੁਪਏ ਵਧਾਇਆ, ਕਪਾਹ ਦਾ, ਮੂੰਗੀ ਦਾ ਤਾਂ 1100-1200 ਦੇ ਕਰੀਬ ਜਿਹੜਾ ਮੁੱਲ ਹੈ ਉਹ ਵੀ ਵਧਾਇਆ, ਬਾਕੀ ਦਾਲਾਂ ਦਾ, ਹੋਰ ਫਸਲਾਂ ਦਾ, ਸੋਇਆਬੀਨ ਦਾ, ਹੈ ਨਾ, ਉਹਨਾਂ ਦਾ ਵੀ ਜਿਹੜਾ ਸਮਰਥਨ ਮੁੱਲ ਹੈ ਉਹ ਵਧਾਇਆ ਗਿਆ। ਹੁਣ ਇਹਦੇ ਨਾਲ ਫਰਕ ਨੋ ਡਾਊਟ ਪਏਗਾ, ਇਹਦੇ ਨਾਲ ਜਿਹੜੀ ਕਹਿ ਲਓ ਕਿ ਇਸ ਵਕਤ ਮਰ ਰਹੀ ਕਿਸਾਨੀ ਉਹਨੂੰ ਬੈਨੀਫਿਟ ਹੋਏਗਾ। ਜੇ ਮੈਂ ਮੋਟਾ ਮੋਟਾ ਜਿਹਾ ਹਿਸਾਬ ਤੁਹਾਨੂੰ ਪੰਜਾਬ ਦਾ ਹੀ ਦੱਸਦੇ, ਹੁਣ ਪੰਜਾਬ ਵਿੱਚ ਜੇ ਆਪਾਂ ਝੋਨੇ ਦੀ ਗੱਲ ਕਰਦੇ ਹਾਂ ਤਾਂ 30-32 ਕੁਇੰਟਲ ਵੀ ਜੇ ਝੋਨਾ ਨਿਕਲਦਾ ਤਾਂ 30-32 ਕੁਇੰਟਲ ਮਗਰ ਤੁਸੀਂ ਜੇ 200 ਰੁਪਈਏ ਦੇ ਹਿਸਾਬ ਨਾਲ ਵੀ ਲਾਉਂਦੇ ਹੋ ਤਾਂ 6,000-6,500 ਰੁਪਈਆ ਪਰ ਏਕੜ ਇੱਕ ਕਿਸਾਨ ਦੀ ਜੇਬ ਦੇ ਵਿੱਚ ਐਕਸਟਰਾ ਪੈ ਜਾਏਗਾ। ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਕਿ ਬੈਨੀਫਿਟ। ਜੇ ਮੰਨ ਲਓ ਅਗਲੇ ਕੋਲ 5 ਏਕੜ ਵੀ ਜ਼ਮੀਨ ਹੈ ਅਤੇ ਤੁਸੀਂ ਉਸ ਹਿਸਾਬ ਨਾਲ ਅੰਦਾਜ਼ਾ ਲਾ ਦਿੰਦੇ ਵੀ 30-35,000 ਰੁਪਈਆ ਉਹਨੂੰ ਐਕਸਟਰਾ ਇਨਕਮ ਜਿਹੜੀ ਉਹ ਹੋ ਜੂਗੀ ਝੋਨੇ ਤੋਂ ਹੀ ਸਿਰਫ। ਬਾਕੀ ਫਸਲਾਂ ਦੀ ਗੱਲ ਤਾਂ ਆਪਾਂ ਚਲੋ ਵੱਖਰੀ ਕਰ ਰਹੇ ਹਾਂ, ਪਰ ਇਹਦੇ 'ਚ ਮਾੜੀ ਗੱਲ ਜਿਹੜੀ ਉਹ ਇਹ ਆ ਕਿ ਇਹ ਵੀ ਸਿਆਸਤ ਤੋਂ ਪ੍ਰੇਰਿਤ ਸੀਗਾ। ਹੁਣ ਇਸ ਵਕਤ ਜਿਹੜੀ ਤਿਆਰੀ ਹੈ ਨਾ, ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਵੀ ਲੀਡਰਾਂ ਨੇ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਸ਼ੁਰੂ ਕਰ ਦਿੱਤੀ, ਇਹ ਜ਼ੋਰਾਂ ਸ਼ੋਰਾਂ ਦੀ ਤਿਆਰੀ ਹੈ। ਹੁਣ ਜ਼ੋਰਾਂ ਸ਼ੋਰਾਂ ਦੀ ਤਿਆਰੀ ਦੇ ਵਿੱਚ ਦੇਖੋ ਕਿ ਉਹ ਕਿਸਾਨ ਇਸੇ ਮੋਦੀ ਸਰਕਾਰ ਦੇ ਹੁੰਦਿਆਂ ਕਿਸਾਨ ਤੁਰ ਕੇ ਆਏ, ਉਹਨਾਂ ਕਿਸਾਨਾਂ ਦੇ ਪੈਰ ਪਾੜ ਕੇ, ਅਸੀਂ ਸੋਸ਼ਲ ਮੀਡੀਆ 'ਤੇ, TV 'ਤੇ, ਅਖਬਾਰਾਂ 'ਚ ਪਾਰਟੀਆਂ ਵੀ ਆਈਆਂ ਦੇਖੀਆਂ, ਉਹਨਾਂ ਨੇ ਆਪਣੇ ਗਲਾਂ ਦੇ ਵਿੱਚ ਆਪਣੇ ਮਰ ਚੁੱਕੇ ਪਰਿਵਾਰਕ ਮੈਂਬਰਾਂ ਦੀਆਂ ਖੋਪੜੀਆਂ ਪਾਈਆਂ ਸੀ, ਚੂਹੇ ਤੱਕ ਖਾਧੇ, ਆਪਣਾ ਪਿਸ਼ਾਬ ਤੱਕ ਪੀਤਾ, ਪਰ ਇਹ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਰਕੀ। ਕਿਉਂਕਿ ਜੇ ਇਹ ਡਿਸੀਜਨ ਉਦੋਂ ਲੈ ਲਿਆ ਜਾਂਦਾ ਕਿ ਹਾਂਜੀ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੁਹਾਨੂੰ ਲੋੜ ਹੈ, ਅਸੀਂ ਕਰਦੇ ਹਾਂ, ਤਾਂ ਸ਼ਾਇਦ ਇਹਨੂੰ ਇੱਕ ਪੋਲੀਟੀਕਲ ਡਿਸੀਜਨ ਨਾ ਮੰਨ ਕੇ, ਇਹਨੂੰ ਇੱਕ ਵੋਟਾਂ ਹਥਿਆਉਣ ਵਾਲਾ ਡਿਸੀਜਨ ਨਾ ਮੰਨ ਕੇ ਵਾਕਈ ਇਹ ਮੰਨਿਆ ਜਾਂਦਾ ਕਿ ਵੀ ਫਿਕਰ ਹੈ ਸਰਕਾਰਾਂ ਨੂੰ। ਪਰ ਜਦੋਂ ਇੰਨੀ ਦੇਰ ਬਾਅਦ ਤੁਸੀਂ ਅਚਾਨਕ ਤੋਂ ਇੱਕ ਮਨ ਕੀ ਬਾਤ ਦੇ ਵਿੱਚ ਐਲਾਨ ਕਰਦੇ ਹੋ ਅਤੇ ਮਨ ਕੀ ਬਾਤ ਤੋਂ ਬਾਅਦ ਤੁਸੀਂ ਇਹ ਕਹਿੰਦੇ ਹੋ ਕਿ ਵੀ ਹਾਂ ਅਸੀਂ ਕਿਸਾਨਾਂ ਬਾਰੇ ਸੋਚਾਂਗੇ ਅਤੇ ਨਾਲ ਦੀ ਨਾਲ ਹੀ ਤੁਹਾਡੇ ਵੱਲੋਂ ਇੱਕ ਬਿਆਨ ਆ ਜਾਣਾ। ਅੱਛਾ, ਵੱਡੀ ਚੀਜ਼ ਤੁਹਾਨੂੰ ਦੱਸਦਾ, ਇਹ ਇਸ ਵਾਰ ਜਿਹੜਾ ਇਹ ਐਲਾਨ ਕੀਤਾ ਗਿਆ ਫਸਲਾਂ ਦੇ ਭਾਅ ਵਧਾਉਣ ਦਾ, ਇਹ ਪਹਿਲਾਂ ਵੀ ਹੈਗਾ, ਨਹੀਂ ਤਾਂ ਅਜੇ ਸਮਾਂ ਹੋਰ ਸੀਗਾ ਜਦੋਂ ਇਹ ਐਲਾਨ ਕੀਤਾ ਜਾਂਦਾ ਹੁੰਦਾ, ਮਤਲਬ ਉਦੋਂ ਤੱਕ ਲਗਭਗ ਜਿਹੜੀ ਫਸਲ ਹੈ ਉਹ ਬੀਜੀ ਜਾਂਦੀ ਹੁੰਦੀ ਹੈ ਮੋਸਟਲੀ ਜਦੋਂ ਇਹ ਐਲਾਨ ਕਰਦੇ ਹੁੰਦੇ ਆ। ਪਰ ਇਸ ਵਾਰ ਜੇ ਬਿਜਾਈ ਦੇ ਟਾਈਮ ਦੇ ਉੱਪਰ ਦੇਖਿਆ ਜਾਵੇ, ਹੁਣ ਹੀ ਕਿਉਂ ਕੀਤਾ ਗਿਆ, ਸਿਆਸੀ ਚਾਲ ਆਪਾਂ ਗੱਲ ਕਰ ਰਹੇ ਸੀ। ਸਿਆਸੀ ਚਾਲ ਇਹਦੇ 'ਚ ਨਾ ਇੱਕ ਚੀਜ਼ ਇਹ ਵੀ ਹੈ ਕਿ ਜਿੱਦਾਂ ਅੱਗੇ ਵੀ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਪੰਨੂ ਸਾਹਿਬ ਨੇ ਜ਼ਿਕਰ ਕੀਤਾ ਸੀ, ਮੈਂ ਚਲੋ ਦੁਬਾਰਾ ਦੁਹਰਾ ਦਿੰਦਾ ਜੇ ਸਾਡੇ ਦਰਸ਼ਕਾਂ ਨੇ ਨਾ ਦੇਖਿਆ ਹੋਵੇ ਤਾਂ, ਉਹ ਇਹ ਕਿ ਵੀ ਉਹਦੇ ਵਿੱਚ ਦੇਵਗੌੜਾ ਜੀ ਜਿਹੜੇ ਕਿ HD ਦੇਵਗੌੜਾ ਨੇ, ਜੇ ਪਹਿਲਾਂ ਕਿ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ, ਉਹਨਾਂ ਨੇ ਇੱਕ ਐਲਾਨ ਜਾਂ ਇੱਕ ਬਿਆਨ ਇਹ ਦਿੱਤਾ ਸੀ ਕਿ ਇਸ ਵਕਤ ਤੁਸੀਂ ਦੇਸ਼ ਦੀ ਸਿਆਸਤ ਨੂੰ ਦੇਖੋ, ਇਹਦੇ ਵਿੱਚ ਭਾਜਪਾ ਵੱਲੋਂ ਇੱਕ ਕਲੀਅਰ ਕੱਟ ਇੰਸਟਰਕਸ਼ਨਸ ਆਪਣੀਆਂ ਲੋਕਲ ਇਕਾਈਆਂ ਤੱਕ ਨੂੰ ਭੇਜ ਦਿੱਤੀ ਗਈ ਹੈ ਕਿ ਇਲੈਕਸ਼ਨਾਂ ਐਡਵਾਂਸ ਹੋ ਸਕਦੀਆਂ ਨੇ, ਹਾਲਾਂਕਿ ਸੰਵਿਧਾਨਕ ਤੌਰ 'ਤੇ ਵੀ ਕਰਵਾ ਸਕਦੇ, ਇਹਦੇ 'ਚ ਉਹਨੂੰ ਰੋਕਿਆ ਨਹੀਂ ਜਾ ਸਕਦਾ। ਹੁਣ ਜਿਹੜੀ ਇਲੈਕਸ਼ਨ ਐਡਵਾਂਸ ਹੁੰਦੀ ਹੈ, ਮੰਨ ਲਓ ਜਿਹੜੀ ਇਲੈਕਸ਼ਨ ਤੁਸੀਂ ਫਰਵਰੀ 2019 'ਚ ਸੋਚ ਰਹੇ ਹੋ, ਜੇ ਮੰਨ ਲਓ ਉਹਨੂੰ 4 ਮਹੀਨੇ ਵੀ ਐਡਵਾਂਸ ਕਰ ਦਿੱਤਾ ਜਾਵੇ ਤਾਂ ਫਰਵਰੀ ਤੋਂ ਜਨਵਰੀ, ਜਨਵਰੀ ਤੋਂ ਦਸੰਬਰ, ਦਸੰਬਰ ਤੋਂ ਨਵੰਬਰ ਆ ਗਿਆ, ਅਤੇ ਹੁਣ ਜੁਲਾਈ ਚੱਲ ਰਿਹਾ, ਅਤੇ ਜੁਲਾਈ ਤੋਂ ਬਾਅਦ ਤੁਸੀਂ ਨਵੰਬਰ 'ਚ ਕਿੰਨਾ ਕੁ ਫਰਕ ਰਹਿ ਗਿਆ ਤੁਸੀਂ? ਅਗਸਤ, ਸਤੰਬਰ ਅਤੇ ਅਕਤੂਬਰ, 3 ਮਹੀਨੇ। ਜੇ ਨਵੰਬਰ 'ਚ ਇਲੈਕਸ਼ਨ ਨੇ ਤਾਂ ਉਸ ਤੋਂ ਪਹਿਲਾਂ ਜਿਹੜਾ ਚੋਣ ਜ਼ਾਬਤਾ ਉਹ ਵੀ ਲੱਗੂਗਾ, ਅਤੇ ਹੁਣ ਤੋਂ ਹੀ ਜੇ ਜਿੱਦਾਂ ਆਪਾਂ ਪ੍ਰਚਾਰ ਦੀ ਗੱਲ ਕਰ ਦਈਏ, ਮੇਰਾ ਖਿਆਲ ਤੁਸੀਂ ਇੱਕ ਜ਼ਿਕਰ ਕਰ ਰਹੇ ਸੀ ਕਿ UP ਦੇ ਵਿੱਚ ਹੁਣ ਮੋਦੀ ਸਾਹਿਬ ਨੇ ਰੈਲੀ ਕਰਿਆ। UP ਦੇ ਵਿੱਚ ਹਰੇਕ ਮਹੀਨੇ ਮੋਦੀ ਸਾਹਿਬ
यूपी क्योंकि वो स्टेट है जिस स्टेट दियाँ सब तो वध सीटा ने लोग सभा एंड यूपी रोल प्ले करता कि जिस स्टेट जिस पार्टी नू वो स्टेट कह लो कि बहुमत दिंदा उहदी सरकार दिल्ली च बनदी ये गल क्लीयर है एंड ये गल भाजपा नू पता तुसीं ये देखो कि जे हुण तो ही उन्होंने मन बना लिया कि हरेक महीने असीं उत्थे जिहड़ी रैली करनी है इहदा मतलब कि अपने तौर दे उपर वो ये ऐलान कर चुके आ इनडायरैक्ट वे नाल बाकी पार्टियां जे जागण चाहे ना जागण कि वोटां दी तैयारी साडे वल्लों शुरू है तो असीं दो तीन महीने पहलां वी जे खेड खेड गए तो फिर ना क्यों दस्सिया नहीं सिद्धू साहब की गल करते हैं पंजाब की सियासत की इतने भी कोई चाल जो सिद्धू साहब की गल आती है ना कि ना कि मुँह हासा आ गया सिद्धू साहब ने कल प्रेस कॉन्फ्रेंस की है तो सब तो मेन टॉपिक जरा उन्होंने सुखबीर बादल साहब उन्होंने जी पानी वाली बस है कहें वो नीलाम कर देनी आप मतलब नीलाम करनी है और जोड़े सुपने सुखबीर साहब ने देखे से पहले वो कितने ना कि टुटते हुए दिखाई दे रहे हैं देखो इनू ना इस फैसले में मैं दो तरह देखता पहली गल तो यह है कि भी नीलाम कर गल ना की जाती ਤਾਂ ਉਸ ਚੀਜ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਗੱਲ ਕੀਤੀ ਜਾਂਦੀ ਤਾਂ ਸ਼ਾਇਦ ਪੰਜਾਬੀਆਂ ਦਾ ਜਿਹੜਾ ਟੈਕਸ ਦਾ ਪੈਸਾ ਨੀਅਰ ਅਬਾਊਟ ਕੋਈ 8 ਕਰੋੜ 62 ਲੱਖ ਦੇ ਕਰੀਬ ਲੱਗਿਆ ਉਹ ਕਿਸੇ ਥਾਂ ਪੈ ਜਾਂਦਾ ਪਰ ਕਹਿੰਦੇ ਆ ਕਿ 8 ਕਰੋੜ 62 ਲੱਖ ਲਾਇਆ ਸੀ ਅਤੇ 70,000 ਸਾਨੂੰ ਉੱਤੋਂ ਕਮਾਈ ਆਈ ਹੈ ਇਸ ਕਰਕੇ ਅਸੀਂ ਹੁਣ ਗੋਆ ਜਾ ਕੇ ਜਿੱਥੇ ਕਿ ਪੰਜਾਬ ਦੇ ਇੰਡੀਆ ਦੇ ਸਾਊਥ ਵਾਲੇ ਹਿੱਸਿਆਂ ਦੇ ਵਿੱਚ ਕੁਝ ਥਾਵਾਂ ਦੇ ਉੱਪਰ ਇਹੋ ਜਿਹੀਆਂ ਪਾਣੀ ਵਾਲੀਆਂ ਬੱਸਾਂ ਚੱਲਦੀਆਂ ਨੇ ਅਸੀਂ ਉੱਥੇ ਬੱਸ ਨਿਲਾਮ ਕਰ ਦਿਆਂਗੇ ਇਹ ਤਾਂ ਗੱਲ ਕਲੀਅਰ ਹੈ ਕਿ ਜਗਲਿਆਂ ਦੀਆਂ ਬੱਸਾਂ ਆਲਰੇਡੀ ਚੱਲਦੀਆਂ ਅਤੇ ਉਹ ਤੁਹਾਡੇ ਕੋਲ ਕਮਲੇ ਤਾਂ ਹੈ ਨਹੀਂ ਗੇ ਵੀ 9 ਕਰੋੜ ਦੀ ਬੱਸ ਖਰੀਦੀ ਹੋਊਗੀ ਉਹਨਾਂ ਨੂੰ ਪਤਾ ਹੋਊ ਵੀ ਬੱਸ ਕਿੰਨੇ ਕੁ ਦੀ ਆਉਂਦੀ ਜੇ ਤੁਸੀਂ ਨਿਲਾਮ ਕਰਨ ਜਾਓਗੇ ਵੀ 1.5-2-3 ਕਰੋੜ ਦੀ ਵੇਚ ਦਿਓਗੇ ਤਾਂ ਮਤਲਬ 4-5 ਕਰੋੜ ਤਾਂ ਫੇਰ ਘਾਟਾ ਹੀ ਹੈ ਹੁਣ ਇਹਦੀ ਮੈਂ ਤੁਹਾਨੂੰ ਹਿਸਟਰੀ ਦੱਸਦਾ ਇਹ ਮੇਰਾ ਖਿਆਲ 2015 ਦੀ ਗੱਲ ਹੈ ਨਿਤਿਨ ਗਡਕਰੀ ਜੀ ਪੰਜਾਬ ਆਏ ਸੀ ਮੇਰਾ ਖਿਆਲ ਕਿਤੇ ਬਠਿੰਡੇ ਵਾਲ ਰੈਲੀ ਸੀਗੀ ਉਹਦੇ 'ਚ ਉਹਨਾਂ ਨੇ ਐਲਾਨ ਕਰ ਦਿੱਤਾ ਬੇਸਿਕਲੀ ਨਾ ਉਹ ਇੱਕ ਵੈਸੇ ਗੱਲ ਕਰ ਰਹੇ ਸੀ ਕਿ ਵੀ ਕਿਉਂਕਿ ਆਵਾਜਾਈ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਵੀ ਇਸ ਮੁਲਕ ਦੇ ਵਿੱਚ ਨਾ ਹਰ ਤਰ੍ਹਾਂ ਦਾ ਜਿਹੜਾ ਆਵਾਜਾਈ ਦਾ ਪ੍ਰਬੰਧ ਅਸੀਂ ਸੋਚ ਰਹੇ ਹਾਂ ਜਿੱਦਾਂ ਸੜਕਾਂ ਦੀ ਆਪਾਂ ਗੱਲ ਕੀਤੀ ਕਹਿੰਦੇ ਸੜਕਾਂ ਹੁਣ ਲਗਭਗ ਹਰ ਥਾਂ ਦੇ ਉੱਪਰ ਬਣ ਗਈਆਂ ਪਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਐਕਸਪ੍ਰੈਸ ਵੇਜ਼ ਬਣਾਵਾਂਗੇ ਫਿਰ ਉਹਨਾਂ ਨੇ ਗੱਲ ਕੀਤੀ ਹਵਾਈ ਚੀਜ਼ਾਂ ਹਵਾਈ ਯਾਤਰਾ ਦੀ ਹਵਾਈ ਅੱਡੇ ਵੀ ਕਹਿੰਦੇ ਕਿ ਛੋਟੇ ਛੋਟੇ ਥਾਵਾਂ ਦੇ ਉੱਪਰ ਅਸੀਂ ਹੋਰ ਬਣਾਵਾਂਗੇ ਐਂਡ ਉਸੇ ਸਕੀਮਾਂ ਦੇ ਤਹਿਤ ਹੀ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਹਵਾਈ ਅੱਡੇ ਬਣੇ ਵੀ ਜਿੱਦਾਂ ਆਪਾਂ ਪਠਾਨਕੋਟ ਦੀ ਗੱਲ ਕਰ ਲਈਏ ਜਾਂ ਹੁਣ ਆਪਾਂ ਲੇਟੈਸਟ ਆਦਮਪੁਰ ਵਾਲੇ ਹਵਾਈ ਅੱਡੇ ਦੀ ਗੱਲ ਕਰ ਲਈਏ ਉਹਨਾਂ ਨੇ ਇਹ ਦੇਖਿਆ ਕਿ ਜਿੱਥੇ ਹਵਾਈ ਫੌਜ ਦਾ ਬੇਸ ਹੈ ਉੱਥੇ ਹਵਾਈ ਪੱਟੀ ਆਲਰੇਡੀ ਬਣੀ ਹੋਈ ਹੈ ਅਤੇ ਕਿਉਂ ਨਾ ਉਹਦੇ ਨਾਲ ਥੋੜ੍ਹਾ ਜਿਹਾ ਢਾਂਚਾ ਬਣਾ ਕੇ ਅਤੇ ਆਪਾਂ ਜਿਹੜੀ ਆ ਹਵਾਈ ਯਾਤਾਯਾਤ ਹੈ ਹਵਾਈ ਆਵਾਜਾਈ ਆ ਉਹਨੂੰ ਥੋੜ੍ਹਾ ਜਿਹਾ ਪ੍ਰੋਤਸਾਹਨ ਕਰ ਦੇਈਏ ਸਰਸਰੀ ਦੀ ਗੱਲ ਕੀਤੀ ਸਰਸਰੀ ਦੀ ਗੱਲ ਕੀਤੀ ਫਿਰ ਉਹਨਾਂ ਨੇ ਕਿਹਾ ਕਿ ਵੀ ਆਪਣੇ ਮੁਲਕ 'ਚ ਨਾ ਨਦੀਆਂ ਵੀ ਬੜੀਆਂ ਨੇ ਅਤੇ ਆਪਾਂ ਸੋਚ ਰਹੇ ਹਾਂ ਕਿ ਵੀ ਪਾਣੀ ਜਿਹੜਾ ਹੈ ਉਹਨੂੰ ਵੀ ਆਵਾਜਾਈ ਦੇ ਤੌਰ ਦੇ ਉੱਪਰ ਵਰਤਿਆ ਜਾਵੇ ਕਿਉਂਕਿ ਉਹਦੇ ਨਾਲ ਕੀ ਹੈ ਕਿ ਵੀ ਸਿਰਫ ਆਪਾਂ ਨੂੰ ਥੋੜ੍ਹਾ ਇਨਫਰਾਸਟ੍ਰਕਚਰ ਬਣਾਉਣਾ ਪੈਣਾ ਕਿਉਂਕਿ ਪਹਿਲਾਂ ਕੀ ਹੁੰਦਾ ਵੀ ਸੜਕ ਲਈ ਤੁਸੀਂ ਜਗ੍ਹਾ ਅਕਵਾਇਰ ਕਰਦੇ ਹੋ ਫਿਰ ਤੁਸੀਂ ਸੜਕ ਬਣਾਉਂਦੇ ਹੋ ਹੈ ਨਾ ਫਿਰ ਜਾ ਕੇ ਗੱਲ ਬਣਦੀ ਹੈ ਤੁਸੀਂ ਰੇਲ ਪਟੜੀ ਵਿਛਾਉਣੀ ਤਾਂ ਵੀ ਸਾਰਾ ਕੁਝ ਕਰਨਾ ਪੈਣਾ ਹਵਾਈ ਪੱਟੀ ਲਈ ਤੁਹਾਨੂੰ ਹਵਾਈ ਅੱਡਾ ਬਣਾਉਣਾ ਪੈਣਾ ਹੋਰ ਕਈ ਤਰ੍ਹਾਂ ਦੀਆਂ ਫੋਰਮੈਲਿਟੀਜ਼ ਨੇ ਪਰ ਪਾਣੀ ਦੇ ਵਿੱਚ ਇਹ ਹੈ ਕਿ ਨਹਿਰਾਂ ਤੁਹਾਡੇ ਕੋਲ ਆਲਰੇਡੀ ਹੈਗੀਆਂ ਨੇ ਦਰਿਆ ਤੁਹਾਡੇ ਕੋਲ ਆਲਰੇਡੀ ਹੈਗੇ ਨੇ ਤੁਸੀਂ ਬਸ ਇਨਫਰਾਸਟ੍ਰਕਚਰ ਕੁਝ ਇਹੋ ਜਿਹਾ ਬਣਾਉਣਾ ਕਿ ਉੱਥੋਂ ਉਹਦੇ 'ਚ ਬੱਸ ਉਤਰ ਸਕੇ ਅਤੇ ਬੱਸ ਉੱਥੋਂ ਨਿਕਲ ਸਕੇ ਅਤੇ ਤੁਸੀਂ ਉਹਨੂੰ ਆਵਾਜਾਈ ਦੇ ਤੌਰ 'ਤੇ ਵਰਤ ਸਕਦੇ ਹੋ ਜੀ ਮੇਰਾ ਖਿਆਲ ਇਹ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉੱਥੇ ਬੈਠੇ ਬੈਠੇ ਜ਼ਿਆਦਾ ਸੁਪਨਾ ਵੱਡਾ ਖਰੀਦ ਲੈ ਗਏ ਉਹਨਾਂ ਨੇ ਭਾਵੁਕ ਹੋ ਕੇ ਬਿਆਨ ਦੇ ਤਾ ਵੀ ਯਾਰ ਆਪਾਂ ਤਾਂ ਆਪ ਚਲਾਉਣੀ ਪੰਜਾਬ ਦੇ ਵਿੱਚ ਬੱਸ ਇੱਦਾਂ ਦੀ ਤੁਸੀਂ ਕਿਹੜੇ ਚੱਕਰ 'ਚ ਪਏ ਹੋ ਉੱਥੇ ਮੈਨੂੰ ਅਜੇ ਵੀ ਯਾਦ ਉਹਨਾਂ ਦੇ ਉਹ ਐਕਚੁਅਲੀ ਇਹ ਸੁਪਨਾ ਹੈ ਕੀ ਸੀ ਇਹ ਸੁਪਨਾ ਇਹ ਸੀ ਕਿ ਪੰਜਾਬ ਦੇ ਵਿੱਚ ਉਹ ਵੀ ਕਹਿੰਦੇ ਕਿ ਪੰਜਾਬ ਤਾਂ ਦਰਿਆਵਾਂ ਦੀ ਧਰਤੀ ਹੈ ਗਡਕਰੀ ਸਾਹਿਬ ਬਾਕੀ ਸਾਨੂੰ ਲੈਣ ਦੇਣਾ ਕੋਈ ਨਹੀਂ ਸਾਡੇ ਤਾਂ ਪੰਜਾਬ ਦੇ ਵਿੱਚ ਆਵਾਜਾਈ ਤੁਸੀਂ ਦੇਖੋਗੇ ਵੱਡੇ ਵੱਡੇ ਸ਼ਿਪ ਚੱਲਿਆ ਕਰਨਗੇ ਸ਼ਿਪਾਂ ਦੇ ਨਾਲ ਨਾਲ ਬੱਸਾਂ ਚੱਲਿਆ ਕਰਨਗੀਆਂ ਅੰਮ੍ਰਿਤਸਰੋਂ ਤੁਸੀਂ ਆਓਗੇ ਹਰੀਕਿਆਂ ਦਾ ਤੁਸੀਂ ਵਿੱਚ ਵੜੋਗੇ ਫਿਰ ਤੁਸੀਂ ਉੱਥੋਂ ਬਿਆਸ ਵਾਲੇ ਡੇਰੇ ਮੱਥਾ ਟੇਕ ਕੇ ਫਿਰ ਤਾਂ ਪਹਾੜਾਂ ਨੂੰ ਜਾ ਵੜਿਆ ਕਰੋਗੇ ਇਹ ਗੱਲਾਂ ਹੋਈਆਂ ਜੀ ਇਹ ਲਿਟਰਲੀ ਹੋਈਆਂ ਅੱਛਾ ਉਹ ਕਹਿ ਦੀਆਂ ਵਿਰੋਧੀਆਂ ਨੇ ਗੱਲ ਚੱਕ ਲਈ ਵੀ ਲੈ ਵੀ ਹੁਣ ਤਾਂ ਸੁਖਬੀਰ ਬਾਦਲ ਸਾਹਿਬ ਬੱਸਾਂ ਚਲਾਉਣਗੇ ਜੀ ਹੁਣ ਉਹ ਵੀ ਭੁੱਲ ਗਏ ਕਿਉਂਕਿ 2015 ਤੋਂ ਬਾਅਦ ਜਿਹੜੀ ਇਹ ਬੱਸ ਚਲਾਉਣ ਵਾਲੀ ਗੱਲ ਚੱਲੀ ਸੀਗੀ ਇਹ 2016 'ਚ ਆ ਕੇ ਪੁੱਜੇ ਉਹ ਭੁੱਲ ਗਏ ਹੁਣ ਜਦੋਂ ਭੁੱਲ ਗਏ ਤਾਂ ਵਿਰੋਧੀਆਂ ਨੇ ਗੱਲ ਚੱਕਦੀ ਵੀ ਸੁਖਬੀਰ ਬਾਦਲ ਸਾਹਿਬ ਦੀ ਪਾਣੀ ਵਾਲੀ ਬੱਸ ਨਹੀਂ ਦੇਖੀ ਪਾਣੀ ਵਾਲੀ ਬੱਸ ਨਹੀਂ ਦੇਖੀ ਹੁਣ ਤੁਸੀਂ ਦੇਖੋ ਵੱਡੇ ਬੰਦੇ ਨੇ ਕਰੋੜਾਂ ਅਰਬਾਂਪਤੀ ਅਸਾਮੀ ਹੈ ਅਗਲਾ ਕਹਿੰਦਾ ਯਾਰ ਬਾਕੀ ਗੱਲਾਂ ਦੀਆਂ ਗੱਲਾਂ ਹੁਣ ਜੱਟ ਦੀ ਮੁੱਛ ਨਹੀਂ ਨੀਵੀਂ ਹੋਣ ਦੇਣੀ ਕੁਛ ਮਰਜ਼ੀ ਹੋ ਜੇ ਆਪਾਂ ਬੱਸ ਚਲਾਉਣੀ ਚਲਾਉਣੀ ਪਹਿਲਾਂ ਤਾਂ ਉਹਨਾਂ ਨੇ ਇੱਕ ਪਤਾ ਨਹੀਂ ਕਿਤੇ ਕਿਸ਼ਤੀ ਨੂੰ ਟਾਇਰ ਟੂਰ ਜੇ ਲਵਾ ਕੇ ਅਤੇ ਉਹਦੇ ਕਨੋਪੀ ਜੀ ਲਵਾ ਕੇ ਅਤੇ ਉਹਨੂੰ ਲਿਆਉਣ ਕੇ ਤਾਰਿਆ ਤੁਰਿਆ ਪਾਣੀ ਪੂਣੀ ਨਹੀਂ ਸੀ ਚੱਲਿਆ ਫਿਰ ਪਿੱਛੋਂ ਪਾਣੀ ਚੜਾ ਕੇ ਭਾਵੇਂ ਲੋਕਾਂ ਦੀਆਂ ਫਸਲਾਂ ਹੀ ਡੋਬੀਆਂ ਹਰ ਤਰੀਕੇ ਦੇ ਨਾਲ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਹੈ ਨਾ ਇੱਕ ਰਾਹ ਹਾਰੂਰ ਪਾ ਕੇ ਸੁਖਬੀਰ ਬਾਦਲ ਸਾਹਿਬ ਵੀ ਹੌਸਲਾ ਕਰਕੇ ਵਿੱਚ ਬੈਠੇ ਵੱਡੀ ਗੱਲ ਇਹ ਵੀ ਲਾਈਫ ਜੈਕਟ ਵੀ ਨਹੀਂ ਪਾਈ ਉਹਦੇ ਨੂੰ ਵੀ ਪਤਾ ਕੋਈ ਨਹੀਂ ਤਾਂ ਬਣਨਾ ਕੀ ਹੈ ਪਰ ਫਿਰ ਵੀ ਬੈਠੇ ਚਲੋ ਮੀਡੀਆ 'ਚ ਫੋਟੋਆਂ ਆ ਗਈਆਂ ਉਸ ਦਿਨ ਸਿਰਫ ਇੱਕ ਇਹ ਸੀ ਕਿ ਪੰਜਾਬੀਆਂ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਪਾਣੀ ਵਾਲੀ ਬੱਸ ਚੱਲੀ ਪਰ ਬਹੁਤਿਆਂ ਨੂੰ ਇਹ ਪਤਾ ਸੀ ਕਿ ਵੀ ਇਹ ਸਿਰਫ ਇੱਕ ਜ਼ਿੱਦ ਪੂਰੀ ਕੀਤੀ ਗਈ ਹੈ ਅਤੇ ਵਿਰੋਧੀਆਂ ਦਾ ਮੂੰਹ ਬੰਦ ਕੀਤਾ ਗਿਆ ਹੋਰ ਕੁਛ ਨਹੀਂ
ਇਹ ਜਿੱਦਾਂ ਆਪਾਂ ਆਪਣੇ ਪਿੰਡਾਂ 'ਚ ਕਹਿ ਲੈਂਦੇ ਵੀ ਕੋਈ ਬੰਦਾ ਮਿਹਣਾ ਦਿੰਦਾ ਹੋਵੇ ਵਾਰ ਵਾਰ, ਹਾਂ ਹੁਣ ਕਰਾ ਲਿਆ, ਹੈਂ ਹੁਣ ਪਾਈ ਨਹੀਂ ਬਸ, ਹੈਂ ਚੱਲ ਵੀ ਬਸ, ਇਹ ਉਹ ਸੀ ਵੀ ਲੈ ਹੁਣ ਚਲਾ ਤੀ ਹੁਣ ਦੱਸ, ਹੁਣ ਤੂੰ ਇਹ ਉਹ ਕੰਮ ਹੋਇਆ ਸੀ। ਉਹਨਾਂ ਨੇ ਉਹ ਕੰਮ ਕਰਤਾ, ਉਸ ਤੋਂ ਬਾਅਦ ਉਹ ਬੱਸ ਦੁਬਾਰਾ ਦੂਸਰੀ ਵੀ ਆ ਗਈ, ਉਹ ਪਹਿਲਾਂ ਘੜੋਕਾ ਜਿਹਾ ਪਤਾ ਨਹੀਂ ਕਿਤੇ ਭੇਜਤਾ ਸੀਗਾ। ਅਤੇ ਹੁਣ ਵਾਲਾ ਕਿ ਸਿੱਧੂ ਸਾਹਿਬ, ਕਿਉਂਕਿ ਸਿੱਧੂ ਸਾਹਿਬ ਦਾ ਪਹਿਲਾਂ ਸੁੱਖ ਨਾਲ ਤੁਹਾਨੂੰ ਪਤਾ ਵੀ ਉਹਨਾਂ ਨਾਲ ਛੱਤੀ ਦਾ ਅੰਕੜਾ, ਉਹ ਕਹਿੰਦੇ ਵੀ ਹੁਣ ਜੇ ਉਹਨਾਂ ਨੂੰ ਕਹਿੰਦੇ ਸੀ ਵੀ ਸੁਖਬੀਰ ਬਾਦਲ ਸਾਹਿਬ ਦਾ ਡਰੀਮ ਪ੍ਰੋਜੈਕਟ ਹੈ ਅਤੇ ਪਹਿਲਾਂ ਮੈਂ ਇਹ ਨਿਲਾਮ ਕਰਨਾ, ਬਾਕੀ ਕੰਮ ਪਹਿਲਾਂ ਮੈਂ ਡਰੀਮ ਤੋੜ ਦਿਆਂ, ਡਰੀਮ ਤੋੜ। ਇਹ ਤਾਂ ਚੱਲੀ, ਇਹ ਮੇਰਾ ਖਿਆਲ ਨਾ ਇਸ ਟਸਲ ਦਾ ਕਰਕੇ ਤੁਸੀਂ ਕਿਤੇ ਅੰਮ੍ਰਿਤਸਰ ਸ਼ਹਿਰ ਜਾਓ ਅਤੇ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੂੰ ਪੁੱਛ ਕੇ ਦੇਖੋ, ਤੁਹਾਨੂੰ ਅਸਲ ਦਰਦ ਉਹ ਬੰਦੇ ਦੱਸਣਗੇ, ਨਾ ਉਹ ਸਿੱਧੂ ਸਾਹਿਬ ਨੂੰ ਸਹੀ ਕਹਿੰਦੇ ਆ, ਨਾ ਉਹ ਸੁਖਬੀਰ ਬਾਦਲ ਸਾਹਿਬ ਨੂੰ ਸਹੀ ਕਹਿੰਦੇ, ਕਿਉਂਕਿ ਦੋਨੋਂ ਇਹ ਨਾ ਉੱਦਾਂ ਹੀ ਹੈ ਵੀ ਮਤਲਬ ਜਿੱਦਾਂ ਉਹ ਕਮਲੀ ਦੇ ਮੁੰਡੇ ਵਾਲਾ ਹਾਲ ਹੈ ਵੀ ਉਹਨੂੰ ਨਾ ਚੁੰਮਣਾ ਹਰੇਕ ਨੇ ਜੀ, ਅਤੇ ਪਰ ਇਹ ਨਹੀਂ ਵੇਖਣਾ ਵੀ ਜਵਾਕ ਦਾ ਕੀ ਹਾਲ ਹੈ ਵੀ ਉਹ ਵਿਚਾਰਾ ਚੁੰਮਣ ਦੀ ਹਾਲ 'ਚ ਹੈ, ਕਿਉਂਕਿ ਦੁੱਧ ਦੀ ਲੋੜ ਹੈ ਜਾਂ ਕੁਛ ਹੋਰ ਲੈ ਚਾਹੀਦਾ। ਉਹ ਹਾਲ ਅੰਮ੍ਰਿਤਸਰ ਦੇ ਨਾਲ ਕੀਤਾ ਇਹਨਾਂ ਨੇ, ਉਹ ਕਹਿੰਦਾ ਵੀ ਮੇਰੇ ਵਾਲੇ ਪ੍ਰੋਜੈਕਟ ਚੱਲਣੇ ਚਾਹੀਦੇ, ਉਹ ਆਪਣੇ ਹਿਸਾਬ ਨਾਲ ਸੈੱਟ ਕਰਕੇ ਬਹਿੰਦੇ, ਜਦੋਂ ਉਹਨਾਂ ਦੀ ਚੱਲਦੀ ਉਹ ਆਪਣੀਆਂ ਸਕੀਮਾਂ ਫਿੱਟ ਕਰ ਦਿੰਦੇ ਨੇ, ਜਦੋਂ ਦੂਸਰਿਆਂ ਦੀਆਂ ਸਰਕਾਰ ਚੱਲੇ ਜਾਂਦੀ ਤਾਂ ਉਹ ਕਹਿੰਦਾ ਨਹੀਂ ਨਹੀਂ ਇਹਦੇ ਵਾਲੇ ਵੀ ਚੱਲਣ ਦੇ ਨੇ, ਮੈਂ ਆਪਣੇ ਹਿਸਾਬ ਨਾਲ ਕੰਮ ਕਰਨਾ। ਸੋ ਇਹ ਚੀਜ਼ ਇਸ ਵਕਤ ਅੰਮ੍ਰਿਤਸਰ ਸ਼ਹਿਰ ਨਾਲ ਕੀਤੀ ਜਾ ਰਹੀ। ਅਰਸ਼ ਜੀ ਨੇ, ਇਹਨਾਂ ਨੇ ਕਮੈਂਟ ਕੀਤਾ ਸਾਡੇ ਇਸੇ ਵਾਰਤਾਲਾਪ ਦੇ ਉੱਤੇ, ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪਾਣੀ ਵਾਲੀ ਬੱਸ ਹੈ ਉਹ ਹਰ ਗਲੀ ਮੁਹੱਲੇ ਦੇ ਵਿੱਚ ਹੁਣ ਚੱਲ ਸਕਦੀ ਹੈ ਆਫਟਰ ਬਾਰਿਸ਼। ਨਹੀਂ ਚੱਲ ਤਾਂ ਸਕਦੀ ਹੈ ਜੀ, ਪਰ ਹੁਣ ਉਹਨਾਂ ਨੇ ਚਲਾਉਣੀ ਨਹੀਂ ਨਾ, ਕਿਉਂਕਿ ਹੁਣ ਸਰਕਾਰ ਬਦਲ ਗਈ। ਹਾਂ ਇੰਨਾ ਜ਼ਰੂਰ ਹੈ, ਜਦੋਂ ਇਹ ਬੱਸਾਂ, ਇਹ ਤਾਂ ਮੈਂ ਦੱਸਦਾ, ਮੈਨੂੰ ਯਾਦ ਕਰਾ ਤਾ ਨੇ ਵਧੀਆ, ਇਹ ਮੇਰਾ ਖਿਆਲ ਇਲੈਕਸ਼ਨ ਵਾਲੇ ਸਾਲ ਦੀਆਂ ਬਰਸਾਤਾਂ ਦੀ ਗੱਲ ਹੈ, ਉਦੋਂ ਨਾ ਮੀਂਹ ਬਹੁਤ ਪੈ ਗਿਆ ਅਤੇ ਬਠਿੰਡੇ ਹੀ ਸੁੱਖ ਨਾਲ ਪਾਣੀ ਭਰ ਗਿਆ ਜੀ, ਅਤੇ ਰੋਡਵੇਜ਼ ਦੀ ਬੱਸ ਦੇ ਵਿੱਚੋਂ ਨਾ ਇੱਕ ਬੰਦੇ ਨੇ ਵੀਡੀਓ ਬਣਾ ਕੇ ਪਾਈ, ਉਹ ਬੜੀ ਵਾਇਰਲ ਹੋਈ ਸੀ, ਸ਼ਾਇਦ ਤੁਹਾਨੂੰ ਅਜੇ ਵੀ ਯਾਦ ਹੋਵੇ। ਉਸ ਵੀਡੀਓ 'ਚ ਉਹਨੇ ਕੀ ਕੀਤਾ ਕਿ ਮੈਂ ਬੜਾ ਵਡਭਾਗਾ ਮਹਿਸੂਸ ਕਰ ਰਿਹਾ ਕਿ ਅੱਜ ਬਠਿੰਡੇ 'ਚ ਪਹਿਲੀ ਵਾਰ ਮੈਂ ਪਾਣੀ ਵਾਲੀ ਬੱਸ ਦੇ ਵਿੱਚ ਸਫ਼ਰ ਕਰ ਰਿਹਾ। ਉਹ ਬੰਦੇ ਨੇ ਕੈਮਰਾ ਐਂਗਲ ਇਹ ਰੱਖਿਆ ਸੀ ਕਿ ਉਹ ਸੱਚੀ ਇਹ ਲੱਗਦਾ ਸੀ ਵੀ ਯਾਰ ਬੱਸ ਦੀ ਵਾਰੀ ਹੈ ਅਤੇ ਪਾਣੀ ਲਾਗੂ ਦੀ ਜਾ ਰਿਹਾ ਜੀ, ਵੀ ਇਹ ਸੱਚੀ ਬੰਦਾ ਖਾਨੀ ਬੱਸ ਦੇ ਵਿੱਚ ਬੈਠਾ ਹੋਇਆ, ਅਤੇ ਮੈਂ ਹੁਣ ਤੁਹਾਨੂੰ ਦਿਖਾਉਣਾ ਵੀ ਆਹ ਦੇਖੋ ਸਵਾਰੀਆਂ ਵੀ ਕਿੰਨਾ ਵਧੀਆ ਮਹਿਸੂਸ ਕਰ ਰਹੀਆਂ ਨੇ, ਹੈ ਨਾ ਉਸ। ਮੈਂ ਕਿਹਾ ਯਾਰ ਸਵਾਰੀਆਂ ਨੂੰ ਤਾਂ ਕਿਤੇ ਮਹਿਸੂਸ ਨਹੀਂ ਹੋਇਆ, ਸਵਾਰੀਆਂ ਤਾਂ ਐਂ ਲੱਗਦੇ ਰੋਡਵੇਜ਼ ਦੀ ਬੱਸ 'ਚ ਬੈਠੇ ਹੁੰਦੇ ਆ। ਹੌਲੀ ਹੌਲੀ ਜਦੋਂ ਕੈਮਰਾ ਐਂਗਲ ਖੋਲ੍ਹਦਾ ਤਾਂ ਸੱਚੀ ਰੋਡਵੇਜ਼ ਦੀ ਬੱਸ ਬਠਿੰਡੇ ਵਾਲੀ ਸੜਕ ਤੋਂ ਲੰਘਦੀ ਪਈ ਸੀ, ਅਤੇ ਉੱਥੋਂ ਤੱਕ ਦੇ ਜਦੋਂ ਮਜ਼ਾਕ ਹੋਏ ਤਾਂ ਫਿਰ ਉੱਪਰ ਤਾਂ ਗੱਲ ਪਹੁੰਚੀ ਹੋਣੀ ਆ ਵੀ ਬਾਦਲ ਸਾਹਿਬ ਕੁਝ ਸੋਚੋ ਯਾਰ, ਇਹ ਤਾਂ ਬੰਦੇ ਟਿਕਣ ਨਹੀਂ ਦਿੰਦੇ ਹੁਣ। ਗੁਰਪ੍ਰੀਤ ਜੀ, ਅਗਰ ਇਹ ਬੱਸ ਨਿਲਾਮ ਨਹੀਂ ਹੁੰਦੀ ਫਿਰ ਕੀ ਹੋਏਗਾ? ਫਿਰ ਵੀ ਕੁਛ ਨਹੀਂ ਹੋਣਾ ਜੀ, ਲੋਕਾਂ ਨੂੰ ਚੇਤਾ ਭੁੱਲਣਾ, ਹੁਣ ਤੁਹਾਨੂੰ ਬੱਸ ਕਿੰਨੀ ਚੇਤੇ ਸੀ ਜੇ ਸਿੱਧੂ ਸਾਹਿਬ ਨਾ ਕਰਾਉਂਦੇ ਤਾਂ ਜੀ, ਬਿਲਕੁਲ ਆਹੀ ਨਾ, ਕਿਉਂਕਿ ਆਪਾਂ ਲੋਕ ਤਾਂ ਆਪਣੀਆਂ ਸਮੱਸਿਆਵਾਂ ਦੇ ਵਿੱਚ ਫਸੇ ਹੋਏ ਆ। ਇਸ ਵਕਤ ਜੇ ਪੰਜਾਬ ਦੀ ਸਮੱਸਿਆ ਦੀ ਗੱਲ ਕਰੀਏ ਤਾਂ ਨਸ਼ਾ ਕਿੱਡੀ ਵੱਡੀ ਸਮੱਸਿਆ। ਇਸ ਤੋਂ ਪਹਿਲਾਂ ਜਿਸ ਪਾਣੀ 'ਚ ਬੱਸ ਚਲਾਉਣੀ ਹੈ ਉਸ ਪਾਣੀ ਦੀ ਕੁਆਲਿਟੀ, ਅਜੇ ਚੰਦ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਕੀ ਕੁਛ ਚੱਲਦਾ ਸੀ, ਅੱਜ ਦੀ ਡੇਟ 'ਚ ਅਸੀਂ ਪਾਣੀ ਵੀ ਭੁੱਲ ਗਏ ਨਾ। ਉਹ ਮੇਰੇ ਖਿਆਲ ਨਾਲ ਬੱਸ ਨਾਲੋਂ ਜ਼ਰੂਰੀ ਹੈ ਕਿ ਉਹ ਜਿਸ ਬੱਸ ਜਿੱਥੇ ਚਲਾਉਣੀ ਸੀ ਉਸ ਪਾਣੀ ਦੀ ਇਸ ਵਕਤ ਕੁਆਲਿਟੀ ਕੀ ਹੈ ਉਹ ਚੈੱਕ ਕਰਾਈ ਜਾਵੇ ਜੀ। ਗੁਰਪ੍ਰੀਤ ਜੀ, ਇੱਕ ਸਵਾਲ ਹੈ ਜੀ, ਗਗਨ ਭਾਰਤ ਜੀ ਨੇ ਇਹ ਕਹਿੰਦੇ ਨੇ ਕਿ ਗੁਰਪ੍ਰੀਤ ਜੀ, ਸਿੱਧੂ ਸਾਹਿਬ ਨੂੰ ਜਦੋਂ ਮੀਡੀਆ ਕੋਈ ਸਵਾਲ ਕਰਦੀ ਹੈ ਸੁਖਬੀਰ ਬਾਦਲ ਦੇ ਬਾਰੇ ਤਾਂ ਉਹ ਬੜਾ ਕੁਛ ਬੋਲਦੇ ਨੇ, ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਕੋਈ ਸਵਾਲ ਕੀਤਾ ਜਾਂਦਾ ਤਾਂ ਉਹ ਚੁੱਪ ਰਹਿੰਦੇ ਨੇ, ਇੱਦਾਂ ਕਿਉਂ? ਪਾਵਰ ਦਾ ਫਰਕ ਹੈ ਨਾ ਜੀ, ਸਿੱਧੂ ਸਾਹਿਬ ਕੋਲ ਜਿੰਨੀ ਬੌਸ ਇਜ਼ ਬੌਸ, ਕਿਉਂਕਿ ਸਿੱਧੂ ਸਾਹਿਬ ਦੇ ਸਾਈਨਾਂ ਨਾਲ ਉਹਨਾਂ ਨੂੰ ਪਤਾ ਵੀ ਐਡੀ ਛੇਤੀ ਕੋਈ ਪਾਵਾ ਹਿੱਲਣ ਵਾਲਾ ਹੈ ਨਹੀਂ, ਪਰ ਮਹਾਰਾਜਾ ਸਾਹਿਬ ਦੇ ਸਾਈਨਾਂ ਨਾਲ ਪਾਵਾ ਛੱਡ ਕੇ ਮੰਜੀ ਵੀ ਪੁੱਠੀ ਵੱਜ ਸਕਦੀ ਹੈ ਜੀ, ਸੋ ਇਹ ਵੀ ਕਾਰਨ ਹੈਗਾ। ਬੀਬੀ ਭੱਠਲ ਦੀ ਗੱਲ ਕਰਦੇ ਹਾਂ, ਕਹਿੰਦੇ ਨੇ ਕਿ ਬਹੁਤ ਵਧੀਆ ਅਤੇ ਵੱਡਾ ਅਹੁਦਾ ਉਹਨਾਂ ਨੂੰ ਦਿੱਤਾ ਗਿਆ, ਤੁਸੀਂ ਜ਼ਰਾ ਡਿਟੇਲ ਦੇ ਵਿੱਚ ਦੱਸ ਦਿਓ ਕਿ ਕਿਸ ਤਰ੍ਹਾਂ ਦਾ ਅਹੁਦਾ ਉਹਨਾਂ ਨੂੰ ਦਿੱਤਾ ਗਿਆ ਅਤੇ ਕਿਹੜੀ ਉਹਨਾਂ ਦੀ ਪਾਵਰ ਵਧਾ ਦਿੱਤੀ ਗਈ, ਮਤਲਬ ਬਹੁਤ ਕਹਿੰਦੇ ਨੇ ਕਿ ਉਹਨਾਂ ਨੂੰ ਬਹੁਤ ਵੱਡਾ ਅਹੁਦਾ ਦਿੱਤਾ। ਅਹੁਦਾ ਤਾਂ ਚਲੋ ਖੈਰ ਕੀ ਹੈ, ਉਹ ਤਾਂ ਐਡਜਸਟਮੈਂਟਾਂ ਨੇ, ਪੰਜਾਬ ਰਾਜ ਯੋਜਨਾ ਕਮਿਸ਼ਨ ਦੇ ਉਪ ਚੇਅਰਪਰਸਨ ਦਾ ਅਹੁਦਾ ਉਹਨਾਂ ਨੂੰ ਦਿੱਤਾ ਗਿਆ। ਹੁਣ ਇਹਦੇ ਜਿਹੜੀ ਖਾਸੀਅਤ ਉਹ ਇਹ ਹੈ ਕਿ ਵੀ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਜਾਊਗਾ, ਮਤਲਬ ਕੈਬਨਿਟ ਮੰਤਰੀ ਨੂੰ ਜਿਵੇਂ ਸਹੂਲਤਾਂ ਮਿਲਦੀਆਂ ਨੇ, ਗੱਡੀਆਂ, ਉਸ ਤੋਂ ਇਲਾਵਾ ਬਾਕੀ ਜਿਹੜੀਆਂ ਹੋਰ ਸਹੂਲਤਾਂ ਜਿਹਦੇ 'ਚ ਪੱਤੇ ਨੇ, ਤਨਖਾਹਾਂ ਨੇ, ਜਾਂ ਜਿਹੜਾ ਹੋਰ ਮੇਰੇ ਖਿਆਲ ਨਾਲ ਕੋਠੀ ਕਾਠੀ ਵਾਲਾ ਵੀ ਮਾਹੌਲ ਹੁੰਦਾ, ਉਹ ਸਾਰੇ ਕੁਛ ਦੇ ਵਿੱਚ ਇਹ ਜਿਹੜੀਆਂ ਕਹਿ ਲਓ ਕਿ ਵੀ ਖੰਭ ਨੇ ਜਿੰਨੇ ਵੀ, ਉਹਨਾਂ ਦੇ ਤਾਜ ਦੇ ਵਿੱਚ ਲਾ ਤੇ ਗਏ। ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਲੈਕਸ਼ਨਾਂ ਦੀ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਦਾ ਹਿੱਸਾ ਆਪਾਂ ਨੂੰ ਦੇਖ ਲੈਂਦੇ ਹੋ, ਇੱਦਾਂ ਕਿ ਹੁਣ ਤੱਕ 1.25 ਸਾਲ ਜਿਹੜਾ ਬੀਤ ਗਿਆ ਉਹਦੇ ਵਿੱਚ ਜਿਹੜਾ ਭੱਠਲ ਧੜਾ, ਕਿਉਂਕਿ ਕਾਂਗਰਸ ਨੂੰ ਆਪਾਂ ਪਾਰਟੀ ਜ਼ਰੂਰ ਮੰਨ ਲੈਂਦੇ, ਪਰ ਕਾਂਗਰਸ ਪਾਰਟੀ ਨਾ ਹੋ ਕੇ ਧੜੇ ਨੇ ਅਲੱਗ ਅਲੱਗ ਪਾਰਟੀ। ਇੱਕ ਆਪਾਂ ਅਕਾਲੀ ਦਲ ਨੂੰ ਮੰਨ ਸਕਦੇ ਹਾਂ, ਕਿਉਂਕਿ ਅਕਾਲੀ ਦਲ ਦਾ ਜੇ ਠੀਕ ਹੈ ਪ੍ਰਧਾਨ ਜੀ ਦਾ ਜਾਂ ਸਰਪ੍ਰਸਤ ਜੀ ਦਾ ਡੰਡਾ ਕਾਇਮ ਆ, ਉਹਨਾਂ ਨੂੰ ਪਤਾ ਵੀ ਕਿਹਨੂੰ ਕੱਢਣਾ ਅਤੇ ਕਿਹਨੂੰ ਰੱਖਣਾ, ਪਰ ਕਾਂਗਰਸ ਜਿਹੜੀ ਉਹ ਇੱਕ ਧੜਿਆਂ 'ਚ ਵੰਡੀ ਹੋਈ ਜਮਾਤ ਹੈ ਜੀ। ਹੁਣ ਅਲੱਗ ਅਲੱਗ ਧੜੇ ਨੇ, ਕਿਸੇ ਧੜੇ ਨੂੰ ਥੋੜ੍ਹੀ ਜਿਹੀ
ਬਣਦੀ ਨੁਮਾਇੰਦਗੀ ਜਿਹੜੀ ਹੈ ਉਹ ਜ਼ਰੂਰ ਦਿੱਤੀ ਜਾ ਜੀ। ਹੁਣ ਇਸ ਕੇਸ ਦੇ ਵਿੱਚ ਬੀਬੀ ਭੱਠਲ ਉਹਨੂੰ ਇੱਕ ਤਰ੍ਹਾਂ ਨਾਲ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦੇ ਹਿਸਾਬ ਨਾਲ ਇੱਕ ਵਧੀਆ ਬਣਦਾ ਸਰਦਾ ਜਿਹੜਾ ਅਹੁਦਾ ਹੈ ਉਹ ਉਹਨਾਂ ਨੂੰ ਬਣਾ ਕੇ ਦਿੱਤਾ ਗਿਆ। ਪੰਜਾਬ ਦੀ ਗੱਲ ਆਪਾਂ ਕਰ ਰਹੇ ਹਾਂ, ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਹਾਂ, ਨਸ਼ਿਆਂ ਦਾ ਕਾਰੋਬਾਰ ਜਿਹੜਾ ਇਸ ਸਮੇਂ ਪੰਜਾਬ ਦੇ ਵਿੱਚ ਪੈਰ ਪਸਾਰਦਾ ਜਾ ਰਿਹਾ, ਉਸ ਬਾਰੇ ਵੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਹੁਣ ਵੀ ਬਚ ਸਕਦੇ ਹੋ ਤਾਂ ਬਚ ਜਾਓ, ਨਹੀਂ ਤਾਂ ਬਹੁਤ ਵੱਡਾ ਐਕਸ਼ਨ ਤੁਹਾਡੇ 'ਤੇ ਲਿੱਤਾ ਜਾਵੇਗਾ। ਮੇਰੇ ਖਿਆਲ ਨਾਲ ਲੇਟ ਹੋ ਗਏ ਮੁੱਖ ਮੰਤਰੀ ਸਾਹਿਬ, ਉਹ ਵੀ ਰੌਲਾ ਪਿਆ। ਉਹਨਾਂ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸਾਹਿਬ ਤਾਂ ਜਨਾਬ ਅਜੇ ਵੀ ਨਹੀਂ ਮੰਨਦੇ, ਉਹ ਕਹਿੰਦੇ ਵੀ ਦੇਖੋ ਜੀ ਮੈਨੂੰ ਤਾਂ ਡੀਜੀਪੀ ਸਾਹਿਬ ਨੇ ਇਹੀ ਕਿਹਾ ਕਿ ਵੀ ਇੱਕੋ ਹੀ ਮੌਤ ਹੋਈ ਆ ਓਵਰ ਡੋਜ਼ ਦੇ ਨਾਲ, ਅਤੇ ਮੈਂ ਤਾਂ ਇੱਕ ਹੀ ਮੰਨਦਾ। ਹੁਣ ਪਤਾ ਨਹੀਂ ਕਿਉਂ ਇਹ ਇੱਕ ਨਾ ਇੱਕ ਇਸ ਮੁਲਕ ਦਾ ਇੱਕ ਤੰਤਰ ਇਹ ਵੀ ਹੈ ਕਿ ਇਹ ਤੰਤਰ ਨਾ ਸਰਕਾਰੀ ਲਿਖਤ ਨੂੰ ਇੱਕ ਵੱਖਰਾ ਮੰਨਦਾ ਅਤੇ ਗਰਾਊਂਡ ਰਿਐਲਿਟੀ ਨੂੰ ਕੁਛ ਵੱਖਰਾ ਦੇਖਦਾ। ਮੇਰੇ ਖਿਆਲ ਨਾਲ ਕਿਤੇ ਸਰਕਾਰਾਂ ਹੁਣ ਇੱਕ ਮਹਿਕਮਾ ਬਣਾ ਦੇਣ ਜਿਹੜਾ ਮਹਿਕਮਾ ਇਹ ਹੋਵੇ ਕਿ ਸਿਰਫ ਤੁਸੀਂ ਲੋਕਾਂ ਨੂੰ ਵਾਚ ਕਰਨਾ, ਸੀ ਆਈ ਡੀ ਵਾਲੇ ਮਹਿਕਮੇ ਦੇ ਹਿਸਾਬ ਨਾਲ ਨਹੀਂ ਕਿ ਵੀ ਫਲਾਨਾ ਵਿਰੋਧੀ ਕੀ ਕਰ ਰਿਹਾ, ਢੀਂਗੜਾ ਕੀ ਕਰ ਰਿਹਾ, ਫਲਾਨਾ ਕੀ ਬੋਲਦਾ, ਨਾ ਸਿਰਫ ਵਾਚ ਕਰਨਾ ਕਿ ਲੋਕਾਂ ਦੇ ਵਿੱਚ ਵਿਚਾਰ ਚਰਚਾ ਕੀ ਚੱਲ ਰਹੀ। ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਪਿੰਡਾਂ ਥਾਵਾਂ ਦੀ ਗੱਲ ਕਰਦੇ ਹਾਂ, ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਵਟਸਐਪ ਗਰੁੱਪਸ ਨੇ ਉਹਨਾਂ ਦੇ ਵਿੱਚ ਹਰ ਰੋਜ਼ ਇੱਕ ਦੋ ਫੋਟੋਗ੍ਰਾਫਸ, ਵੀਡੀਓਜ਼ ਇਹੋ ਜਿਹੀਆਂ ਆਉਂਦੀਆਂ ਨੇ ਜਿੱਥੇ ਕੋਈ ਨਾ ਕੋਈ ਜਿਹੜਾ ਕਹਿ ਲਓ ਕਿ ਵੀ ਪੁੱਤ ਹੈ ਉਹ ਨਸ਼ੇ ਦੀ ਭੇਟ ਚੜ੍ਹ ਗਿਆ ਹੁੰਦਾ। ਮੈਨੂੰ ਕੱਲ੍ਹ ਹੀ ਇੱਕ ਮੈਂ ਹੋਰ ਫੋਟੋ ਪਹੁੰਚੀ ਸੀ ਮੇਰੇ ਪਿੰਡ ਨਾਲ ਦੀ, ਕਿਉਂਕਿ ਪਤਾ ਨਹੀਂ ਕਿਉਂ ਕਰੋਪੀ ਮਾਝੇ 'ਤੇ ਜ਼ਿਆਦਾ ਜੀ, ਉਹ ਮੁੰਡਾ ਉਹਦੇ ਬਾਰੇ ਵੀ ਕਿਹਾ ਗਿਆ ਸੀ ਕਿ ਨਸ਼ਾ ਜਿਹੜਾ ਹੈ ਜੀ ਇੱਕ ਹੋਰ ਪੁੱਤ ਨੂੰ ਲੈ ਬੈਠਾ, ਅਤੇ ਮੈਂ ਹੈਰਾਨ ਇਹ ਸੀ ਕਿ ਵੀ ਉਹਨੇ ਅੰਮ੍ਰਿਤ ਛਕਿਆ ਹੋਇਆ ਸੀ, ਉਹ ਮੁੰਡਾ ਅੰਮ੍ਰਿਤਧਾਰੀ ਸੀਗਾ। ਹੁਣ ਜੇ ਅੰਮ੍ਰਿਤਧਾਰੀ ਜਿਹੜੇ ਕਹਿ ਲਓ ਕਿ ਵੀ ਸਿੰਘ ਨੇ ਉਹਨਾਂ ਤੱਕ ਵੀ ਨਸ਼ੇ ਦੀ ਮਾਰ ਪਹੁੰਚ ਗਈ ਹੈ, ਤਾਂ ਫਿਰ ਇਸ ਪੰਜਾਬ ਦਾ ਬਣੂਗਾ ਕਿ ਇਹ ਬਹੁਤ ਵੱਡਾ ਸੋਚਣ ਦਾ ਵਿਸ਼ਾ। ਅਤੇ ਮੇਰੇ ਖਿਆਲ ਨਾਲ ਮੁੱਖ ਮੰਤਰੀ ਸਾਹਿਬ ਜਦੋਂ ਆਏ ਸੀ, ਜਦੋਂ ਸ਼ੁਰੂ ਦੇ ਵਿੱਚ 2 ਮਹੀਨੇ ਇੱਕ ਤਰ੍ਹਾਂ ਨਾਲ ਬ੍ਰੇਕ ਲੱਗੀ ਹੈ ਜੀ, ਜੇ ਉਸ ਬ੍ਰੇਕ ਨੂੰ ਜਾਂ ਉਸ ਮੈਸੇਜ ਨੂੰ ਜਾਂ ਆਪਣੀ ਖਾਧੀ ਹੋਈ ਸਹੁੰ ਨੂੰ ਯਾਦ ਰੱਖਦਿਆਂ ਹੋਇਆਂ ਇੱਕ ਤਰ੍ਹਾਂ ਨਾਲ ਜਿਵੇਂ ਹੁਣ ਉਹਨਾਂ ਨੇ ਕਿਹਾ ਕਿ ਇਨਫ ਇਜ਼ ਇਨਫ ਜੀ, ਇਹ ਉਦੋਂ ਹੀ ਕਹਿ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਅੱਜ ਤੱਕ ਇਹ ਲੋੜ ਮਹਿਸੂਸ ਨਾ ਹੁੰਦੀ। ਹੁਣ ਇਸ ਚੀਜ਼ ਨੂੰ ਦੂਸਰੇ ਤਰੀਕੇ ਨਾਲ ਵੀ ਦੇਖਿਆ ਜਾ ਰਿਹਾ। ਜਿਹੜਾ ਮੈਸੇਜ ਅੱਜ ਆਪਾਂ ਇਸ ਪਲੇਟਫਾਰਮ ਤੋਂ ਦੇ ਰਹੇ ਹਾਂ ਕਿ ਮੋਦੀ ਸਰਕਾਰ ਸੋਚ ਰਹੀ ਕਿ ਇਲੈਕਸ਼ਨਾਂ ਪਹਿਲਾਂ ਕਰਾਉਣੀਆਂ, ਕੀ ਇਹ ਮੈਸੇਜ ਕਾਂਗਰਸ ਪਾਰਟੀ ਤੱਕ ਨਹੀਂ ਗਿਆ ਹੋਊਗਾ? ਕੀ ਇਹ ਮੈਸੇਜ ਰਾਹੁਲ ਗਾਂਧੀ ਹੋਰਾਂ ਨੇ ਨਾ ਵਿਚਾਰਿਆ ਹੋਊਗਾ? ਕੀ ਉਹਨਾਂ ਨੇ ਇਹ ਨਹੀਂ ਦੇਖਿਆ ਹੋਊਗਾ ਕਿ ਆਲ ਓਵਰ ਇੰਡੀਆ ਜੇ ਹਰ ਥਾਂ ਦੇ ਉੱਪਰ ਭਾਜਪਾ 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 ਹੈ, ਹਰ ਥਾਂ ਦੇ ਉੱਪਰ ਮੋਦੀ ਰੱਥ ਅੱਗੇ ਚੱਲ ਰਿਹਾ, ਆਪਣੀਆਂ ਸਰਕਾਰਾਂ ਹਰ ਸਟੇਟ ਦੇ ਵਿੱਚੋਂ ਮਨਫੀ ਹੁੰਦੀਆਂ ਜਾ ਰਹੀਆਂ ਨੇ, ਇੱਕ ਲੈ ਦੇ ਕੇ ਪੰਜਾਬ ਹੀ ਸਾਡੇ ਕੋਲ ਬਚਿਆ ਜਿੱਥੇ ਅਸੀਂ ਕੁਛ ਨਾ ਕੁਛ ਕਰਕੇ ਦਿਖਾ ਸਕਦੇ ਹਾਂ, ਜਿੱਥੇ ਲੋਕਾਂ ਨੂੰ ਅਜੇ ਵੀ ਆਸ ਹੈ ਕਿਉਂਕਿ ਸਾਡੇ ਕੋਲ ਅਜੇ ਸਾਲ ਕਾਫੀ ਪਏ ਨੇ, ਅਤੇ ਉੱਥੇ ਇਸ ਵਕਤ ਇਹੋ ਜਿਹੀ ਡਿਸੀਜਨ ਮੇਕਿੰਗ ਦੀ ਲੋੜ ਆ ਜਿਹਦੀ ਅਸੀਂ ਕਿਤੇ ਹੋਰ ਜਾ ਕੇ ਨੁਮਾਇਸ਼ ਕਰ ਸਕੀਏ। ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਸਾਹਿਬ ਨੇ ਬਿਆਨ ਦੇ ਦਿੱਤਾ ਸੀ ਵੀ ਅਸੀਂ ਤੁਹਾਡੇ ਵੀ ਜਿਹੜੇ ਕਰਜ਼ੇ ਨੇ ਮਾਫ਼ ਕਰ ਦਿਆਂਗੇ ਜਿੱਥੇ ਇਲੈਕਸ਼ਨਾਂ ਹੋਣ ਦਾ ਕਰਕੇ, ਅਤੇ ਉੱਥੇ ਵਿਰੋਧੀਆਂ ਨੇ ਇਹ ਮੁੱਦਾ ਫੜ ਲਿਆ ਕਿ ਤੁਸੀਂ ਜਿੱਥੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਹੋ ਉੱਥੇ ਕਿੰਨੇ ਕੁ ਕਰਜ਼ੇ ਮਾਫ਼ ਕਰਤੇ, ਪਹਿਲਾਂ ਤੁਸੀਂ ਉੱਥੇ ਜਾ ਕੇ ਤਾਂ ਚੈੱਕ ਕਰਾ ਲਓ। ਇਹ ਮੈਨੂੰ ਲੱਗਦਾ ਕਿ ਇੱਕ ਵੱਡਾ ਕਾਰਨ ਹੋ ਸਕਦਾ ਕਿ ਜੇ ਮੇਰੀ ਸੋਚ ਹੈ, ਹੋ ਸਕਦਾ ਇੱਦਾਂ ਨਾ ਹੋਵੇ, ਸੁਹਿਰਦਤਾ ਦੀ ਬਜਾਏ ਕਿਤੇ ਇਹ ਨਾ ਹੋਵੇ ਕਿ ਇਲੈਕਸ਼ਨਾਂ ਨੂੰ ਮੁੱਖ ਰੱਖਦਿਆਂ ਇਹੋ ਜਿਹੇ ਫੈਸਲੇ ਲਏ ਜਾਂਦੇ ਹੋ ਅਤੇ ਚਾਰ ਕਾਂ ਤੁਸੀਂ ਟੰਗ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਦਿਖਾਵਾ ਜਿਹਾ ਕਰਦੇ ਹੋ ਕਿ ਵੀ ਹਾਂਜੀ ਅਸੀਂ ਸਾਰਾ ਕੁਝ ਰੋਕ ਦੇਵਾਂਗੇ। ਜਿਸ ਨੈਕਸਸ ਨੂੰ 20 ਸਾਲ ਹੋ ਗਏ, ਜਿਸ ਦਿਨ ਅਸੀਂ ਪਰਸੋਂ ਚੌਥ ਪੰਨੂ ਸਾਹਿਬ ਨਾਲ ਇੱਕ ਮੈਂ ਪ੍ਰੋਗਰਾਮ ਕਰ ਰਿਹਾ ਸੀ, ਉਹਨਾਂ ਨੇ ਮੈਨੂੰ ਜਨਵਰੀ 2005 ਦੀ ਆਪਣਾ ਉਹ ਅੱਜਨਾਮਾ ਜਿਹੜਾ ਉਹ ਲਿਖਦੇ ਨੇ ਉਹ ਪੜ੍ਹ ਕੇ ਸੁਣਾਇਆ ਸੀ। ਉਸ ਅੱਜਨਾਮੇ ਦੇ ਵਿੱਚ ਉਹਨਾਂ ਨੇ ਉਹਨਾਂ ਸਾਰੇ ਨਸ਼ਿਆਂ ਦਾ ਨਾਂ ਲਿਖਿਆ ਹੋਇਆ ਜਿਹੜੇ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖਾ ਰਹੇ। ਉਦੋਂ ਸਰਕਾਰ ਕੈਪਟਨ ਸਾਹਿਬ ਦੀ ਸੀ 13 ਸਾਲ ਪਹਿਲਾਂ। ਜੇ 13 ਸਾਲ ਪਹਿਲਾਂ ਇਹ ਚੀਜ਼ਾਂ ਪੰਜਾਬ 'ਚ ਸੀਗੀਆਂ, ਕੈਪਟਨ ਸਾਹਿਬ ਦੀ ਪਹਿਲੀ ਸਰਕਾਰ ਚੱਲ ਗਈ, 10 ਸਾਲ ਅਕਾਲੀ ਭਾਜਪਾ ਦੇ ਚੱਲ ਗਏ, ਅਤੇ ਹੁਣ 1.25 ਸਾਲ ਫਿਰ ਕੈਪਟਨ ਸਾਹਿਬ ਦਾ ਚਲਾ ਗਿਆ, ਅਤੇ ਫਿਰ ਜਾ ਕੇ ਲੋਕਾਂ ਨੇ ਪਿੱਟ ਸਿਆਪਾ ਕੀਤਾ ਅਤੇ ਹੁਣ ਜਾ ਕੇ ਇੱਦਾਂ ਦੇ ਬਿਆਨ ਆ ਰਹੇ ਨੇ, ਇਹਦਾ ਮਤਲਬ ਕਿ ਕਿਤੇ ਨਾ ਕਿਤੇ ਇਹ ਵੀ ਗੱਲ ਆਉਂਦੀ ਹੈ ਕਿ ਵੀ ਅੰਦਰ ਇੱਛਾ ਸ਼ਕਤੀ ਦੀ ਘਾਟ ਸੀਗੀ, ਜਾਂ ਤਾਂ ਉਹ ਰੌਲੇ ਦਾ ਅਸਰ ਹੈ ਅਤੇ ਜਾਂ ਫਿਰ ਉੱਪਰੋਂ ਇਲੈਕਸ਼ਨਾਂ ਦੀ ਗੱਲ ਦਿਮਾਗ 'ਚ ਚੱਲਦੀ। ਕੁੱਲ ਮਿਲਾ ਕੇ ਦੇਖਿਆ ਜਾਵੇ ਇਹ ਇੱਕ ਸਿਆਸੀ ਚਾਲ ਹੈ। ਹੋ ਸਕਦਾ, ਮੈਂ ਇਹ ਨਹੀਂ ਕਹਿੰਦਾ ਕਿ ਹੋਊਗੀ, ਪਰ ਇਹਦੇ ਵਿੱਚ ਇਹ ਵੀ ਇੱਕ ਚੀਜ਼ ਮੈਟਰ ਕਰੂਗੀ, ਕਿਉਂਕਿ ਜੇ ਕੱਲ੍ਹ ਨੂੰ ਮੰਨ ਲਓ ਲੋਕਾਂ 'ਚ ਜਾਣਾ, ਆਪਾਂ ਇਹ ਕਹਿ ਲਈਏ ਕਿ ਵੀ ਐਡਵਾਂਸ ਵੀ ਨਹੀਂ ਆਉਂਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹ ਜਨਵਰੀ ਫਰਵਰੀ ਦੇ ਵਿੱਚ ਹੀ ਆਉਂਦੀਆਂ ਨੇ, ਅਤੇ ਕੀ ਹੁਣ ਤੋਂ ਜਿਹੜੇ ਆ 5-6 ਮਹੀਨੇ ਬਚੇ ਨੇ, ਇਹਨਾਂ 5-6 ਮਹੀਨਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇਹੋ ਜਿਹਾ ਕੋਈ ਅਕਸ ਕਾਂਗਰਸ ਪਾਰਟੀ ਬਣਾਉਣ 'ਚ ਕਾਮਯਾਬ ਹੋ ਜੂਗੀ ਕਿ ਜਾ ਕੇ ਵੋਟਾਂ ਮੰਗ ਸਕੋ ਤੁਸੀਂ ਲੋਕਾਂ ਕੋਲੋਂ ਵੀ ਹਾਂਜੀ ਸਾਨੂੰ ਵੋਟਾਂ ਪਾ ਦਿਓ? ਲੋਕ ਪੁੱਛਣਗੇ ਨਹੀਂ ਵੀ ਆਹ ਜਿਹੜੀ ਮਾਂ ਬੈਠੀ ਹੈ ਇਹਦੇ ਹੁਣ ਸਿਰ ਦਾ ਸਾਈਂ ਵੀ ਚਲਾ ਗਿਆ ਸੀ, ਪੁੱਤ ਵੀ ਚਲਾ ਗਿਆ, ਤਾਂ ਨਿੱਘੇ ਨਿੱਘੇ ਜਵਾਕ ਇੱਥੇ ਖੇਡਦੇ ਫਿਰਦੇ ਆ, ਇਹਨਾਂ ਨੂੰ ਇਹ ਇੱਥੇ ਗੋਹਾ ਕੂੜਾ ਕਰਕੇ ਅਤੇ ਪਾਲਦੀ ਆ, ਕਿਉਂ? ਕਿਉਂਕਿ ਨਸ਼ੇ ਕਰਦੇ ਸੀ ਜੀ। ਮੱਲੀ ਸੰਦੀਪ ਜੀ ਨੇ ਇਹਨਾਂ ਨੇ ਬਹੁਤ ਸਾਰੇ ਸਵਾਲ ਤੁਹਾਡੇ ਕੋਲੋਂ ਪੁੱਛੇ ਨੇ, ਹੁਣ
ਮੋਦੀ ਜੀ ਤਾਂ ਫਿਕਰ ਕਰਦੇ ਜੇ ਮੋਦੀ ਜੀ ਦੀ ਸਰਕਾਰ ਹੁੰਦੀ ਇੱਥੇ, ਕਿਉਂਕਿ ਸਰਕਾਰ ਇਸ ਵਕਤ ਕਾਂਗਰਸ ਦੀ। ਇਹੀ ਤਾਂ ਇਸ ਮੁਲਕ ਦੀ ਪ੍ਰੋਬਲਮ ਹੈ। ਇਸ ਮੁਲਕ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਵੀ ਅਸੀਂ ਆਮ ਲੋਕਾਂ ਨੂੰ ਜਾਂ ਜਿਹੜੇ ਇਸ ਮੁਲਕ ਦੇ ਬਸ਼ਿੰਦੇ ਨੇ ਉਹਨਾਂ ਨੂੰ ਬਸ਼ਿੰਦੇ ਘੱਟ ਗਿਣਦੇ ਹਾਂ, ਉਹਨਾਂ ਨੂੰ ਵੋਟਰ ਜ਼ਿਆਦਾ ਗਿਣਿਆ ਜਾਂਦਾ ਕਿ ਇਸ ਵਕਤ ਇਹ ਵੋਟਰ ਹੈ ਅਤੇ ਇਸ ਵੋਟਰ ਨੇ ਕੀ ਚੁਣਿਆ ਸੀ। ਜਿੱਦਾਂ ਹੁਣ ਦਿੱਲੀ ਵਾਲਿਆਂ ਨੇ 3 ਸਾਲ ਵਿਚਾਰਿਆਂ ਨੇ ਹੰਡਾਇਆ ਕਿ ਦਿੱਲੀ ਵਾਲਿਆਂ ਦੀ ਗਲਤੀ ਇਹ ਹੋ ਗਈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ, 70-64 ਸੀਟਾਂ ਆਮ ਆਦਮੀ ਪਾਰਟੀ ਨੂੰ ਦੇਤੀਆਂ, ਹੁਣ 77 ਸੀਟਾਂ ਪੰਜਾਬ ਵਾਲਿਆਂ ਨੇ ਕਾਂਗਰਸ ਨੂੰ ਦੇਤੀਆਂ, ਅਤੇ ਜਿਹੜੀ 10 ਸਾਲ ਅਕਾਲੀ ਭਾਜਪਾ ਸਰਕਾਰ ਸੀ ਇਹਨੂੰ ਉਲਾਂਭੇ ਕਰਤਾ। ਅਤੇ ਫਿਰ ਮੋਦੀ ਸਾਹਿਬ ਤਾਂ ਕਿਤੇ ਨਾ ਕਿਤੇ ਸੋਚਣਗੇ ਨਾ ਵੀ ਹਾਂ ਇਹਨਾਂ ਨੂੰ ਥੋੜ੍ਹਾ ਜਿਹਾ ਸਵਾਲ ਚੱਕ ਹੀ ਲੈਣ ਦਿਓ ਜਿਹੜਾ ਭਾਜਪਾ 'ਚ ਵੋਟਾਂ ਪਾਉਂਦੇ ਸੀ ਕਾਂਗਰਸ ਨੂੰ। ਹੁਣ ਇਹ ਵੀ ਇੱਕ ਕਾਰਨ ਹੈ, ਪਰ ਹੁਣ ਇਹ ਚਾਹੀਦਾ ਕਿ ਇਸ ਵੈਸੇ ਤਾਂ ਜੇ ਆਪਾਂ ਸੰਵਿਧਾਨਕ ਤੌਰ ਦੇ ਉੱਪਰ ਦੇਖੀਏ, ਲੋਕਤਾਂਤਰਿਕ ਤਰੀਕੇ ਨਾਲ ਦੇਖੀਏ, ਤਾਂ ਜਿਹੜਾ ਇੱਕ ਮੁੱਖ ਮੰਤਰੀ ਹੈ ਜਾਂ ਜਿਹੜਾ ਇੱਕ ਪ੍ਰਧਾਨ ਮੰਤਰੀ ਹੈ, ਜਦੋਂ ਕਿ ਉਹ ਅਹੁਦੇ ਦੀ ਸਹੁੰ ਚੁੱਕ ਲੈਂਦੇ ਨੇ ਤਾਂ ਸਭ ਤੋਂ ਪਹਿਲਾ ਨਖੇੜਾ ਜਿਹੜਾ ਕਿ ਰਾਸ਼ਟਰਪਤੀ ਦੇ ਤੌਰ 'ਤੇ ਵੀ ਹੁੰਦਾ ਉਹ ਪਾਰਟੀ ਨਾਲੋਂ ਹੁੰਦਾ। ਪਾਰਟੀ ਸੈਕੰਡਰੀ ਹੋ ਜਾਂਦੀ ਹੈ, ਸਰਕਾਰ, ਸੱਤਾ ਅਤੇ ਲੋਕ ਪਹਿਲਾਂ ਹੁੰਦੇ ਨੇ, ਜਿਹਦੇ 'ਚ ਆਪਾਂ ਦੇਸ਼ ਅਤੇ ਸਟੇਟ ਦੀ ਗੱਲ ਕਰਦੇ ਹਾਂ। ਪਰ ਬਦਕਿਸਮਤੀ ਇਹ ਹੈ ਕਿ ਵੀ ਇੱਥੇ ਦੇਸ਼, ਸਟੇਟ ਅਤੇ ਲੋਕ ਜਿਹੜੇ ਨੇ ਉਹ ਸੈਕੰਡਰੀ ਨੇ, ਪਾਰਟੀ ਅਤੇ ਪਾਰਟੀ ਦੀ ਸਿਆਸਤ ਅਤੇ ਫਿਊਚਰ ਦੀਆਂ ਚੋਣਾਂ ਪ੍ਰਾਇਓਰਿਟੀ ਹੋ ਜਾਂਦੀ ਹੈ। ਜੀ ਗੁਰਪ੍ਰੀਤ ਜੀ, ਇੱਕ ਸਵਾਲ ਤੁਹਾਡੇ ਲਈ ਹੈ। ਜਰਨੈਲ ਸਿੰਘ ਨੇ ਬੈਨੀਪਾਲ, ਇਹਨਾਂ ਨੇ ਕਿਹਾ ਕਿ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਆਜ਼ਾਦ ਕਰੇਗਾ। ਵੇਖੋ ਜੀ, ਇਹ ਇਹੋ ਜਿਹਾ ਮੁੱਦਾ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਘਰ 'ਚ ਬਹਿ ਕੇ ਵਿਚਾਰਨ ਦੀ ਲੋੜ ਹੈ, ਕਿਉਂਕਿ 3 ਸਾਲਾਂ ਦੇ ਵਿੱਚ ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ ਦਿੱਲੀ 'ਚ ਉਲਝੀ ਰਹੀ, ਉੱਨੀ ਦੇਰ ਤੱਕ ਇਸ ਪੰਜਾਬ ਦੇ ਵਿੱਚ ਲਈ ਆਮ ਆਦਮੀ ਪਾਰਟੀ ਦਾ ਇੰਨਾ ਕੁ ਨੁਕਸਾਨ ਹੋ ਗਿਆ, ਇੰਨਾ ਕੁ ਜ਼ਿਆਦਾ ਨੁਕਸਾਨ ਹੋ ਗਿਆ ਕਿ ਹੁਣ ਪੈਰਾਂ ਸਿਰ ਹੁੰਦਿਆਂ ਹੁੰਦਿਆਂ ਵੀ ਇਹਨਾਂ ਨੂੰ ਸਾਲ ਲੱਗ ਜਾਣਾ। ਉਹ ਸਾਲ ਮੈਂ ਤਾਂ ਕਹਿ ਰਿਹਾ ਕਿਉਂਕਿ ਇਲੈਕਸ਼ਨਾਂ ਇਹਦੇ ਵਿੱਚ ਆ ਨਿਕਲ ਜਾਣਗੀਆਂ, ਸੈਂਟਰ ਵਾਲੀ ਸਰਕਾਰ ਥੋੜ੍ਹੀ ਜਿਹੀ ਚੇਂਜ ਹੋ ਜਾਊਗੀ, ਅਤੇ ਜਿਹੜੀ ਦਿੱਲੀ ਦੇ ਵਿੱਚ ਅੱਜ ਕੱਲ੍ਹ ਵਾਲੇ ਡਿਸੀਜਨ ਤੋਂ ਬਾਅਦ ਹੁਣ ਦਿੱਲੀ ਵਾਲੀ ਸਰਕਾਰ ਨੂੰ ਥੋੜ੍ਹਾ ਜਿਹਾ ਮੌਕਾ ਮਿਲਿਆ ਲੋਕਾਂ ਦੇ ਕੰਮ ਕਰਕੇ ਦਿਖਾਉਣ ਦਾ, ਉਹ ਕੰਮ ਕੀਤਿਆਂ ਨੂੰ ਵੀ ਸਾਲ ਹੋ ਜਾਊਗਾ। ਜੀ ਦੇਖਿਆ ਜਾਵੇ, ਚਿੱਟੇ ਦੀ ਆਪਾਂ ਗੱਲ ਕਰ ਰਹੇ ਹਾਂ, ਨਸ਼ੇ ਦੀ ਆਪਾਂ ਗੱਲ ਕਰ ਰਹੇ ਹਾਂ, ਮੈਡੀਸਨ ਨਸ਼ਾ ਕਹਿੰਦੇ ਨੇ ਕਿ ਕਿਸੇ ਤਰੀਕੇ ਦਾ ਚੱਲ ਰਿਹਾ, ਦਵਾਈ ਲਗਾਉਂਦੇ ਹਾਂ, ਟੀਕਾ ਇੰਜੈਕਸ਼ਨ ਲੱਗਦਾ ਤਾਂ ਬੰਦਾ ਨਾਲ ਹੀ ਮਰ ਜਾਂਦਾ। ਉਹੀ ਰੌਲਾ ਫੈਂਟਾਨਿਲ ਜਿਹਦੀ ਗੱਲ ਕੀਤੀ ਜਾ ਰਹੀ ਹੈ, ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਉਹ ਬੇਸਿਕਲੀ ਹੈ ਤਾਂ ਪੇਨ ਕਿਲਰ, ਇਕੱਲੇ ਫੈਂਟਾਨਿਲ ਦੀ ਗੱਲ ਨਹੀਂ ਹੈਗੀ, ਤੁਸੀਂ ਹੋਰ ਵੀ ਜਿੰਨੇ ਵੀ ਇਸ ਵਕਤ ਡਰੱਗਸ ਦੀ ਗੱਲ ਹੈ, ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਵਾਈਆਂ ਦੇ ਵਿੱਚ ਵਰਤੇ ਜਾਂਦੇ ਨੇ। ਮਤਲਬ ਇਹਨਾਂ ਦਾ ਜਿਹੜਾ ਰੂਪ ਹੈ ਉਹਨੂੰ ਚੇਂਜ ਕਰਕੇ, ਉਹਨਾਂ ਦੀ ਮਿਕਦਾਰ ਨੂੰ ਕਿਲਕੋ ਘਟਾ ਕੇ ਜਾਂ ਉਹਦਾ ਰੂਪ ਥੋੜ੍ਹਾ ਜਿਹਾ ਚੇਂਜ ਕਰਕੇ ਉਹਨੂੰ ਵਰਤਿਆ ਜਾਂਦਾ ਦਵਾਈ ਦੇ ਤੌਰ ਦੇ ਉੱਪਰ। ਹੁਣ ਜਿਹੜੀ ਚੀਜ਼ ਦਵਾਈ ਦੇ ਤੌਰ ਦੇ ਉੱਪਰ ਵਰਤੀ ਜਾਂਦੀ ਹੈ ਉਹਨੂੰ ਤੁਸੀਂ ਕਾਨੂੰਨੀ ਤੌਰ ਦੇ ਉੱਪਰ ਬੰਦ ਨਹੀਂ ਕਰ ਸਕਦੇ। ਐਂਡ ਜੇ ਆਪਾਂ ਇੰਟਰਨੈਸ਼ਨਲ ਡਰੱਗ ਮਾਫੀਆ ਦੀ ਗੱਲ ਕਰੀਏ ਤਾਂ ਜਿੰਨੇ ਵੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਓਪਰੇਟ ਕੀਤੇ ਜਾਂਦੇ ਨੇ ਡਰੱਗ ਮਾਫੀਆ ਵੱਲੋਂ ਕੰਮ, ਉਹਦੇ ਵਿੱਚ ਇਹਨਾਂ ਕਾਨੂੰਨਾਂ ਦਾ ਹੀ ਕਹਿ ਲਓ ਕਿ ਕਿਤੇ ਨਾ ਕਿਤੇ ਲੂਪ ਹੋਲਸ ਦਾ ਇਸਤੇਮਾਲ ਕੀਤਾ ਜਾਂਦਾ ਕਿ ਉਹਨੂੰ ਦਵਾਈ ਦਾ ਰੂਪ ਦੇ ਕੇ ਅੱਗੇ ਭਿਜਵਾਇਆ ਜਾਂਦਾ। ਅਤੇ ਜਿੱਦਾਂ ਆਪਾਂ ਪਿਛਲੇ ਦਿਨ ਹੀ ਅਖਬਾਰਾਂ ਦੇ ਵਿੱਚ ਇੱਕ ਖਬਰ ਪੜ੍ਹੀ ਸੀ, ਮੇਰਾ ਖਿਆਲ ਸਾਲਕ ਦੀ ਗੱਲ ਹੈ, ਉਹ ਇਹ ਸੀ ਕਿ ਪੰਜਾਬ ਦੇ ਵਿੱਚੋਂ ਕੁਝ ਕੁ ਥਾਵਾਂ ਦੇ ਉੱਪਰੋਂ ਅਫੀਮ ਦੀ ਮਾਤਰਾ ਜਿਹੜੀ ਕਿ ਕੁਝ ਕੁ ਥਾਵਾਂ ਦੇ ਉੱਪਰ ਮੰਗਵਾਈ ਗਈ, ਉਹਦਾ ਆਉਣ ਦਾ ਜੋ ਕਿਹਾ ਗਿਆ ਸੀ ਕਿ ਵੀ ਇੰਨੀ ਮੰਗਵਾਈ ਗਈ ਹੈ ਅਤੇ ਕਿੰਨੀ ਆਈ ਹੈ ਅਤੇ ਕਿੰਨੀ ਵਰਤੀ ਗਈ ਹੈ, ਉਹਨਾਂ ਅੰਕੜਿਆਂ 'ਚ ਬਹੁਤ ਵੱਡਾ ਫਰਕ ਸੀ। ਐਂਡ ਇੱਕ ਵੱਡਾ ਕੁਐਸਚਨ ਮਾਰਕਸ ਸਾਹਮਣੇ ਆਇਆ ਸੀਗਾ ਕਿ ਫਿਰ ਬਾਕੀ ਦੀ ਕਿੱਥੇ ਗਈ। ਹਾਂ, ਇਹ ਇੱਕ ਵੱਡੀ ਕੁੰਡੀ ਇੱਥੇ ਹੀ ਹੈ। ਹੁਣ ਜਿਹੜਾ ਆਪਾਂ ਨਸ਼ੇ ਦੀ ਗੱਲ ਕਰਦੇ ਹਾਂ, ਨਸ਼ਾ ਬੇਸਿਕਲੀ ਹੈ ਤਾਂ ਸਰੀਰ ਨੂੰ ਸਟਿਮੂਲੇਟ ਕਰਨ ਦੀ ਚੀਜ਼ ਕਿ ਤੁਸੀਂ ਜਿਸ ਸਟੇਟ 'ਚ ਹੁੰਦੇ ਹੋ ਤੁਸੀਂ ਉੱਥੋਂ ਆਪਣੇ ਆਪ ਨੂੰ ਸਰੀਰ ਨੂੰ ਹਿਲਾ ਕੇ ਦੇਖਦੇ ਹੋ। ਇੱਕ ਮਜ਼ੇ ਤੋਂ ਸ਼ੁਰੂ ਹੋਈ ਚੀਜ਼ ਮੌਤ ਤੱਕ ਪਹੁੰਚ ਜਾਂਦੀ ਹੈ। ਇਹ ਇੱਕ ਫਰਕ ਜਿਹੜਾ ਹੈ ਪੰਜਾਬ ਦੀ ਜਵਾਨੀ ਨੂੰ ਸਮਝਾਉਣ ਦੀ ਲੋੜ ਹੈ। ਇਹਦੇ ਵਿੱਚ ਜਿਹੜਾ ਵੱਡਾ ਕਾਰਨ ਮੈਂ ਸਮਝਦਾ ਉਹ ਆ ਵੇਲ, ਇੱਕ ਵੇਲ ਬਹੁਤ ਵੱਡਾ ਕਾਰਨ ਆ। ਜੇ ਵੇਲ ਇਸ ਮੁਲਕ 'ਚ ਨਾ ਹੋਵੇ ਤਾਂ ਸ਼ਾਇਦ ਇਹੋ ਜਿਹੀਆਂ ਪ੍ਰੋਬਲਮਸ ਨਾ ਆਉਣ। ਪਰ ਇਨਸਾਨ ਨੂੰ ਪਤਾ ਹੁੰਦਾ ਨਾ ਕਿ ਉਹ ਕੀ ਕਰਨ ਜਾ ਰਿਹਾ, ਉਹਦੇ ਲਈ ਸਹੀ ਕੀ ਹੈ ਅਤੇ ਗਲਤ ਕੀ, ਆਪਾਂ ਫਿਰ ਵੀ ਕਰ ਲੈਂਦੇ ਹਾਂ। ਮਨਪ੍ਰੀਤ ਜੀ, ਤੁਸੀਂ ਕਰੋਗੇ ਕਦੋਂ? ਜਦੋਂ ਤੁਹਾਡੇ ਕੋਲ ਟਾਈਮ ਆ, ਜਦੋਂ ਮੇਰੇ ਕੋਲ ਟਾਈਮ ਆ, ਜਦੋਂ ਮੈਂ ਵਿਹਲਾਂ ਅਤੇ ਮੈਂ ਬਾਹਰ ਤੁਰੂੰਗਾ ਫਿਰੂੰਗਾ ਕਿਤੇ ਬੈਠਾ ਹੋਊਂਗਾ, ਅਤੇ ਜਿਹੜੇ ਬੰਦੇ ਆਪਣਾ ਸੌਦਾ ਵੇਚਣ ਵਾਲੇ ਉਹ ਤੁਹਾਨੂੰ ਤਾਂ ਅਸਾਮੀ ਚਾਹੀਦੀ ਹੈ। ਜੇ ਅਸਾਮੀ ਬੈਠੀ ਕਿਤੇ ਮਿਲਦੀ ਹੈ ਤਾਂ ਉਸ ਅਸਾਮੀ ਨੂੰ ਉਹ ਚੀਜ਼ਾਂ ਲਾਉਂਦੇ ਨੇ। ਜੇ ਅਗਲਾ ਬੰਦਾ ਆਪਣੇ ਕੰਮ 'ਤੇ ਰੁੱਝਿਆ ਹੋਇਆ, ਜੇ ਆਪਾਂ ਰੋਜ਼ਗਾਰ ਦੀ ਗੱਲ ਕਰਦੇ ਹਾਂ ਇਸ ਮੁਲਕ ਦੇ ਵਿੱਚ, ਠੀਕ ਹੈ ਹਰੇਕ ਬੰਦਾ ਅੱਜ ਦੀ ਡੇਟ ਦੇ ਵਿੱਚ ਸਰਕਾਰੀ ਨੌਕਰੀ ਭਾਲ ਰਿਹਾ, ਪਰ ਮੈਂ ਕਹਿੰਦਾ ਜੇ ਸਰਕਾਰੀ ਨੌਕਰੀ ਨਹੀਂ ਤਾਂ ਆਪਾਂ ਪ੍ਰਾਈਵੇਟ ਨੌਕਰੀ ਵਾਲੇ ਪਾਸੇ ਤੁਰੀਏ, ਪ੍ਰਾਈਵੇਟ ਕੰਮ ਖੋਲ੍ਹਣ ਵਾਲੇ ਪਾਸੇ ਤੁਰੀਏ, ਐਟਲੀਸਟ ਆਪਣੇ ਆਪ ਨੂੰ ਬਿਜ਼ੀ ਤਾਂ ਕਰੀਏ, ਛੋਟੇ ਮੋਟੇ ਕੰਮ ਕਰ ਲਈਏ ਜਿਹਦੇ ਤੋਂ ਬਚਤ ਹੋ ਜਾਏ। ਇੱਕ ਵੱਡੀ ਚੀਜ਼ ਜਿਹੜਾ ਕਨਸੈਪਟ ਇਸ ਮੁਲਕ ਦੇ ਵਿੱਚ ਨਹੀਂ ਆ ਰਿਹਾ ਨਾ, ਉਹ ਹੈ 8 ਆਰਸ, ਜਿਹਨੂੰ ਆਪਾਂ ਵਰਕਿੰਗ ਆਰਸ ਕਹਿ ਦਿੰਦੇ। ਉਹ ਕਾਰਪੋਰੇਟ ਹਾਊਸਿਸ ਦੇ ਵਿੱਚ ਕਲਚਰ ਹੈ, ਕਾਰਪੋਰੇਟ ਹਾਊਸਿਸ ਤਰੱਕੀ ਕਰ ਰਹੇ ਨੇ। ਉਹ ਪ੍ਰਾਈਵੇਟ ਸੈਕਟਰ ਜਿਹੜਾ ਹੈ ਉਹਦੇ ਵਿੱਚ ਕਲਚਰ ਹੈ, ਪ੍ਰਾਈਵੇਟ ਸੈਕਟਰ ਤਰੱਕੀ ਕਰ ਰਿਹਾ। 8 ਆਰ ਜਿਹੜੇ 8 ਵਰਕਿੰਗ ਆਰਸ ਨੇ, ਉਹ ਕਲਚਰ ਸਰਕਾਰੀ ਤੰਤਰ 'ਚ ਨਹੀਂ ਹੈ, ਇਸ ਕਰਕੇ ਉਹਦਾ ਕੀ ਹਾਲ ਆਪਾਂ ਨੂੰ ਪਤਾ।
ਅਤੇ ਮੈਂ ਇਸ ਕਰਕੇ ਕਹਿ ਰਿਹਾ ਕੋਈ ਜੇ ਸਮੇਂ 'ਤੇ ਆਉਣ ਦਾ ਟਾਈਮ 9 ਵਜੇ ਦਾ ਅਤੇ ਬਾਬੂ ਜੀ 12:30 ਵੀ ਆ ਰਹੇ ਨੇ, ਕਈ ਵਾਰ ਨਹੀਂ ਵੀ ਆ ਰਹੇ, ਇਹ ਜਾਣਾ 5 ਵਜੇ ਤਾਂ ਬਾਬੂ ਜੀ 3 ਵਜੇ ਵੀ ਗਾਇਬ ਨੇ, ਇਹ ਆਪਾਂ ਤੁਸੀਂ ਕਿਤੇ ਰਜਿਸਟਰੀ ਕਰਾਉਣ ਹੀ ਚਲੇ ਜਾਓ। ਵੈਸੇ ਸਰਕਾਰੀ ਨੌਕਰੀ ਹਰ ਕੋਈ ਕਿਉਂ ਭਾਲਦਾ, ਦੇਖਿਆ ਜਾਵੇ ਤਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਬੋਲਣਾ ਤਾਂ ਨਹੀਂ ਚਾਹੀਦਾ, ਜਵਾਈ ਇਹਦਾ ਵੈਸੇ ਪਹਿਲਾਂ ਹੁੰਦੀ ਸੀ ਚੀਜ਼, ਹੁਣ ਤਾਂ ਖੈਰ ਉਹਨਾਂ ਨੇ ਕਾਫ਼ੀ ਚੇਂਜ ਕਰ ਦਿੱਤੀ, ਹੁਣ ਇਹਦੇ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ। ਪਰ ਗੱਲ ਇਹ ਆ ਕਿ ਇਹਦੇ 'ਚ ਨਾ ਜਿਹੜੀ ਸਭ ਤੋਂ ਵੱਡੀ ਚੀਜ਼ ਮੈਂ ਸਮਝਦਾ ਉਹ ਇਹ ਆ ਕਿ ਇਹਦੇ ਵਿੱਚ ਨਾ ਇੱਕ ਸਿਕਿਉਰਿਟੀ ਹੈ ਜੀ, ਕਿ ਜੇ ਤੁਸੀਂ ਕਿਤੇ ਸਰਕਾਰੀ ਇੰਪਲੋਈ ਹੋ ਤਾਂ ਤੁਹਾਨੂੰ 2 ਤਰ੍ਹਾਂ ਦੀ ਸਿਕਿਉਰਿਟੀ ਮਿਲਦੀ ਹੈ। ਪਹਿਲੀ ਸਿਕਿਉਰਿਟੀ ਹੈ ਕਿ ਤੁਸੀਂ ਇੱਕ ਸਰਕਾਰੀ ਅਦਾਰੇ ਦੇ ਵਿੱਚ ਆ ਗਏ ਹੋ, ਤੁਸੀਂ ਸਾਰੀਆਂ ਸ਼ਰਤਾਂ ਨੂੰ ਕਹਿ ਲਓ ਕਿ ਵੀ ਆਪਣੇ ਉੱਪਰ ਨਿਭਾ ਕੇ ਹੰਢਾ ਕੇ ਜਾਂ ਜਿਹੜੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਫਿਰ ਤੁਸੀਂ ਨੌਕਰੀ ਲਈ, ਐਂਡ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਵੇਤਨ ਦਿੱਤਾ ਜਾਣਾ, ਜਿਹੜੀ ਤੁਹਾਨੂੰ ਤਨਖਾਹ ਦਿੱਤੀ ਜਾਣੀ ਹੈ, ਉਹ ਜੋ ਇਸ ਮੁਲਕ ਦੀਆਂ ਕਾਨੂੰਨੀ ਸ਼ਰਤਾਂ ਨੇ ਉਹਦੇ ਅਕੋਰਡਿੰਗਲੀ ਦਿੱਤੀ ਜਾਣੀ ਕਿ ਇੰਨਾ ਤੁਹਾਡਾ ਵੇਤਨ ਬਣਦਾ। ਇਹੀ ਇੱਕ ਕਾਰਨ ਹੈ ਕਿ ਆਪਾਂ ਇੱਕ ਸਰਕਾਰੀ ਪ੍ਰੋਫੈਸਰ ਦੀ ਤਨਖਾਹ ਦੇਖਦੇ ਹਾਂ ਉਹ 1.5 ਲੱਖ ਰੁਪਈਆ, ਜਾਂ ਸਰਕਾਰੀ ਅਫਸਰ ਦੀ ਤਨਖਾਹ ਦੇਖਦੇ ਹਾਂ ਤਾਂ 1.5-2 ਲੱਖ ਰੁਪਈਆ, ਅਤੇ ਸੇਮ ਕੰਮ ਜਾਂ ਉਹ ਤੋਂ ਜ਼ਿਆਦਾ ਕੰਮ ਕਰਨ ਵਾਲੇ ਇੱਕ ਪ੍ਰਾਈਵੇਟ ਸੈਕਟਰ ਦੇ ਜਿਹੜਾ ਬੰਦਾ ਕੰਮ ਕਰੇ ਉਹਨੂੰ 20,000 ਰੁਪਈਆ ਦਿੱਤਾ। ਮਤਲਬ ਬੱਜੀ ਜਿਹੜੀ ਤਨਖਾਹ ਮਿਲਦੀ ਸਾਨੂੰ ਉਹ ਦਿਖਦੀ ਹੈ, ਇੱਕ ਸਿਕਿਉਰਿਟੀ ਦਿਖਦੀ ਹੈ ਕਿ ਵੀ ਹਾਂ ਸਾਡੀ ਨੌਕਰੀ ਨਹੀਂ ਜਾਏਗੀ, ਨੌਕਰੀ ਨਹੀਂ ਜਾਏਗੀ ਅਤੇ ਤਨਖਾਹ ਚੰਗੀ ਹੋਵੇ। ਪ੍ਰਾਈਵੇਟ ਨੌਕਰੀ 'ਚ ਡਰ ਰਹਿੰਦਾ ਕਿ ਅੱਜ ਹੈ ਅਤੇ ਕੱਲ੍ਹ ਨਹੀਂ ਹੈ, ਕੋਈ ਪਤਾ ਨਹੀਂ। ਨਹੀਂ ਅੱਜ ਕੱਲ੍ਹ ਵੀ ਨਹੀਂ ਹੈ, ਦੂਸਰੀ ਚੀਜ਼ ਜਿਹੜੀ ਇਹਦੇ ਵਿੱਚ ਕਹਿ ਲਓ ਕਿ ਵੀ ਮਿਹਨਤਾਨਾ ਹੈ ਉਹ ਓਨਾ ਨਹੀਂ ਹੁੰਦਾ ਜਿੰਨਾ ਸਰਕਾਰੀ ਤੌਰ ਦੇ ਉੱਪਰ ਹੁੰਦਾ। ਤੇ ਤੀਸਰੀ ਚੀਜ਼ ਜਿਹੜੀ ਚੀਜ਼ ਤੋਂ ਆਪਣੇ ਲੋਕ ਭੱਜਦੇ ਜਾਂਦੇ, ਮੈਂ ਹੈਰਾਨ ਹਾਂ, ਪਤਾ ਨਹੀਂ ਕਿਉਂ ਅਸੀਂ ਜੇ ਮਿਹਨਤੀ ਕੌਮ ਗਿਣੇ ਜਾਂਦੇ ਸੀ, ਅਸੀਂ ਇਹ ਮੰਨੇ, ਅਸੀਂ ਮਿਹਨਤਾਂ ਬਾਹਰ ਜਾ ਕੇ ਵੀ ਕੀਤੀਆਂ, ਅੱਜ ਪੰਜਾਬੀ ਦੁਨੀਆਂ ਦੇ ਜਿਸ ਦੇਸ਼ ਦੇ ਵਿੱਚ ਵੀ ਬੈਠਾ ਉੱਥੇ ਜਾ ਕੇ ਉਹਨੇ ਆਪਣੀ ਮਿਹਨਤ ਦੇ ਨਾਲ ਆਪਣਾ ਹਰ ਉਹ ਮੁਕਾਮ ਹਾਸਲ ਕੀਤਾ ਜਿਹੜਾ ਕਿ ਉੱਥੋਂ ਦੇ ਲੋਕ ਵੀ ਸੋਚਦੇ ਨੇ ਵੀ ਯਾਰ ਇਹ ਆਪਣੇ ਬਗਾਨੇ ਮੁਲਕ ਤੋਂ ਆ ਕੇ ਤਾਂ ਇੱਥੇ ਪਹੁੰਚ ਗਏ। ਪਰ ਪਤਾ ਨਹੀਂ ਕਿਉਂ ਅਸੀਂ ਇਸ ਮੁਲਕ ਦੇ ਵਿੱਚ ਉਹ ਜਿਹੜਾ ਕੋਨਸੈਪਟ ਹੈ ਮਿਹਨਤ ਵਾਲਾ ਉਹ ਛੱਡੀ ਜਾਂਦੇ ਹਾਂ। ਪ੍ਰਾਈਵੇਟ ਸੈਕਟਰ ਦੇ ਵਿੱਚ ਅੱਜ ਵੀ ਜੇ ਕੋਈ ਆਖੇ ਨਾ ਵੀ ਹਾਂ ਵੀ ਇਹ ਫਲਾਨੀ ਫਲਾਨੀ ਥਾਂ ਦੇ ਉੱਪਰ ਤੈਨੂੰ ਇੱਕ ਟਾਰਗੇਟ ਦਿੱਤਾ ਗਿਆ, ਤੂੰ ਇੱਕ ਆ ਮਿਹਨਤ ਕਰਨੀ, ਬੰਦਾ ਉਸ ਟਾਰਗੇਟ ਓਰੀਐਂਟਡ ਜੋਬ ਤੋਂ ਭੱਜਦਾ ਜੀ ਵੀ ਯਾਰ ਇਹਦਾ ਗਲ 'ਚ ਫਾਹ ਆ, ਆਹ ਕੰਮ ਤੁਸੀਂ ਕਰਨਾ ਹੀ ਕਰਨਾ, ਇੱਦਾਂ ਥੋੜ੍ਹਾ ਹੁੰਦਾ। ਅਸੀਂ ਪਤਾ ਨਹੀਂ ਸੁੱਖ ਰਹਿਣੇ ਹੋ ਗਏ, ਅਸੀਂ ਆਪਣੇ ਆਪ ਨੂੰ ਮਿਹਨਤ ਤੋਂ ਜਾਂ ਆਰਾਮ ਲੈਣ ਦੀ ਆਦਤ ਪੈ ਗਈ, ਆਰਾਮ ਪ੍ਰਸਤੀ ਜਿਹੜੀ ਹੈ ਨਾ ਉਹ ਵੀ ਕਿਤੇ ਨਾ ਇੱਕ ਬਹੁਤ ਵੱਡਾ ਕਾਰਨ ਹੈ। ਡੋਪ ਟੈਸਟ ਦੀ ਗੱਲ ਕਰਦੇ ਹਾਂ, ਪੰਜਾਬ ਸਰਕਾਰ ਨੇ ਕਿਹਾ ਕਿ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਉਹਨਾਂ ਦਾ ਡੋਪ ਟੈਸਟ ਹੋਏਗਾ, ਪੰਜਾਬ ਪੁਲਿਸ ਦਾ ਵੀ, ਤੁਸੀਂ ਕੀ ਕਹੋਗੇ? ਇਹ ਨਾ ਜੀ ਜਦੋਂ ਪਹਿਲੀ ਲਾਈਨ ਪੜ੍ਹਦੇ ਨਾ ਹਰ ਬੰਦੇ ਨੂੰ ਐਂ ਲੱਗਦਾ ਅੱਛਾ ਹੋਏ, ਅਤੇ ਵੇਖਣ ਨੂੰ ਐਂ ਕੱਲ੍ਹ ਦੀਆਂ ਨਾ ਇੱਕ ਵੀਡੀਓ ਵੀ ਆਈ ਜਾਂਦੀ, ਕੱਲ੍ਹ ਇੱਕ ਵਿਚਾਰਾ ਝੋਨੇ ਕੰਡੇ ਜਨਾਬ ਪਏ ਨੇ, ਵਰਦੀ ਵੀ ਪਾਈ ਆ, ਪਹਿਲਾਂ ਤਾਂ ਉਹਨੇ ਪੱਗ ਬੰਨੀ ਆ, ਉਦੋਂ ਬਾਅਦ ਜਦੋਂ ਉਹਨੂੰ ਥੋੜ੍ਹਾ ਤੰਗ ਕਰ ਦੇਣ ਉਹ ਪੱਗ ਲਾ ਕੇ ਸਾਈਡ 'ਤੇ ਰੱਖ ਦਿੰਦਾ, ਆਰਾਮ ਨਾਲ ਲੇਟਣ ਡਿਆ ਉਹ, ਉਹਦੀਆਂ ਫੋਟੋਆਂ। ਇਹ ਵੈਸੇ ਇਕੱਲੀ ਫੋਟੋ ਨਹੀਂ ਹੈਗੀ, ਇਸ ਤੋਂ ਪਹਿਲਾਂ ਉਹ ਸਮੈਕ ਪੀਂਦਿਆਂ ਦੀ ਵੀ ਆਈ ਸੀ ਗੱਡੀ ਦੇ ਵਿੱਚ, ਇਸ ਤੋਂ ਪਹਿਲਾਂ ਵੀ ਆਉਂਦੀ ਰਹਿੰਦੀ ਵੀ ਕੋਈ ਆਹ ਵੇਖੋ ਜੀ ਜਨਾਬ ਇਸ ਵਕਤ ਗਲੀ 'ਚ ਲੇਟਣ ਡਏ ਨੇ, ਇਹ ਵਾਪਰਦਾ। ਹੁਣ ਇਹ ਨਹੀਂ ਆ ਕਿ ਵੀ ਹਰੇਕ ਮੁਲਾਜ਼ਮ ਦੇ ਟੈਸਟ ਦੀ ਗੱਲ ਹੋਈ, ਜਿੰਨਾ ਕੁ ਮੈਂ ਇਸ ਸਾਰੇ ਕੁਛ ਨੂੰ ਪੜ੍ਹਿਆ ਉਹਦੇ ਵਿੱਚ ਇਹ ਹੈ ਕਿ ਵੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਵੀ ਆਪਾਂ ਜਿਹੜੀ ਨਵੀਂ ਭਰਤੀ ਕੀਤੀ ਜਾਣੀ ਹੈ ਅਤੇ ਜਦੋਂ ਜਿਹੜਾ ਉਹਨਾਂ ਦਾ ਹਰ ਸਾਲ ਬਾਅਦ ਇੱਕ ਮੈਡੀਕਲ ਟੈਸਟ ਹੋਣਾ, ਉਹਦੇ ਵਿੱਚ ਜ਼ਰੂਰ ਇਹ ਪ੍ਰੋਵੀਜ਼ਨ ਕੀਤੀ ਜਾਵੇ ਕਿ ਵੀ ਉਹਨਾਂ ਦਾ ਇੱਕ ਡੋਪ ਟੈਸਟ ਵੀ ਕੀਤਾ ਜਾਊਗਾ, ਤਾਂ ਜੋ ਇਹ ਪਤਾ ਲੱਗ ਸਕੇ ਕਿ ਨੌਕਰੀ ਦੇ ਦੌਰਾਨ ਕਿਤੇ ਇਹ ਨਸ਼ਿਆਂ ਵਾਲੇ ਪਾਸੇ ਤਾਂ ਨਹੀਂ ਚਲੇ ਜੀ। ਹੁਣ ਜੇ ਡੋਪ ਟੈਸਟ ਦੇ ਵਿੱਚ ਸ਼ਰਾਬ ਨੂੰ ਵੀ ਨਸ਼ਾ ਗਿਣ ਲੱਗ ਗਏ ਤੇ ਫਿਰ ਤਾਂ ਨੌਕਰੀਆਂ ਨੌਕਰੀਆਂ ਨੇ ਪੰਜਾਬ ਦੇ ਨੌਜਵਾਨਾਂ ਲਈ ਆਉਣ ਵਾਲੇ ਸਮੇਂ 'ਚ। ਗੋਲਡੀ ਬਰਾੜ ਜੀ ਗੱਲ ਕਰ ਰਹੇ ਨੇ, ਇਹਨਾਂ ਨੇ ਸਵਾਲ ਕੀਤਾ ਹੈ ਕਿ ਪੰਜਾਬ ਗਵਰਨਮੈਂਟ ਦਾ ਜਿਹੜਾ ਡੋਪ ਟੈਸਟ ਕਰਨ ਦਾ ਜੇ ਫੈਸਲਾ ਹੈ ਇਹ ਸਹੀ ਹੈ ਜਾਂ ਇੱਕ ਸ਼ੋਸ਼ ਹੈ, ਜੇ ਡੋਪ ਟੈਸਟ ਹੋਣ ਤੋਂ ਬਾਅਦ ਵੀ ਕੋਈ ਐਕਸ਼ਨ ਲਿਆ ਜਾਵੇਗਾ ਕਿ ਨਹੀਂ ਇਹ ਦੱਸੋ, ਕਿ ਮਤਲਬ ਇਹ ਜਿੰਨਾ ਵੀ ਇਹਨਾਂ ਨੇ ਡਿਸੀਜ਼ਨ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਸਹੀ ਹੈ? ਵੇਖੋ ਇੱਕ ਚੀਜ਼ ਨਾ ਵੱਡੀ ਮੈਂ ਕਹਿਣੀ ਨਹੀਂ ਚਾਹੁੰਦਾ, ਪਰ ਤੁਸੀਂ ਕਹਿਣਾ ਹਰੇਕ ਗੱਲ 'ਚ ਐਵੇਂ ਕਿਉਂ ਉਂਗਲ ਕਰਦੇ ਹੋ ਜੀ। ਡੋਪ ਟੈਸਟ ਕਰਨ ਵਾਲੇ ਜਿਹੜੇ ਮੁਲਾਜ਼ਮ ਹੋਣੇ ਆ ਉਹ ਕਿੱਥੋਂ ਆਉਣੇ ਆ? ਉਹ ਵੀ ਤਾਂ ਸਰਕਾਰੀ ਹੋਣਗੇ। ਇੱਕ ਵੱਡੀ ਚੀਜ਼, ਕੱਲ੍ਹ ਵੀ ਬਾਠ ਸਾਹਿਬ ਨਾਲ ਗੱਲ ਕਰਦਾ ਯਾਦ ਕਰਾਇਆ ਸੀ ਵੀ ਜਦੋਂ ਅਕਾਲੀ ਭਾਜਪਾ ਸਰਕਾਰ ਨੇ ਪੁਲਿਸ ਵਾਲਿਆਂ ਦੀ ਭਰਤੀ ਕਰਨ ਲਈ ਮੁੰਡਿਆਂ ਦਾ ਡੋਪ ਟੈਸਟ ਲਾਜ਼ਮੀ ਕਰਤਾ ਸੀ, ਉਦੋਂ 30 ਸਕਿੰਟਾਂ 'ਚ ਕਹਿੰਦੇ ਰਿਪੋਰਟ ਆਈ ਜਾਂਦੀ ਸੀ, ਅਤੇ ਬਾਅਦ ਦੇ ਵਿੱਚ ਗੱਲਾਂ ਇਹ ਸਾਹਮਣੇ ਆਏ ਵੀ ਇੰਨੀ ਛੇਤੀ ਤਾਂ ਡੋਪ ਟੈਸਟ ਤੁਸੀਂ ਕਰ ਹੀ ਨਹੀਂ ਸਕਦੇ ਅਤੇ ਇੰਨੀ ਛੇਤੀ ਰਿਪੋਰਟ ਕਿੱਥੋਂ ਆ ਗਈ? ਇਹ ਤਾਂ ਆਉਣ ਵਾਲੇ ਇਹ ਮੈਂ ਜਿਹੜੀ ਗੱਲ ਤੁਹਾਨੂੰ ਇਸ ਤੋਂ ਪਹਿਲਾਂ ਕਹਿ ਕੇ ਹਟਿਆ ਨਾ ਕਿ ਇਲੈਕਸ਼ਨਾਂ ਸਿਰ ਤੇ ਨੇ ਤੇ ਤਿਆਰੀ ਜ਼ੋਰਾਂ ਸ਼ੋਰਾਂ ਤੇ, ਮੈਨੂੰ ਗੱਲਾਂ ਉਸ ਪਾਸੇ ਜ਼ਿਆਦਾ ਲੱਗਦੀਆਂ ਨੇ, ਇਹ ਪ੍ਰੈਕਟੀਕੈਲਿਟੀ ਤੋਂ ਦੂਰ ਲੱਗਦੀਆਂ ਨੇ ਗੱਲਾਂ, ਕਿਉਂਕਿ ਜਦੋਂ ਆਪਾਂ ਨੂੰ ਇਹ ਦੇ ਕੇ ਵਾਕਿਆ ਜ਼ਮੀਨੀ ਪੱਧਰ ਦੇ ਉੱਪਰ ਸਾਰਾ ਕੁਝ ਵਾਪਰ ਸਕਦਾ ਉਹ ਗੱਲਾਂ ਸਮਝ ਨਹੀਂ ਆਉਂਦੀਆਂ, ਕਿਉਂਕਿ ਪ੍ਰੈਕਟੀਕਲ ਗੱਲ ਨਹੀਂ ਲੱਗਦੀ ਇਹ, ਕਿਉਂਕਿ ਇਹ ਇਹ ਇੰਨੇ ਵਿਸ਼ਵਾਸ ਦੀਆਂ ਗੱਲਾਂ ਇੰਨੇ ਯਕੀਨ ਦੀਆਂ ਗੱਲਾਂ ਤਾਂ ਆਪਾਂ ਤਾਂ ਕਰੀਏ ਜੇ ਅਸੀਂ ਬਾਕੀ ਸਾਰਾ ਕੁਝ ਸਹੀ ਕਰ ਲਿਆ ਹੋਵੇ। ਇੱਕ ਤੁਹਾਨੂੰ ਹੋਰ ਦੱਸਦਾ ਕਿਉਂ ਸਿਆਸੀ ਚਾਲਾਂ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਵਕਤ ਮੋਹਾਲੀ ਦੇ ਵਿੱਚ ਉਹੀ
ਆਟਾ ਦਾਲ ਸਕੀਮ ਵਾਲਾ ਕੰਮ ਮਿਲਦਾ ਵੀ ਹੈ ਕਿਸੇ ਨੂੰ ਦੇਖਿਆ ਜਾਵੇ ਤਾਂ ਉਹ ਮਿਲੇਗਾ ਇਲੈਕਸ਼ਨਾਂ 'ਚ ਕਿਉਂਕਿ ਲਾਗੇ ਆ ਰਹੀਆਂ ਨਾ ਹੁਣ ਤਾਂ ਉਹਦੇ ਵਿੱਚ ਚਾਹ ਪੱਤੀ ਦੀ ਗੱਲਬਾਤ ਵੀ ਹੋਊਗੀ ਘਰ ਘਰ ਜਾ ਕੇ ਨੇਤਾ ਆਟੇ ਦੀਆਂ ਥੈਲੀਆਂ ਫੜਾਉਂਦੇ ਹੋਏ ਦਿਖਾਈ ਦਿੰਦੇ ਨੇ ਹਾਂਜੀ ਹਾਂਜੀ ਹੁਣ ਇਹ ਚਾਹ ਪੱਤੀ ਐਡ ਕਰਕੇ ਅੱਜ ਤੋਂ ਉਹ ਸਕੀਮ ਸ਼ੁਰੂ ਹੋ ਰਹੀ ਹੈ ਕੱਲ ਦੀਆਂ ਅਖਬਾਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਫਿਰ ਆਏਗਾ ਕਿ ਮੁੱਖ ਮੰਤਰੀ ਸਾਹਿਬ ਨੇ ਹੁਣ ਪੰਜਾਬੀਆਂ ਦੇ ਲਈ ਜਾਂ ਜਿਹੜੇ ਕਿ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੇ ਲਈ ਆਟਾ ਦਾਲ ਅਤੇ ਜਿਹੜਾ ਉਹ ਦੂਜਾ ਕੰਮ ਸੀਗਾ ਉਹ ਵੀ ਸ਼ੁਰੂ ਕਰਤਾ ਇਹ ਤਾਂ ਮੈਂ ਕਹਿ ਰਿਹਾ ਕਿ ਇਹਨੂੰ ਸਾਰੇ ਕੁਛ ਨੂੰ ਮਾਤੇ ਸੋਚਿਆ ਜਾਵੇ ਕਿ ਵੀ ਹਾਂਜੀ ਸਰਕਾਰ ਜਾਗ ਪਈ ਅਤੇ ਸਾਰਾ ਕੁਛ ਸਹੀ ਹੋ ਜਾਊਗਾ ਇਹ ਸਰਕਾਰ ਜਾਗੀ ਨਹੀਂ ਉੱਪਰੋਂ ਮੁੱਲਾ ਦਾ ਕੁੰਡੀ ਹਿੱਲੀ ਹੈ ਕਿਤੇ ਵੀ ਮੋਦੀ ਸਾਹਿਬ ਵੀ ਤਿਆਰੀ 'ਚ ਨੇ ਅਤੇ ਤੁਸੀਂ ਵੀ ਤਿਆਰੀ ਕਰ ਲਓ ਵੋਟਾਂ ਸਿਰ 'ਤੇ ਨੇ ਸਿਆਸੀ ਚਾਲਾਂ ਜਿਹੜੀਆਂ ਜ਼ੋਰਾਂ ਸ਼ੋਰਾਂ 'ਤੇ ਨੇ ਜਾਂਦੇ ਜਾਂਦੇ ਕੋਈ ਗੁਰੂ ਮੰਤਰ ਜੇ ਦੇਣਾ ਚਾਹੋ ਬੜੇ ਦਿਨਾਂ ਬਾਅਦ ਅਸੀਂ ਗੱਲਬਾਤ ਕੀਤੀ ਹੈ ਬੜੇ ਪ੍ਰੋਗਰਾਮ ਦੇ ਵਿੱਚ ਅਸੀਂ ਬੈਠੇ ਹਾਂ ਸੋ ਕੋਈ ਇੱਕ ਗੱਲ ਗੁਰੂ ਮੰਤਰ ਇਹ ਹੈ ਜੀ ਕਿ ਵੀ ਜਿਹੜਾ ਪਿਛਲੇ ਦਿਨੀ ਇੱਕ ਕਹਿ ਲਓ ਕਿ ਵੀ ਸੋਸ਼ਲ ਮੀਡੀਆ ਦੇ ਉੱਪਰ ਜਾਂ ਸੜਕਾਂ ਦੇ ਉੱਪਰ ਇੱਕ ਲੋਕ ਰੋਹ ਉੱਠਿਆ ਸੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੀ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਉਹ ਵੀ ਬੜੇ ਸਫਿਸਟੀਕੇਟਡ ਵੇ ਨਾਲ ਬਿਲਕੁਲ ਮੌਨ ਧਾਰ ਕੇ ਹੱਥ ਦੇ ਵਿੱਚ ਤਖਤੀਆਂ ਫੜ ਕੇ ਜਾਂ ਸੋਸ਼ਲ ਮੀਡੀਆ 'ਤੇ ਲਿਖ ਕੇ ਜੇ ਹਰੇਕ ਮਾੜੀ ਚੀਜ਼ ਦਾ ਵਿਰੋਧ ਲੋਕ ਕਰਨ ਲੱਗ ਪੈਣ ਤਾਂ ਭਾਵੇਂ ਚਲੋ ਵੋਟਾਂ ਖਾਤਰ ਹੀ ਸਹੀ ਲੀਡਰ ਸਿੱਧੇ ਰਸਤੇ 'ਤੇ ਆ ਜਾਣਗੇ ਲੀਡਰਾਂ ਨੂੰ ਸਹੀ ਰਸਤੇ 'ਤੇ ਪਾਉਣਾ ਸੋ ਬਹੁਤ ਸੋਚ ਸਮਝ ਕੇ ਤੁਹਾਨੂੰ ਆਪਣਾ ਫੈਸਲਾ ਲੈਣਾ ਚਾਹੀਦਾ ਹੈ ਕਿ ਕਿਸ ਨੇਤਾ ਨੂੰ ਕੁਰਸੀ 'ਤੇ ਬਿਠਾਉਣਾ ਅਤੇ ਕਿਹਨੂੰ ਥੱਲੇ ਲਾਉਣਾ ਫੈਸਲਾ ਤੁਹਾਡਾ ਹੀ ਹੈ ਬਾਅਦ ਵਿੱਚ ਕੋਸ 'ਤੇ ਅਸੀਂ ਰਹਿ ਜਾਂਦੇ ਹਾਂ ਪਰ ਫੈਸਲਾ ਸਿਰਫ ਤੁਹਾਡੇ 'ਤੇ ਹੈ ਸੋ ਅੱਜ ਦੇ ਪ੍ਰਾਈਮ ਫੋਕਸ ਦੇ ਵਿੱਚ ਬਸ ਇੰਨਾ ਹੀ ਮੈਨੂੰ ਮਨਪ੍ਰੀਤ ਅਤੇ ਗੁਰਪ੍ਰੀਤ ਸੰਧਾਵਾਲੀਆ ਜੀ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮ ਮਿਨਿਸਟਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਪ੍ਰਾਈਮ ਏਸ਼ੀਆ ਟੀ ਵੀ ਤੁਹਾਡਾ ਆਪਣਾ ਤੁਹਾਡੇ ਲਈ